Nico. Vaheguru ji. Vaheguru. ਡਗਮਗ ਛਾਡ ਰੇ ਮਨ ਬੋਰਾ ਡਗਮਗ ਛਾਡ ਰੇ ਡਗਮਗ ਛਾਡ ਰੇ ਮਨ ਬੋਰਾ ਅਬ ਤੋ ਜਰੇ ਮਰੇ ਸਿੱਧ ਪਾਈਏ ਲੀਨੋ ਹੱਥ ਸੰਦੋਰਾ ਛੱਡ ਰੇ ਮਨ ਬੋਰਾ ਮਰਨੇ ਤੇ ਕਿਆ ਡਰਪਨਾ ਮਰਨੇ ਤੇ ਕਿਆ ਡਰਪਨਾ
ਤੇ ਕਿਆ ਡਰ ਪੈਣਾ, ਮਰਨੇ ਤੇ ਕਿਆ ਕਿਆ ਡਰ ਤੇਰਾ ਡਰ ਪਨਾ।
मरणे ते डरपना कबीर darpana
ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸਦ ਜੀਵੈ ਸਦ ਜੀਵੈ ਨਹੀਂ ਮਰਤਾ ਨਹੀਂ ਮਰਤਾ ਸਦ ਜੀਵੈ ਨਹੀਂ ਮਰਤਾ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਬ੍ਰਹਮ ਗਿਆਨੀ
ब्रह्म ज्ञानी सब सृष्टि का करता, ब्रह्म ज्ञानी सत जीवे नहीं मरता, 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 ब्रह्म ज्ञानी
ब्रह्म ज्ञानी का सगले अकार ब्रह्म ज्ञानी आप निरंकार 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 ब्रह्म ज्ञानी मुक्त जुगत जी का दाता हाँ शोभा
ਬ੍ਰਹਮ ਗਿਆਨੀ ਕੀ ਸੁਭਾ ਕੀ ब्रह्म ज्ञानी बनी बनी नानक ब्रह्म ज्ञानी सर्व का धनी ब्रह्म ज्ञानी की शोभा ब्रह्म ज्ञानी बनी ज्ञान ਜੀਵੈ ਨਹੀਂ ਮਰਤਾ ਨਹੀਂ ਮਰਤਾ ਮਨ ਪ੍ਰੀਤ ਚਰਨ ਕਮਲਾ ਰੇ ਰਾਜ ਨਾ ਚਾਹੂ ਰਾਜ ਨਾ ਚਾਹੂ ਮੁਕਤ ਨਾ ਪ੍ਰੀਤ ਚਰਨ ਕਮਲਾ ਰੇ
ਮਨ ਪ੍ਰੀਤ ਚਰਨ ਕਮਲਾ, ਮਨ ਪ੍ਰੀਤ ਮਨ ਪ੍ਰੀਤ ਚਰਨ ਕਮਲਾ ਰੇ, ਅੰਮ੍ਰਿਤਾ ਪ੍ਰੇਮ ਬਚਨ ਪ੍ਰੀਤ ਚਰਨ ਕਮਲਾ ਰੇ।
ਰਾਜ ਨਾ ਜਾਵਾਂ ਮੁਕਤ
जगत लाचा मन प्रीत चरण कमला रे राज नाचा मुकत लाचा राज ना चाहूं मुक्त ना चाहूं मन प्रीत चरण कमला रे सच जाने कैन कथन तो परे महान जोधे संत सिपाही संत बाबा जरनैल सिंह जी खालसा संत बाबा ठाकुर सिंह साहब जी संत बाबा हरनाम सिंह जी खालसा ये सच जाण्यो बाबा जी बैठे ने मैं एक गल आख के क्योंकि साडा विशा कीर्तन दा है ते सानू कीर्तन ही सोहदा है बहुत बहुत ही उच्चे बुलारे बहुत विद्वान सारे आप संगत नूं संबोधन आउणे ने संगत दे चरण परसने ने मैं एक गल आखनी जरूर चाहुंदा सी दिल दे मन दे भाव हुंदे ने ना कई वारी जुड़े हुंदे ने ਛੋਟੀ ਹੋਣ ਤੋਂ ਐਸੇ ਸਮੇਂ ਬਣੇ ਮਾਲਕ ਨੇ ਐਸੇ ਤਰਸ ਕੀਤਾ ਬੜੀਆਂ ਸਟੇਜਾਂ ਦੇ ਉੱਤੇ ਮਹਾਂਪੁਰਖਾਂ ਦੇ ਗੋਦੀ ਦੇ ਵਿੱਚ ਬਹਿ ਕੇ ਮਹਾਂਪੁਰਖਾਂ ਦੇ ਲਾਗੇ ਬੈਠ ਕੇ ਕੀਰਤਨ ਕੀਤਾ ਪਰ ਸੱਚ ਜਾਣਿਓ ਸੰਗਤ ਜੀ ਬੜਾ ਮਨ ਸੀ ਬਹੁਤ ਮਨ ਸੀ ਮੈਂ ਦਿਲ ਦੇ ਭਾਵ ਨੇ ਕਿ ਇੱਕ ਦਿਨ ਜਦੋਂ ਕੀਰਤਨ ਸਿੱਖਣਾ ਆਰੰਭ ਕੀਤਾ ਸੀ ਸੱਚਖੰਡ ਸਾਹਿਬ ਗੁਰੂ ਦਰਬਾਰ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੀਰਤਨ ਕਰ ਸਕੀ ਇਹੀਓ ਇੱਕ ਲਾਲਸਾ ਲੈ ਕੇ ਕੀਰਤਨ ਆਰੰਭ ਕੀਤਾ ਸੀ ਬੜੇ ਸਥਾਨਾਂ 'ਤੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬੈਠੇ ਹਾਂ ਗੁਰੂ ਸਾਹਿਬ ਜੀ ਦੀ ਗੋਦੀ ਦੇ ਵਿੱਚ ਬੈਠੇ ਪਰ ਸੱਚ ਜਾਣਿਓ ਇੱਕ ਨਿਸ਼ਚਾ ਸੀ ਮਨ ਦੇ ਵਿੱਚ ਪਰ ਇਹ ਨਹੀਂ ਪਤਾ ਸੀ ਇੰਨੀ ਛੇਤੀ ਹਜੇ ਇਸੇ ਮਹੀਨੇ ਮਹਾਰਾਜ ਸਾਹਿਬ ਜੀ ਨੇ ਤਰਸ ਕੀਤਾ ਇੱਥੇ ਲਿਆਂਦਾ ਕੇਸਗੜ੍ਹ ਸਾਹਿਬ ਜੀ ਦੀ ਧਰਤੀ ਤੋਂ ਅਤੇ ਇੱਥੇ ਆਉਂਦਿਆਂ ਹੀ ਮਹਾਂਪੁਰਖਾਂ ਦਾ ਹੁਕਮ ਲੱਗ ਗਿਆ ਬੜਾ ਤਰਸ ਕੀਤਾ ਬਾਪੂ ਨੇ ਬੜਾ ਤਰਕ ਕੀਤਾ ਮਹਾਂਪੁਰਖਾਂ ਨੇ ਗੁਰੂ ਸਾਹਿਬ ਜੀ ਨੇ ਇਸ ਸਥਾਨ 'ਤੇ ਲਿਆ ਕੇ ਇੱਥੇ ਕੀਰਤਨ ਦੀ ਹਾਜ਼ਰੀ ਮਨ ਦੀ ਲਾਲਸਾ ਸੀ ਅਤੇ ਆਪ ਜੀ ਨੇ ਤਰਸ ਕਰਕੇ ਇੱਥੇ ਬਿਠਾਇਆ ਸੱਚ ਜਾਣਿਓ ਕਹਿਣ ਦੀ ਗੱਲ ਨਹੀਂ ਹੈ ਕੀਰਤਨ ਤੋਂ ਬਾਹਰ ਹੋ ਜਾਂਦਾ ਪਰ ਜ਼ਰੂਰ ਇਹ ਮਨ ਦਾ ਵਲਵਲਾ ਸੀ ਮਨ ਦੇ ਵਿੱਚ ਸੀ ਕਿ ਮੈਂ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬਹਿ ਕੇ ਜ਼ਰੂਰ ਦੱਸਾਂ ਕਿ ਬੜੇ ਸਟੇਜਾਂ 'ਤੇ ਬੈਠੇ ਪਰ ਕੋਈ ਜਾਣਦਾ ਨਹੀਂ ਹੈ ਪਰ ਅੱਜ ਮਹਾਰਾਜ ਸਾਹਿਬ ਜੀ ਨੇ ਬੜਾ ਤਰਸ ਕਰਕੇ ਇਹਨਾਂ ਦੇ ਸਨਮੁਖ ਬਹਿ ਕੇ ਆਪ ਸੰਗਤ ਦੇ ਸਨਮੁਖ ਬਹਿ ਕੇ ਕੀਰਤਨ ਦੀ ਹਾਜ਼ਰੀ ਸਮਾਂ ਮਿਲਿਆ ਬਹੁਤ ਬਹੁਤ ਧੰਨਵਾਦ ਹੈ ਅਤੇ ਮਨ ਦੇ ਵਿੱਚ ਚਾਹ ਸੀ ਮੈਂ ਵੀਰ ਜੀ ਉਹਨਾਂ ਨੂੰ ਕਹਿੰਦਾ ਸੀ ਵੀ ਅਸੀਂ ਇੱਥੇ ਆ ਕੇ ਨਾ ਸ਼ਬਦ ਪੜ੍ਹਨਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਅੱਜ ਜੋ ਸਮਾਂ ਚੱਲਦਾ ਨਾ ਵੀ ਪਤਾ ਨਹੀਂ ਕੀ ਹੁੰਦਾ ਇਹਦੇ ਨਾਲ ਕੀ ਹੁੰਦਾ ਇਹ ਹੁੰਦਾ ਇਹ ਸਾਡੇ ਸਾਹਮਣੇ ਨਾ ਬਾਪੂ
ਸੰਸਾਰ ਸਾਰੇ ਜਾਣਦੇ, ਜੈ ਜੈਕਾਰਾਂ ਦੀਆਂ ਗੂੰਜਾਂ ਨੇ ਸਾਰੇ ਸੰਸਾਰ ਦੇ ਵਿੱਚ, ਕਾਹਦੀਆਂ ਜੈ ਜੈਕਾਰਾਂ ਨੇ, ਹਰ ਮਨ ਧਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਇਹ ਹੁੰਦੀਆਂ ਰਹਿਣੀਆਂ ਨੇ, ਕੋਈ ਲੱਖ ਜੋ ਮਰਜ਼ੀ ਨਿੰਦੀ ਜਾਵੇ, ਅਤੇ ਸਾਰੀ ਸੰਗਤ ਦੇ ਚਰਨਾਂ 'ਚ ਅਰਦਾਸ ਹੈ ਆਪ ਜੀ ਨੇ ਕਿਰਪਾ ਕਰਕੇ ਸ਼ਬਦ ਸਾਡੇ ਨਾਲ, ਕਿਉਂਕਿ ਮਹਾਂਪੁਰਖ ਬੈਠੇ ਨੇ, ਬਾਅਦ ਦੇ ਵਿੱਚ ਆਪ ਸੰਗਤ ਦੇ ਚਰਨ ਪਰਸਨੇ ਨੇ, ਇੱਕ ਸ਼ਬਦ ਦੀ ਹਾਜ਼ਰੀ ਭਰਾਂਗੇ, ਅਤੇ ਜਿੰਨਾ ਹੋ ਸਕੇ ਸਾਰੇ ਨਾਲ ਕਿਰਪਾ ਕਰੋ, ਸਾਰਾ ਜ਼ੋਰ ਲਾ ਕੇ ਅਸੀਂ ਕੀਰਤਨ ਕਰਨਾ, ਅਤੇ ਆਪ ਜੀ ਨੇ ਕਿਰਪਾ ਕਰਨੀ, ਨਾਲ ਗਾਉਣਾ, ਕੀਰਤਨੀਏ ਬੈਠੇ ਹੋ, ਵਿਦਵਾਨ ਬੈਠੇ ਹੋ, ਸਾਰੇ ਮਿਹਰ ਕਰਿਓ, ਇਹ ਸ਼ਬਦ ਨਾਲ ਜ਼ਰੂਰ ਪੜਿਓ। ਆਪ ਜੀ ਬੜੇ ਮਨ ਦੇ ਵਿੱਚ ਚਾਅ ਸੀ ਇੱਥੇ ਆ ਕੇ ਸ਼ਬਦ ਪੜ੍ਹੀਏ, ਅਤੇ ਬਾਪੂ ਨੇ ਤਸ ਕਰਕੇ ਬਿਠਾਇਆ, ਅਤੇ ਉਹ ਸਾਰੇ ਕਿਰਪਾ ਕਰਿਓ, ਹਰ ਮਨ ਧਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਸਾਰੇ ਰਲ ਕੇ ਪੜ੍ਹੀਏ ਜੀ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋ, ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਕਰੇ ਸਭ ਕੋ, ਜੈ ਜੈਕਾਰ ਕਰੇ ਸਭ ਕੋਈ, ਹਰ ਮਨ ਤਨ ਵਸਿਆ ਸੋਈ, 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 ਜੈ ਕੀਮਤ ਕਹੀ
ਹਾਂ ਕੁਰਬਾਨ ਜਾਈ ਤੇਰੇ ਨਾਮ ਹੈ, ਹਾਂ ਕੁਰਬਾਨ ਜਾਈ ਤੇਰੇ ਨਾਮ ਹੈ, ਹਾਂ ਕੁਰਬਾਨ ਜਾਈ ਤੇਰੇ ਨਾਮ ਹੈ, ਹਾਂ ਕੁਰਬਾਨ ਜਾਈ ਤੇਰੇ ਨਾਮ ਹੈ। ਨੀ ਸਦਾ ਮਾਪਾ ਨੀ ਮਾ ਸਾ, ਹਾਂ ਕੁਰਬਾਨ ਜਾਈ ਤੇਰੇ ਨਾਲ, ਜਿਸਨੂੰ ਬਖਸ਼ ਲਏ ਮੇਰੇ ਪਿਆਰੇ, ਸੰਤਾ
ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਜੈ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤਰਸ ਕਰਨ, ਕਿਰਪਾ ਕਰਨ ਇਹਨਾਂ ਸਥਾਨਾਂ 'ਤੇ, ਇਹ ਜਿਹੜੀਆਂ ਜੈ ਜੈਕਾਰਾਂ ਨੇ ਨਾਮ ਦੀਆਂ, ਜਿਹੜਾ ਅਸੀਂ ਸਿੱਖਦੇ ਹਾਂ, ਰੋਜ਼ਾਨਾ ਸਿੱਖਦੇ ਹਾਂ। ਬੜਾ ਸੋਹਣਾ ਲਿਖਿਆ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ ਯਾਦ, ਅਤੇ ਯਾਦ ਕਹਿੰਦੇ ਉਹ ਮਨਾਈ ਸਫਲੀ ਹੈ ਜਿਹੜੀ ਯਾਦ ਨੂੰ ਮਨਾ ਕੇ ਸਾਨੂੰ ਸਮਝ ਆਵੇ ਵੀ ਉਹਨਾਂ ਦਾ ਟੀਚਾ ਕੀ ਸੀ, ਉਹਨਾਂ ਦਾ ਉਪਦੇਸ਼ ਕੀ ਸੀ, ਸੰਦੇਸ਼ ਕੀ ਸੀ, ਆਦੇਸ਼ ਕੀ ਸੀ। ਅਤੇ ਜੇ ਅਸੀਂ ਉਹਦੇ ਮਾਰਗ 'ਤੇ ਚੱਲਾਂਗੇ ਤਾਂ ਅੱਜ ਵੇਖੋ ਸੰਸਾਰ ਦੇ ਵਿੱਚ ਜੈ ਜੈਕਾਰਾਂ ਗੂੰਜਦੀਆਂ ਨੇ ਨਾ। ਤਰਸ ਕਰਨ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਮਿਹਰ ਕਰਨ, ਬਹੁਤ ਧੰਨਵਾਦ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਤਿੰਨਾਂ ਦਾ, ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਪਰਸਨ ਦਾ ਹੁਕਮ ਲਾਇਆ, ਮਿਹਰ ਕੀਤੀ ਹੈ, ਇਹਨਾਂ ਸਥਾਨਾਂ 'ਤੇ ਬੁਲਾਇਆ, ਸੱਦਿਆ ਹੈ ਅਤੇ ਇੱਥੇ ਆਪ ਸੰਗਤ ਦੇ ਵਿੱਚ ਵਡਿਆਈ ਬਖਸ਼ਿਸ਼ ਕੀਤੀ ਹੈ। ਧੰਨਵਾਦ, ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਭੁੱਲਾਂ ਚੁੱਕਾਂ ਨਾਚ ਉਤਾਰਦਿਆਂ ਬੱਚਿਆਂ ਜਾਣ ਕੇ, ਆਪ ਜੀ ਆਪਣੇ ਬੱਚੇ ਜਾਣ ਕੇ ਮਾਫ਼ੀ ਬਖਸ਼ਿਸ਼ ਕਰਨੀ, ਕਿਰਪਾ ਕਰਨੀ, ਝੋਲੀ ਦੇ ਵਿੱਚ ਕੀਰਤਨ ਦੀ ਦਾਤ ਪਾਉਣੀ, ਆਪ ਸੰਗਤ ਦੇ ਚਰਨਾਂ 'ਚ, ਮਹਾਂਪੁਰਖਾਂ ਦੇ ਚਰਨਾਂ 'ਚ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੈ, ਮਿਹਰ ਕਰਨੀ ਭੁੱਲਾਂ ਚੁੱਕਾਂ ਨਾਚ ਉਤਾਰਦਿਆਂ, ਬਖਸ਼ੋ ਆਸੀਸ ਗਜਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਦੇ ਮਾਲਕ, ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਤਿੰਨਾਂ ਦੀ ਪਾਵਨ ਪਵਿੱਤਰ ਗੋਚ ਬਿਰਾਜਮਾਨ ਗੁਰਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਾ ਭਾਈ ਸਿਮਰਪ੍ਰੀਤ ਸਿੰਘ ਜੀ ਪਾਸੋਂ ਮਹਾਂਪੁਰਖਾਂ ਦੀ ਸਿਮਰਤੀ ਦੇ ਵਿੱਚ ਗੁਰਬਾਣੀ ਪਾਰ ਬ੍ਰਹਮ ਈਸ਼ਵਰ ਨੂੰ ਯਾਦ ਕਰਦਿਆਂ ਰਸ ਵਿੱਚ ਡੁਬੀਜ ਕੇ ਬੜਾ ਹੀ ਰਸਦਾਇਕ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ। ਧੰਨਵਾਦ ਉਹਨਾਂ ਦਾ, ਬਹੁਤ ਬਹੁਤ ਸਤਿਕਾਰ ਉਹਨਾਂ ਦਾ। ਹੁਣ ਵੇਲਾ ਹੈ ਕਥਾ ਗੁਰ ਇਤਿਹਾਸ ਦਾ। ਮਹਾਂਪੁਰਖਾਂ ਨੇ ਇੱਕ ਘੰਟੇ ਦੇ ਸਮੇਂ ਲਈ, ਸਵਾ ਘੰਟੇ ਦੇ ਸਮੇਂ ਲਈ, ਜਿੰਨਾ ਉਹ ਚਾਹੁਣ। ਮਹਾਂਪੁਰਖਾਂ ਨੇ ਅਪ੍ਰੈਲ 'ਚ 35 ਤਕਰੀਬਨ ਸਮਾਗਮ ਜ਼ਿਲ੍ਹਾ ਗੁਰਦਾਸਪੁਰ 'ਚ ਕੀਤੇ, 31 ਸਮਾਗਮ ਮਈ ਦੇ ਮਹੀਨੇ ਜ਼ਿਲ੍ਹਾ ਅੰਮ੍ਰਿਤਸਰ 'ਚ ਕੀਤੇ। ਇਹ ਸਭ ਬੜੇ ਸਤਿਕਾਰ ਮਾਣ ਨਾਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸ਼ਹੀਦ ਹੋਏ ਸਿੰਘਾਂ ਦੀ ਸਿਮਰਤੀ ਸੀ, ਜਿਨ੍ਹਾਂ ਨੇ ਬਲਿਊ ਸਟਾਰ ਐਕਸ਼ਨ ਦੇ ਵਿੱਚ ਆਪਣੇ ਸਰੀਰ ਦੀ ਆਹੂਤੀ ਦੇ ਕੇ ਸ਼ਹੀਦੀਆਂ ਦੀ ਪਰੰਪਰਾ ਨੂੰ ਪਰਿਪੱਕ ਕਰਕੇ
ਦਰਸਾ ਦਿੱਤਾ ਸ਼ਹੀਦ ਕੀ ਹੁੰਦਾ ਹੈ ਅਤੇ ਸ਼ਹੀਦ ਕਿਵੇਂ ਹੋਈਦਾ ਹੈ ਅਤੇ ਵੇਲੇ ਦੇ ਜਿਹੜੇ ਜ਼ਾਲਮ ਹਕੂਮਤ ਹੈ ਉਹਨਾਂ ਨੂੰ ਨੱਥ ਕਿਵੇਂ ਪਾਈਦੀ। ਇਸ ਲਈ ਮਹਾਂਪੁਰਖ ਬਿਰਾਜਮਾਨ ਨੇ, ਮਹਾਂਪੁਰਖਾਂ ਦਾ ਹੁਣ ਅਸੀਂ ਉਹਨਾਂ ਦੀ ਰਸਨਾ ਤੋਂ ਆਓ, ਮਨ ਨੂੰ ਇਕਾਗਰ ਕਰਕੇ ਇੱਕ ਚਿੱਤ ਹੋ ਕੇ ਗੁਰ ਧਿਆ ਸਰਵਣ ਕਰੀਏ। ਅਗਲਾ ਪ੍ਰੋਗਰਾਮ ਜਿਵੇਂ ਤੁਸੀਂ ਰੋਜ਼ ਜਾਣਦੇ ਹੋ ਕਿ ਇਹ ਹੁਣ ਸਾਡਾ ਚੱਲਦਾ ਪਿਆ ਸ਼ਹੀਦੀ ਸਮਾਗਮ, ਸੰਗਤ ਅੱਜ ਕੋਈ ਲੇਟ ਆਈ ਆ, ਜਾਂ ਤਾਂ ਬੱਸਾਂ ਲੇਟ ਗਈਆਂ ਨੇ, ਜਾਂ ਬੱਸਾਂ ਦੇ ਵਿੱਚ ਪੂਰੀਆਂ ਸਵਾਰੀਆਂ ਨਹੀਂ ਆਈਆਂ ਅਤੇ ਬੱਸਾਂ ਸਮੇਂ ਸਿਰ ਤੁਰੀਆਂ ਨੇ। ਖੈਰ, ਅਖੀਰ 'ਤੇ ਬੇਨਤੀ ਮੈਂ ਕਰਾਂਗਾ, ਹੁਣ ਤਾਂ ਮਹਾਂਪੁਰਖਾਂ ਦਾ ਧੰਨਵਾਦ ਹੈ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਦਾ, ਜਿਨ੍ਹਾਂ ਨੇ ਪਿਛਲੇ 2 ਮਹੀਨਿਆਂ ਤੋਂ ਉਹਨਾਂ ਸ਼ਹੀਦ ਸਿੰਘਾਂ ਦੀ ਸਿਮਰਤੀ ਵਿੱਚ, ਵੱਡੇ ਮਹਾਂਪੁਰਖਾਂ ਦੀ ਯਾਦ ਵਿੱਚ ਇਹ ਸਾਰੇ ਸਮਾਗਮ ਕੀਤੇ ਨੇ, ਅਤੇ ਹੁਣ ਵੀ 1, 2, 3, 4, 5 ਜੂਨ ਨੂੰ ਰੋਜ਼ਾਨਾ 3:30 ਵਜੇ ਮੰਚ ਰੱਖੋ, ਇਹ ਸਮਾਗਮ ਸ਼ੁਰੂ ਹੋ ਕੇ 7 ਵਜੇ ਤੱਕ ਚੱਲਿਆ ਕਰਨੇ ਨੇ। ਮੈਂ ਉਹਨਾਂ ਨੂੰ ਸਤਿਕਾਰ ਸਹਿਤ ਬੜੇ ਪਾਵਨ ਰਸਨਾ ਜੋ ਹੈ ਉਹਨਾਂ ਦੀ ਕਿਰਪਾ ਕਰਨ, ਵਾਹਿਗੁਰੂ ਆਸ਼ੀਰਵਾਦ ਦੇਣ ਬਾਬਾ ਜੀ ਬੇਨਤੀ ਕਰਾਂ। ਮਹਾਂਪੁਰਖੋ, ਆਪ ਜੀ ਨੇ ਇਸ ਇਲਾਕੇ ਨੂੰ ਨਵਾਜਿਆ, ਸੰਗਤ ਨੂੰ ਨਵਾਜਿਆ, ਅੱਜ ਵੀ ਕਿਰਪਾ ਕਰੋ, ਆਪਣੀ ਪਾਵਨ ਰਸਨਾ ਤੋਂ ਗੁਰ ਧਿਆ ਸਰਵਣ ਕਰਾ ਕੇ ਨਵਾਜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ, ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੂਨ ਪੂਨ ਸੀਸਾ, ਪੂਨ ਪੂਨ ਸੀਸਾ, ਬੰਦੋ ਵਾਰ ਵਾਰ ਜਗਦੀ
ਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੂਦ ਸੂਰ ਕਲਿਆਣ ਇੱਕ ਆਇਓ ਸਤਿਗੁਰ ਤੀਰ ਪਗ ਪੰਕਜ ਪਰ ਨਮੋ ਕਰ ਕਹੀ ਅਰਜ ਉਰ ਧੀਰ ਸੂਦ ਸੂਰ ਕਲਿਆਣ ਇੱਕ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਦਮਦਮੀ ਟਕਸਾਲ ਦੇ ਮੁੱਖ ਕੇਂਦਰੀ ਅਸਥਾਨ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੁਗੋ ਜੁਗਾ ਟਲ ਸਤਿਗੁਰੂ ਗਰੀਬਨ ਵਾਰਡ ਸਤਿਗੁਰੂ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਉਹਨਾਂ ਸ਼ਹੀਦਾਂ ਦੇ ਮਹਾਂਪੁਰਖਾਂ ਦੇ ਪਾਵਨ ਅਸਥਾਨ 'ਤੇ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਔਰ ਮੀਰੀ ਪੀਰੀ ਦੇ ਮਹਾਨ ਕੇਂਦਰ ਭਗਤੀ ਔਰ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਅੱਜ ਤੋਂ ਲਗਭਗ 35 ਸਾਲ ਪਹਿਲਾਂ ਉਸ ਸਮੇਂ ਦੀ ਜ਼ਾਲਮ ਅਤੇ ਨਿਰਦਾਈ ਹਕੂਮਤ ਵੱਲੋਂ ਕੀਤੇ ਹੋਏ ਹਮਲੇ ਦੌਰਾਨ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਮਹਾਨ ਸ਼ਹੀਦੀਆਂ ਦਿੱਤੀਆਂ ਉਹ ਬਜ਼ੁਰਗ ਉਹ ਮਾਤਾਵਾਂ ਛੋਟੇ ਛੋਟੇ ਪਚੰਗੀ ਨੌਜਵਾਨ ਜਿਨ੍ਹਾਂ ਨੂੰ ਉਸ ਸਮੇਂ ਦੀ ਜ਼ਾਲਮ ਸਰਕਾਰ ਵੱਲੋਂ ਨਿਸ਼ਾਨਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਤੋਪਾਂ ਟੈਂਕਾਂ ਦੇ ਨਾਲ ਢਹਿ ਢੇਰੀ ਕੀਤਾ ਐਸਾ ਅਤਿਆਚਾਰ ਐਸਾ ਜਬਰ ਔਰ ਜ਼ੁਲਮ
ਉਸ ਪਾਵਨ ਪਵਿੱਤਰ ਅਸਥਾਨ ਉੱਤੇ ਕੀਤਾ ਗਿਆ, ਬਲਕਿ 37 ਹੋਰ ਗੁਰਧਾਮਾਂ 'ਤੇ ਵੀ ਉਸ ਸਮੇਂ ਦੀ ਹਕੂਮਤ ਨੇ ਹਮਲਾ ਕੀਤਾ। ਸਤ ਸੰਗਤ ਜੀ, ਸਿੱਖ ਪੰਥ ਦੀ ਆਨ ਅਤੇ ਸ਼ਾਨ ਦੀ ਖਾਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਪ੍ਰਾਣਾਂ ਤੋਂ ਪਿਆਰੇ ਗੁਰਧਾਮਾਂ ਦੀ ਰੱਖਿਆ ਲਈ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਔਰ ਉਹਨਾਂ ਦੀ ਯੋਗ ਅਗਵਾਈ ਹੇਠ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜਨਰਲ ਸਰਦਾਰ ਸੁਬੇਗ ਸਿੰਘ ਜੀ, ਸ਼ਹੀਦ ਬਾਬਾ ਠਾਰਾ ਸਿੰਘ ਜੀ ਸਮੇਤ ਅਣਗਿਣਤ ਸਿੰਘਾਂ ਨੇ ਜ਼ਾਲਮ ਫੌਜਾਂ ਨਾਲ ਜੂਝ ਕੇ ਸ਼ਹੀਦੀਆਂ ਪਾਈਆਂ। ਅੱਜ ਖਾਲਸਾ ਜੀ ਸ਼ਹੀਦੀ ਘੱਲੂਘਾਰਾ ਹਫ਼ਤਾ ਜੋ ਹੈ, ਜਿਸ ਨੂੰ ਸਿੱਖ ਪੰਥ ਦੇ ਅੰਦਰ ਤੀਸਰਾ ਸ਼ਹੀਦੀ ਘੱਲੂਘਾਰਾ ਕਿਹਾ ਜਾਂਦਾ ਹੈ, ਅੱਜ ਉਹ ਸ਼ਹੀਦੀ ਘੱਲੂਘਾਰੇ ਦੇ ਸਮਾਗਮ ਪ੍ਰਾਰੰਭ ਹੋ ਚੁੱਕੇ ਹਨ। ਆਪ ਸੰਗਤਾਂ ਨੇ ਜਿੱਥੇ ਇਸ ਇਲਾਕੇ ਦੀ ਸੰਗਤ ਦੇ ਸਿੰਘਾਂ ਕੋਲੋਂ, ਮਾਤਾਵਾਂ ਕੋਲੋਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਰਾਗੀ ਭਾਈ ਸਿਮਰਪ੍ਰੀਤ ਸਿੰਘ ਜੀ ਦੇ ਜਥੇ ਤੋਂ ਬਹੁਤ ਹੀ ਰਸ ਭਿੰਨਾ ਗੁਰੂ ਕੀ ਬਾਣੀ ਦਾ ਕੀਰਤਨ ਸੁਣਿਆ ਹੈ। ਮਨ ਦੀ ਬਿਰਤੀ ਨੂੰ ਇਕਾਗਰ ਕਰੋ, ਕਦੇ ਉਹ ਦਿਨ ਵੀ ਅਸੀਂ ਆਪਣੀਆਂ ਅੱਖਾਂ ਨਾਲ ਵੇਖੇ ਕਿ ਜਦੋਂ ਵੱਡੇ ਸੰਤਾਂ ਦਾ ਜੋੜ ਮੇਲਾ ਆਉਣਾ ਤਾਂ ਇੱਕ ਹਫ਼ਤਾ ਪਹਿਲਾਂ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਜਥੇ ਸਮੇਤ ਇਸ ਅਸਥਾਨ ਦੇ ਉੱਤੇ ਆ ਜਾਣਾ, ਕਿਉਂਕਿ ਜਥਾ ਉਦੋਂ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਹਿੰਦੁਸਤਾਨ ਵਿੱਚ ਵਿਚਰ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰਿਆ ਕਰਦਾ ਸੀ, ਪਰ ਜੋੜ ਮੇਲਿਆਂ ਦੇ ਨੇੜੇ ਇੱਕ ਹਫ਼ਤਾ ਪਹਿਲਾਂ ਆ ਕੇ ਇਸ ਅਸਥਾਨ 'ਤੇ ਕਥਾ ਦੇ ਪ੍ਰਵਾਹ ਚਲਾਉਣੇ ਔਰ ਸੰਗਤਾਂ ਨੇ ਬੜੀ ਸ਼ਰਧਾ ਨਾਲ ਉਹਨਾਂ ਮਹਾਂਪੁਰਖਾਂ ਦੇ ਮੁਖਾਰ ਬਿੰਦ ਤੋਂ ਕਥਾ ਸੁਣਿਆ ਕਰਨੀ। ਫਿਰ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਇਹਨਾਂ ਦੋਨੋਂ ਮਹਾਂਪੁਰਖਾਂ ਦੇ ਸਾਲਾਨਾ ਜੋੜ ਮੇਲਿਆਂ 'ਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਜਥੇ ਸਮੇਤ ਆਉਣਾ ਔਰ ਇੱਕ ਹਫ਼ਤਾ ਲਗਾਤਾਰ ਇਸ ਅਸਥਾਨ 'ਤੇ ਸੰਗਤਾਂ ਨੂੰ ਕਥਾ ਸਰਵਣ ਕਰਵਾਉਣੀ, ਉਹ ਵੀ ਸਮੇਂ ਆਪਾਂ ਆਪਣੀਆਂ ਅੱਖਾਂ ਨਾਲ ਵੇਖੇ ਹੈ, ਉਹ ਵੀ ਸਮਾਂ ਆਪਾਂ ਆਪਣੀਆਂ ਅੱਖਾਂ ਨਾਲ ਵੇਖਿਆ ਜਦੋਂ 1984 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਣ ਵਾਲੇ ਸਿੰਘ ਇਸ ਅਸਥਾਨ 'ਤੇ ਰਹਿ ਕੇ ਗੁਰਬਾਣੀ ਦੀ ਸੰਥਿਆ ਕਰਦੇ ਰਹੇ, ਗੁਰਮਤਿ ਦਾ ਗਿਆਨ ਪ੍ਰਾਪਤ ਕਰਦੇ ਰਹੇ ਔਰ ਇਸ ਅਸਥਾਨ ਦੀਆਂ ਉਹਨਾਂ ਨੇ ਵੱਡੀਆਂ ਸੇਵਾਵਾਂ, ਲੱਕ ਬੰਨ੍ਹ ਕੇ ਟੋਕਰੀਆਂ ਢੋਈਆਂ, ਝਾੜੂ ਦਿੱਤੇ, ਬਰਤਨ ਮਾਂਜੇ,
ਔਰ ਮਹਾਨ ਘਾਲਣਾ ਦੇ ਨਾਲ ਨਾਲ ਉਹਨਾਂ ਸਿੰਘਾਂ ਨੇ ਇਸ ਅਸਥਾਨ 'ਤੇ ਰਹਿ ਕੇ ਗੁਰਬਾਣੀ ਦਾ ਰੱਜ ਰੱਜ ਕੇ ਨਿਤਨੇਮ ਕੀਤਾ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਰਹੇ। ਆਪਣਾ ਜੀਵਨ ਕੌਮ ਦੇ ਲੇਖੇ, ਧਰਮ ਦੇ ਲੇਖੇ ਲਾਉਣ ਵਾਸਤੇ ਉਹਨਾਂ ਨੇ ਸਾਰੀਆਂ ਤਿਆਰੀਆਂ ਇਸ ਅਸਥਾਨ ਤੋਂ ਹੀ ਆਰੰਭੀਆਂ ਸਨ। ਇਸ ਕਰਕੇ ਸਾਧ ਸੰਗਤ ਜੀ, ਇਹ ਅਸਥਾਨ ਉਹਨਾਂ ਸ਼ਹੀਦਾਂ ਦਾ ਆਪਣਾ ਘਰ ਹੈ, ਕਰਮ ਭੂਮੀ ਹੈ ਉਹਨਾਂ ਦੀ, ਔਰ ਸਾਨੂੰ ਇਸ ਗੱਲ ਦਾ ਹਮੇਸ਼ਾ ਹੀ ਇਤਿਹਾਸਕ ਤੌਰ 'ਤੇ ਫਖਰ ਮਹਿਸੂਸ ਹੋਏਗਾ ਕਿ ਅਸੀਂ ਆਪਣੇ ਸ਼ਹੀਦਾਂ ਦੇ ਘਰ ਵਿੱਚ ਆਪਣੇ ਸ਼ਹੀਦਾਂ ਦੀ ਯਾਦ ਮਨਾ ਰਹੇ ਹਾਂ। ਇਸ ਕਰਕੇ ਖਾਲਸਾ ਜੀ, ਆਓ ਆਪਣੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਮਹਾਂਪੁਰਖਾਂ ਨੂੰ ਯਾਦ ਕਰਦਿਆਂ ਹੋਇਆਂ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੇ ਚਰਨਾਂ ਵਿੱਚ ਭਾਈ ਕਲਿਆਣ ਨਾਮੇ ਗੁਰੂ ਕਾ ਸਿੱਖ ਆਇਆ ਹੈ। ਉਸ ਸਿੱਖ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਔਰ ਉਸ ਸਿੱਖ ਉੱਤੇ ਸਤਿਗੁਰੂ ਜੀ ਮਹਾਨ ਬਖਸ਼ਿਸ਼ਾਂ ਕਰ ਰਹੇ ਹਨ। ਬਹੁਤ ਹੀ ਰਸਦਾਇਕ ਕਥਾ ਹੈ। ਆਪ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਬੜੇ ਧਿਆਨ ਨਾਲ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੂਦ ਸੂਰ ਕਲਿਆਣ ਇੱਕ। ਸੂਦ ਜਾਤੀ ਦਾ ਸੂਰਮਾ ਭਾਈ ਕਲਿਆਣ ਗੁਰੂ ਕਾ ਪ੍ਰੇਮੀ, ਬੜੀ ਸ਼ਰਧਾ ਭਾਵਨਾ ਵਾਲਾ ਇੱਕ ਸਿੱਖ ਹੈ। ਆਇਓ ਸਤਿਗੁਰ ਤੀਰ। ਧੰਨ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰਾਂ ਦੇ ਦਰਸ਼ਨ ਕਰਨ ਆਏ ਹਨ। ਪਗ ਪੰਕਜ ਪਰ ਨਮੋ ਕਰ। ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਕੇ ਨਾ ਮਹਾਂਪੁਰਖਾਂ ਨੇ ਕਹੀ ਅਰਜ ਔਰ ਧੀਰ, ਧੀਰਜ ਧਾਰ ਕੇ ਸਤਿਗੁਰਾਂ ਨੂੰ ਅਰਜ ਕੀਤੀ ਹੈ, ਬੇਨਤੀ ਕੀਤੀ ਹੈ। ਚੌਪਈ ਸੁਣੋ ਗੁਰੂ ਜੀ ਮੈਂ ਰਣ ਖੇਤ। ਇਹ ਸਤਿਗੁਰੂ ਜੀ, ਜਦੋਂ ਕਦੇ ਜੰਗ ਹੁੰਦਾ ਹੈ, ਰਣ ਭੂਮੀ ਵਿੱਚ ਜੂਝਣਾ ਪੈਂਦਾ ਹੈ ਮੈਨੂੰ, ਨਿਰਭੈ ਰਹੋ ਰਿਪ ਹਿਤ ਬਹਿਤ। ਮੈਂ ਕਦੇ ਵੱਡੇ ਤੋਂ ਵੱਡੇ ਬੈਰੀਆਂ ਤੋਂ ਡਰਿਆ ਨੀ, ਘਬਰਾਇਆ ਨੀ, ਡੋਲਿਆ ਨੀ, ਨਿਰਭੈਤਾ ਰੱਖਦਾ ਹੋਇਆ ਵੈਰੀਆਂ ਨੂੰ ਮੈਦਾਨੇ ਜੰਗ ਵਿੱਚ ਸਾਹਮਣੇ ਹੋ ਕੇ ਉਹਨਾਂ ਦੇ ਵਾਰ ਆਪਣੇ ਸਰੀਰ 'ਤੇ ਢਲਦਾ ਹੋਇਆ ਵੈਰੀਆਂ ਨੂੰ ਮਾਰਦਾ ਹਾਂ, ਨਾਸ਼ ਕਰਦਾ ਹਾਂ। ਦੋਨੋਂ ਦਲ ਮੁਕਾਬਲੇ ਧਰੇ। ਵੈਰੀ ਦਲ ਦੇ ਨਾਲ ਜਦੋਂ ਸਾਡਾ ਦੋਨੋਂ ਦਲਾਂ ਦਾ, ਇੱਧਰੋਂ ਅਸੀਂ ਅਤੇ ਦੂਜੇ ਪਾਸੇ ਵੈਰੀ, ਇਉਂ ਸਾਡਾ ਜਦੋਂ ਮੁਕਾਬਲਾ ਹੁੰਦਾ ਹੈ। ਜਬ ਹੂੰ ਸ਼ਸਤਰ ਚੱਲਣ ਲੱਗ ਪਰੇ। ਜਦੋਂ ਸੂਰਮਿਆਂ ਦੇ ਆਹਮੋ ਸਾਹਮਣੇ ਸ਼ਸਤਰ ਚੱਲਣ ਲੱਗ ਪੈਂਦੇ ਹੈ, ਜਿਵੇਂ ਅੱਜ ਤੋਂ ਸ਼ਸਤਰ ਚੱਲਣੇ ਸ੍ਰੀ ਹਰਿਮੰਦਰ ਸਾਹਿਬ ਸ਼ੁਰੂ ਹੋਏ, ਜ਼ਾਲਮ ਫੌਜ ਨੇ ਹਮਲਾ ਕੀਤਾ, ਅੱਗੋਂ ਮਹਾਂਪੁਰਖਾਂ ਨੇ ਜਨਰਲ ਸੁਬੇਗ ਸਿੰਘ ਜੀ ਨੇ ਬੜੀ ਤਰਤੀਬ ਦੇ ਨਾਲ ਵੈਰੀਆਂ ਦੇ ਵਾਰਾਂ ਨੂੰ ਝੱਲਿਆ ਅਤੇ ਉਹਨਾਂ ਜ਼ਾਲਮ ਫੌਜਾਂ ਨੂੰ ਚੜ੍ਹ ਕੇ ਆਈਆਂ ਨੂੰ ਮੌਤ ਦੇ ਘਾਟ ਉਤਾਰਿਆ। ਇਉਂ ਜਦੋਂ ਸ਼ਸਤਰ ਆਹਮੋ ਸਾਹਮਣੇ ਸੂਰਮਿਆਂ ਦੇ ਚੱਲਦੇ ਹੈ, ਮੈਂ ਡਰਦਾ ਨਹੀਂ, ਘਬਰਾਉਂਦਾ ਨਹੀਂ, ਤੁਹਾਡੀ ਕਿਰਪਾ ਨਾਲ ਮੈਨੂੰ ਇੰਨਾ ਤੁਸੀਂ ਬਲ ਬਖਸ਼ਿਆ, ਹੌਸਲਾ ਦਿੱਤਾ, ਤਾਕਤ ਦਿੱਤੀ ਹੈ,
ਵੈਰੀ ਦੇ ਦਲ ਵਿੱਚ ਜਾ ਕੇ ਮੈਂ ਵੜ ਜਾਂਦਾ ਹਾਂ। ਕਰ ਪ੍ਰਹਾਰ ਬਲ ਤੇਰੇ ਭਕਾਵਾਂ, ਬੜੇ ਬਲ ਨਾਲ ਜ਼ੋਰ ਨਾਲ ਵੈਰੀ ਉੱਤੇ ਵਾਰ ਕਰਦਾ ਤੇ ਵੈਰੀ ਨੂੰ ਥਾਈ ਮਾਰ ਦਿੰਦਾ ਹਾਂ। ਪੁੰਨ ਨਿਜ ਦਲ ਮੈਂ ਆਨ ਪ੍ਰਵੇਸ਼ਾਂ, ਵੈਰੀਆਂ ਦੇ ਦਲ ਵਿੱਚ ਵੈਰੀਆਂ ਨੂੰ ਮਾਰ ਕੇ ਫਿਰ ਮੈਂ ਆਪਣੀ ਫੌਜ ਵਿੱਚ ਆਪਣੇ ਸੂਰਮਿਆਂ ਵਿੱਚ ਮਹਾਰਾਜ ਸੁਰੱਖਿਅਤ ਐਨ ਸਹੀ ਢੰਗ ਦੇ ਨਾਲ ਆਪਣੇ ਸਰੀਰ ਦਾ ਬਚਾਅ ਕਰਦਾ ਹੋਇਆ ਵਾਪਸ ਮੁੜ ਆਉਂਦਾ ਹਾਂ। ਕਰਾਂ ਪਲਾਵਨ ਛਤਰ ਵਿਸ਼ੇਸ਼ੋ, ਔਰ ਜਦੋਂ ਮੈਂ ਵੈਰੀਆਂ ਤੇ ਟੁੱਟ ਕੇ ਪੈਣਾ, ਵੈਰੀ ਮੇਰੇ ਸਾਹਮਣੇ ਕਾਇਰ ਬਣ ਕੇ ਉਸੇ ਸਮੇਂ ਜੰਗ ਮੈਦਾਨ ਨੂੰ ਛੱਡ ਛੱਡ ਕੇ ਭੱਜ ਜਾਂਦੇ ਆ, ਕੋਈ ਸਾਹਮਣੇ ਨਹੀਂ ਖੜਦਾ ਹੈ। ਸੁਣ ਸ੍ਰੀ ਮੁਖ ਤੇ ਵਾਕ ਉਚਾਰੇ, ਸੁਭਾਏ ਮਾਨ ਮੁਖਾਰ ਬਿੰਦ ਤੋਂ ਭਾਈ ਕਲਿਆਣ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਹੈ। ਸੁਗਮ ਅਹੈ ਦਲ ਰਿਪ ਦਲ ਮਾਰੇ, ਸਿੱਖਾ ਵੈਰੀ ਦਲ ਦੇ ਵਿੱਚ ਵੈਰੀਆਂ ਨੂੰ ਮਾਰਨਾ ਬੜਾ ਸੌਖਾ ਹੈ। ਇਸ ਕੋ ਸਦਾ ਸਤ ਅਗਿਆਨ, ਇੱਕ ਜਿਹੜਾ ਅਗਿਆਨ ਰੂਪ ਸੂਰਮਾ ਨਾ ਆਪਣੇ ਅੰਦਰ, ਜਿਸ ਨੂੰ ਬੰਦਾ ਸਤ ਕਰਕੇ ਸਾਰੇ ਸੰਸਾਰ ਨੂੰ ਅਗਿਆਨ ਦੀ ਸ਼ਕਤੀ ਕਰਕੇ ਆਪਣੇ ਆਪ ਨੂੰ ਸੰਸਾਰ ਨੂੰ ਸਤ ਕਰਕੇ ਮੰਨੀ ਬੈਠਾ ਹੈ, ਜਿਹੜਾ ਐਸਾ ਅਗਿਆਨ ਹੈ ਜੋ ਸਾਰੀਆਂ ਆਸਰੀ ਫੌਜਾਂ ਦਾ ਮੁਖੀ ਹੈ। ਕਾਮ ਕ੍ਰੋਧ ਆਦਿਕ ਭਟ ਜਾਣ, ਜਿਸ ਦੇ ਕਾਮ ਕ੍ਰੋਧ ਲੋਭ ਮੋਹੰਕਾਰ ਆਦਿਕ ਸੂਰਮੇ ਅੱਗੇ ਬੜੇ ਭਾਰੀ। ਲੈ ਗੁਰ ਸ਼ਬਦ ਸ਼ਸਤਰ ਬਲ ਧਰਕੇ, ਜਿਹੜਾ ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਰੂਪ ਸ਼ਸਤਰਾਂ ਨੂੰ ਲੈ ਕੇ ਕਮਾਈ ਦਾ ਬਲ ਧਾਰ ਕੇ ਇਹਨੂੰ ਪ੍ਰਹਾਰ ਹਿਰਦੈ ਵਿਚਰਕੈ, ਵਿਚਾਰ ਦੇ ਨਾਲ ਇਹਨਾਂ ਵੈਰੀਆਂ ਨੂੰ ਜਿਹੜਾ ਮਾਰਨਾ ਨਾ ਹੈ, ਆਪਣੇ ਜੀਵਨ ਵਿੱਚ ਐਸੀ ਸੂਰਮਤਾਈ ਦਿਖਾਉਣੀ ਹੈ। ਮਹਾਂ ਸੂਰਮਾ ਕਹੀਐ ਸੋਏ, ਆਖੋ ਭਾਈ ਵਾਹਿਗੁਰੂ ਉਹ ਸਭ ਤੋਂ ਵੱਡਾ ਸੂਰਮਾ ਕਹੀਦਾ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਪ੍ਰਤੱਖ ਦੁਸ਼ਮਣਾਂ ਨੂੰ ਵੀ ਲੋਹੇ ਦੇ ਚਣੇ ਚਮਾਉਣ ਵਾਲੇ ਸੂਰਬੀਰ ਯੋਧੇ ਸਨ, ਔਰ ਉਹਨਾਂ ਨੇ ਅੰਤਰੀਬ ਵੈਰੀਆਂ ਨਾਲ ਵੀ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਮੁਕਾਬਲਾ ਕਰਕੇ ਫਤਿਹ ਪ੍ਰਾਪਤ ਕੀਤੀ। ਫਾਹੇ ਕਾਟੇ ਮਿਟੇ ਗਵਨ, ਫਿਤਹ ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤਨੀਤ। ਉਹਨਾਂ ਨੇ ਆਪਣੇ ਅਗਿਆਨ ਨੂੰ ਐਨ ਸਾੜ ਕੇ ਰੱਖ ਦਿੱਤਾ, ਆਪਣੇ ਕਾਮ ਕ੍ਰੋਧ ਲੋਭ ਮੋਹੰਕਾਰ ਵੈਰੀਆਂ ਦਾ ਨਾਸ਼ ਕਰਕੇ ਰੱਖ ਦਿੱਤਾ। ਸੋ ਉਹਨਾਂ ਨੇ ਦੋਨੋਂ ਤਰ੍ਹਾਂ ਦਾ ਯੁੱਧ ਸਾਹਮਣੇ ਵੈਰੀਆਂ ਨਾਲ ਵੀ, ਅੰਤਰੀਬ ਕਾਮ ਕ੍ਰੋਧ ਲੋਭ ਮੋਹੰਕਾਰ ਵੈਰੀ ਜਿਨ੍ਹਾਂ ਦਾ ਮੁਖੀ ਗਿਆਨ ਹੈ ਉਸ ਨਾਲ ਵੀ ਯੁੱਧ ਕਰਕੇ ਫਤਿਹ ਪ੍ਰਾਪਤ ਕੀਤੀ। ਸੁਖ ਮਹਾਂ ਸੂਰਮਾ ਕਹੀਐ ਸੋਏ, ਮਹਾਰਾਜ ਕਹਿੰਦੇ ਉਹੀ ਭਾਈ ਵੱਡਾ ਸੂਰਮਾ ਕਹੀਦਾ ਹੈ ਜਿਹਨੇ ਅਗਿਆਨ ਨੂੰ ਕਾਮ ਕ੍ਰੋਧ ਨੂੰ ਮਾਰ ਲਿਆ ਹੈ। ਸੁਖ ਅਨਾਸ਼ ਇਨ ਨਾਸ਼ੇ ਹੋਏ, ਇਹ ਜਿਹੜੇ ਅਨਾਸ਼ ਹੈ ਨਾ, ਜਿਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ, ਜਿੰਨਾ ਚਿਰ ਇਹਨਾਂ ਦਾ ਨਾਸ਼ ਨਹੀਂ ਹੁੰਦਾ ਉਨਾ ਚਿਰ ਮਨ ਨੂੰ ਅਵਿਨਾਸ਼ੀ ਸੁੱਖ ਨਹੀਂ ਪ੍ਰਾਪਤ ਹੁੰਦਾ। ਅਸਲੀ ਸੁੱਖ ਇਹਨਾਂ ਕਾਮ ਕ੍ਰੋਧ ਵਿਕਾਰਾਂ ਨੂੰ ਮਾਰਨ ਨਾਲ ਪ੍ਰਾਪਤ ਹੁੰਦਾ ਹੈ। ਅਸ ਬਿਰਲੇ ਜੋਧਾ ਬਲਵੰਤ, ਐਸੇ ਬਲੀ ਜੋਧੇ ਬਿਰਲੇ ਹਨ ਜਿਨ੍ਹਾਂ ਨੇ ਕਾਮ ਕ੍ਰੋਧ ਨੂੰ ਜਿੱਤ ਲਿਆ ਹੈ। ਮਨ ਰਿਪ ਕੋ ਕਰ ਯਤਨ ਗਹੰਤ, ਮਨ ਰੂਪ ਵੈਰੀ ਨੂੰ ਯਤਨ ਕਰਕੇ ਪਕੜ ਲਿਆ, ਕੈਦ ਵਿੱਚ ਕਰ ਲਿਆ, ਆਪਣੇ ਵਸ ਵਿੱਚ ਪਾ ਲਿਆ, ਜਿਵੇਂ ਜਿਉਂਦੇ ਵੈਰੀ ਨੂੰ ਬਲੀ ਸੂਰਮਾ ਫੜ ਲੈਂਦਾ ਹੈ।
ਇਸ ਤਰ੍ਹਾਂ ਮਨ ਰੂਪ ਬੈਰੀ ਨੂੰ ਪਕੜ ਲਿਆ ਹੈ। ਇਸ ਪਰ ਇੱਕ ਸਲੋਕ ਬਣਾਇਓ, ਇਸ ਪ੍ਰਥਾ ਇੱਕ ਸਲੋਕ ਉਚਾਰਿਆ ਮੇਰੇ ਸਤਿਗੁਰੂ ਜੀ ਨੇ। ਸ੍ਰੀ ਮੁਖ ਤੇ ਤਬ ਭਾਖ ਸੁਣਾਇਓ, ਸੁਭਾਇਮਾਨ ਮੁਖ ਤੋਂ ਉਚਾਰਨ ਕਰਕੇ ਆਪਣੇ ਮੁਖਾਰ ਬਿੰਦ ਤੋਂ ਸੁਣਾਇਆ। ਸਹਿਸ ਕਿਰਤੀ ਬਾਣੀ ਦੇ ਵਿੱਚ ਇਹ 29ਵਾਂ ਸਲੋਕ ਆਉਂਦਾ ਹੈ। ਸ੍ਰੀ ਮੁਖ ਵਾਕ ਸੈਨਾ ਸਾਧ ਸਮੂਹ ਸੂਰ ਅਜਤੰ। ਸਾਧ ਸੰਗਤ ਜੀ, ਵਾਹਿਗੁਰੂ ਪਰਮੇਸ਼ਰ ਦੀ ਸੈਨਾ ਕੌਣ ਹੈ? ਸਾਧੂ ਸੰਤ। ਔਰ ਇਹ ਜਿਹੜੇ ਸਾਧੂ ਸੰਤ ਹੈ ਨਾ ਪਰਮੇਸ਼ਰ ਦੇ ਸਾਰੇ, ਇਹ ਅਜਿੱਤ ਸੂਰਮੇ ਹੈ। ਇਸੇ ਤਰ੍ਹਾਂ ਗੁਰਸਿੱਖ ਜਿਹੜੇ ਆ ਉਹਨਾਂ ਦੀ ਉਹਨਾਂ ਨੇ ਸ਼ੁਭ ਗੁਣਾ ਰੂਪ, ਸਾਧ ਦਾ ਅਰਥ ਹੈ ਸ੍ਰੇਸ਼ਟ ਭਾਵ, ਸ਼ੁਭ ਗੁਣਾ ਰੂਪ ਫੌਜ ਦੇ ਨਾਲ ਉਹਨਾਂ ਨੇ ਕਾਮ ਕ੍ਰੋਧ ਆਦਿਕ ਬਲੀ ਵੈਰੀਆਂ ਨੂੰ ਮਾਰ ਕੇ ਜਿਹੜੇ ਅਜਿੱਤ ਸਨ ਉਹਨਾਂ ਨੂੰ ਜਿੱਤ ਲਿਆ ਹੈ। ਐਸੀ ਸੈਨਾ ਵਾਹਿਗੁਰੂ ਪਰਮੇਸ਼ਰ ਦੀ ਉਹ ਸਾਧੂ ਸੰਤ ਹਨ। ਸੰਨਾਹੰ ਤਨ ਨਿਮਰਤਾ, ਜਿਵੇਂ ਬੈਰੀ ਤੋਂ ਰੱਖਿਆ ਲਈ ਬੰਦਾ ਸੰਜੋਅ ਧਾਰਨ ਕਰਦਾ ਆਪਣੇ ਸਰੀਰ ਤੇ। ਪੁਰਾਣੇ ਸਮਿਆਂ ਵਿੱਚ ਸੰਜੋਆਂ ਲੋਕ ਪਾਉਂਦੇ ਸਨ, ਅੱਜ ਕੱਲ੍ਹ ਸਾਧ ਸੰਗਤ ਜੀ ਹੋਰ ਤਰ੍ਹਾਂ ਦੇ ਸਮੇਂ ਮੁਤਾਬਕ ਸਰੀਰ ਦੇ ਬਚਾਅ ਲਈ ਸਾਧਨ ਬਣ ਗਏ ਹੈ। ਉਹ ਸੁਰੱਖਿਅਤ ਕਵਚ ਲੋਕ ਧਾਰਨ ਕਰ ਲੈਂਦੇ ਹਨ। ਇਸ ਕਰਕੇ ਉਦੋਂ ਲੋਕ ਲੋਹੇ ਦੀਆਂ ਜੰਜੀਰਾਂ ਦੀ ਬਣੀ ਹੋਈ ਸੰਜੋਗ ਪਾਇਆ ਕਰਦੇ ਸਨ, ਜਿਸ ਉੱਤੇ ਸ਼ਸਤਰਾਂ ਦਾ ਵਾਰ ਨਹੀਂ ਟੱਲਿਆ ਕਰਦਾ ਸੀ, ਸੂਰਮੇ ਦੇ ਸਰੀਰ ਦੀ ਰੱਖਿਆ ਹੋਇਆ ਕਰਦੀ ਸੀ। ਸੰਜੋਗ ਕਿਹੜੀ ਆ ਉਹਨਾਂ ਨੇ ਧਾਰਨ ਕੀਤੀ? ਉਹ ਜਿਹੜੀ ਨਿਮਰਤਾ ਧਾਰਨ ਕਰਕੇ ਰੱਖੀ ਹੈ, ਸੰਜੋਗ ਪਹਿਨੀ ਹੋਈ ਹੈ। ਆਵਦਹ ਗੁਣ ਗੋਬਿੰਦ ਰਮਣ, ਆਵਦਹ ਦਾ ਅਰਥ ਹੁੰਦਾ ਸ਼ਸਤਰ। ਸ਼ਸਤਰ ਕਿਹੜੇ ਉਹਨਾਂ ਨੇ ਪਕੜੇ ਹੈ? ਜੋ ਰਮਿਆ ਪਰਮੇਸ਼ਰ ਵਾਹਿਗੁਰੂ ਸਾਰਿਆਂ ਵਿੱਚ ਉਹਦੇ ਗੁਣਾਂ ਦਾ ਉਚਾਰਨ ਕਰਨਾ, ਭਗਤੀ ਦੀ ਤਲਵਾਰ ਜਿਨ੍ਹਾਂ ਨੇ ਪਕੜੀ ਹੋਈ ਹੈ। ਇਸੇ ਤਰ੍ਹਾਂ ਸੰਤੋਖ ਦਾ ਖੰਡਾ ਪਕੜਿਆ ਹੋਇਆ ਹੈ, ਧਰਮ ਦਾ ਸਾਧ ਸੰਗ ਜੀ ਧਨਕ ਹੈ, ਪ੍ਰੇਮ ਦੇ ਤੀਰ ਉਹਨਾਂ ਦੇ ਕੋਲੇ ਹਨ। ਇਸੇ ਤਰ੍ਹਾਂ ਦਇਆ ਦੀ ਸਾਧ ਸੰਗ ਜੀ ਉਹਨਾਂ ਦੇ ਪਾਸ ਬਰਛੀ ਪਕੜੀ ਹੋਈ ਹੈ, ਔਰ ਨਿਧਿਆਸਣ ਦੀ ਤੋਪ ਹੈ, ਗਿਆਨ ਦਾ ਗੋਲਾ ਹੈ ਉਹਨਾਂ ਦੇ ਪਾਸ। ਐਸੇ ਉਹਨਾਂ ਨੇ ਵਿਚਾਰ ਰੂਪ ਬਰਛੀ ਦੇ ਨਾਲ ਇਹ ਜਿਹੜੇ ਗੁਣ ਧਾਰਨ ਕੀਤੇ ਹੋਏ ਹੈ, ਭਾਵ ਇਹ ਸ਼ਸਤਰ ਧਾਰਨ ਕੀਤੇ ਹੋਏ ਹਨ। ਓਟ ਗੁਰ ਸ਼ਬਦ ਕਰ ਚਰਮਣ ਹੈ, ਜਿਹੜਾ ਗੁਰੂ ਦੇ ਸ਼ਬਦ ਦੀ ਓਟ ਲਈ ਹੈ, ਇਹ ਉਹਨਾਂ ਨੇ ਢਾਲ ਪਕੜੀ ਹੋਈ ਹੈ ਆਪਣੀ ਰੱਖਿਆ ਵਾਸਤੇ ਵੈਰੀਆਂ ਦੇ ਵਾਰ ਤੋਂ ਬਚਣ ਲਈ। ਗੁਰ ਸ਼ਬਦ ਦੀ ਓਟ ਹੈ ਜਿਹੜੀ ਨਾ, ਉਹ ਸਿੱਖ ਨੂੰ ਕਾਮ ਕ੍ਰੋਧ ਵੈਰੀਆਂ ਤੋਂ ਹੱਥ ਦੇ ਕੇ ਬਚਾਉਂਦੀ ਹੈ, ਡੋਲਣ ਨਹੀਂ ਦਿੰਦੀ, ਮਨ ਨੂੰ ਸ਼ਾਂਤ ਕਰ ਦਿੰਦੀ ਹੈ। ਇਸ ਕਰਕੇ ਅੰਤਰੀਬ ਸ਼ਸਤਰ ਉਹਨਾਂ ਨੇ ਧਾਰਨ ਕੀਤੇ ਹੋਏ ਹਨ। ਅਰੂੜ ਤੇ ਅਸਵ ਰਥ ਨਗ ਹੈ, ਔਰ ਸਾਧ ਸੰਗ ਜੀ ਅਰੂੜ ਨਾਮ ਅਸਵਾਰ ਹੋਣ ਦਾ, ਉਹ ਕਿਹੜੀਆਂ ਸਵਾਰੀਆਂ ਤੇ ਅਸਵਾਰ ਹੋ ਕੇ ਜੰਗ ਲੜਦੇ ਹੈ? ਪੁਰਾਣੇ ਸਮਿਆਂ 'ਚ ਚਾਰ ਤਰ੍ਹਾਂ ਦੀ ਸੈਨਾ ਹੋਇਆ ਕਰਦੀ ਸੀ, ਇੱਕ ਪੈਦਲ ਤੁਰਿਆ ਕਰਦੀ, ਇੱਕ ਘੋੜਿਆਂ 'ਤੇ, ਇੱਕ ਰਥਾਂ ਵਿੱਚ, ਇੱਕ ਹਾਥੀਆਂ 'ਤੇ। ਚਾਰ ਤਰ੍ਹਾਂ ਦੀ ਸੈਨਾ ਫੌਜਾਂ ਵਿੱਚ ਜਾ ਕੇ ਜੰਗ ਲੜਿਆ ਕਰਦੀ ਸੀ। ਉਹ ਅਸਵਾਰ ਕਾਹਦੇ ਉੱਤੇ ਹੋਏ ਹੈ? ਆਰੂੜ ਅਤੇ ਅਸਵ ਰਥ ਨੱਗ ਹੈ।
ਉਹ ਸਾਧ ਸੰਗਤ ਜੀ ਅਸਵਾਰ ਹੋਏ ਹਨ, ਭਾਵ ਉਹਨਾਂ ਦੀ ਸਭ ਤੋਂ ਪੈਦਲ ਫੌਜ ਕਿਹੜੀ ਹੈ? ਸਭ ਤੋਂ ਪੈਦਲ ਫੌਜ ਉਹਨਾਂ ਦੀ ਹੈ ਵੈਰਾਗ, ਵਿਵੇਕ, ਖੱਟ ਸੰਪਤੀ ਔਰ ਮੋਖ ਇੱਛਾ। ਵੈਰਾਗ ਧਾਰਨ ਕਰਨਾ, ਵਿਵੇਕ ਦੇ ਆਸਰਤ ਹੋਣਾ, ਖੜ ਸੰਮਤੀ, ਸਮਦਮ ਸਰਦਾ ਤੀਸਰੀ, ਸਮਾਧਾਨ ਉਪਰਾਮ, ਛਟੀ ਤਿਕਸ਼ਾ ਜਾਨੀ ਹੈ ਭਿੰਨ ਭਿੰਨ ਜਿਹ ਨਾਮ। ਇਸ ਤੋਂ ਅੱਗੇ ਮੋਕਸ਼ ਦਾ ਸਾਧਨ, ਫਿਰ ਇਸ ਤੋਂ ਅੱਗੇ ਸਰਵਣ ਮੰਨਣਾ ਔਰ ਨਿਧਿਆਸਣ ਸ਼ੁਰੂ ਹੁੰਦੇ ਹੈ। ਉਹਨਾਂ ਨੇ ਸਰਵਣ ਦੇ ਘੋੜਿਆਂ ਦੇ ਉੱਤੇ ਗੁਰੂ ਦਾ ਉਪਦੇਸ਼ ਤੁਸੀਂ ਸੁਣ ਰਹੇ ਹੋ, ਇਹ ਸਰਵਣ ਰੂਪ ਸਾਧਨ ਹੈ ਸਾਧ ਸੰਗਤ ਜੀ। ਸਰਵਣ ਰੂਪ ਘੋੜਿਆਂ ਦੇ ਉੱਤੇ, ਮੰਨਣ ਰੂਪ ਰਥਾਂ ਦੇ ਉੱਤੇ, ਔਰ ਨਿਧਿਆਸਨ ਰੂਪ ਹਾਥੀਆਂ ਦੇ ਉੱਤੇ ਉਹਨਾਂ ਨੇ ਸਵਾਰ ਹੋਣਾ ਕੀਤਾ ਹੈ। ਬੁਝੰਤੇ ਪ੍ਰਭ ਮਾਰਗ ਹੈ, ਪ੍ਰਭੂ ਦੇ ਮਾਰਗ ਨੂੰ ਬੁੱਝਣ ਵਾਸਤੇ, ਪ੍ਰਾਪਤ ਕਰਨ ਵਾਸਤੇ ਆਪਣੇ ਜੀਵਨ ਵਿੱਚ ਉਹਨਾਂ ਨੇ ਇਹ ਸਾਧਨ ਧਾਰਨ ਕੀਤੇ ਹੈ। ਪ੍ਰਭੂ ਦੇ ਮਾਰਗ 'ਤੇ ਚੱਲਦੇ ਹਨ ਉਸ ਦੀ ਪ੍ਰਾਪਤੀ ਵਾਸਤੇ। ਵਿਚਰਤੇ ਨਿਰਭੈਅੰ ਸਤਰ ਸੈਨਾ, ਵੈਰੀਆਂ ਦੀ ਸੈਨਾ ਫੌਜ ਦੇ ਵਿੱਚ ਨਿਰਭੈ ਹੋ ਕੇ ਵਿਚਰਦੇ ਆ, ਘਬਰਾਉਂਦੇ ਡੋਲ ਡੋਲਦੇ ਨਹੀਂ। ਕਾਮ ਕਰੋ ਲੋਭ ਮੋਹੰਕਾਰ ਤੋਂ ਬਿਨਾਂ ਸ੍ਰਿਸ਼ਟੀ ਨਹੀਂ ਚੱਲ ਸਕਦੀ, ਨਾ ਹੀ ਜੀਵਨ ਚੱਲ ਸਕਦਾ। ਪਰ ਸਾਧ ਸੰਗਤ ਜੀ, ਗੁਰਸਿੱਖ ਇਹਨਾਂ ਦੇ ਅਧੀਨ ਨਹੀਂ, ਉਹਨਾਂ ਨੂੰ ਅਧੀਨ ਕਰ ਲੈਂਦਾ ਆਪਣੇ ਗੁਰ ਸ਼ਬਦ ਦੀ ਢਾਲ ਦੇ ਨਾਲ, ਜਾਂ ਆਹ ਜਿਹੜੇ ਸ਼ੁਭ ਗੁਣਾਂ ਰੂਪ ਸ਼ਸਤਰ ਸਤਿਗੁਰੂ ਨੇ ਦੱਸੇ ਹੈ, ਭਗਤੀ ਦੀ ਤਲਵਾਰ ਹੈ, ਸੰਤੋਖ ਦਾ ਖੰਡਾ ਹੈ, ਵਿਚਾਰ ਦੀ ਬਰਛੀ ਹੈ, ਧਰਮ ਦਾ ਧਨਖ ਹੈ, ਪ੍ਰੇਮ ਦੇ ਤੀਰ ਹੈ, ਨਿਧਿਆਸਣ ਦੀ ਤੋਪ ਹੈ, ਬਿਰਤੀਆਂ ਨੂੰ ਸੂਖਮ ਕਰ ਲੈਣਾ, ਇਕਾਗਰ ਕਰ ਲੈਣਾ, ਔਰ ਗਿਆਨ ਦਾ ਗੋਲਾ ਜਿਨ੍ਹਾਂ ਨੇ ਚਲਾਉਣਾ ਕੀਤਾ ਵੈਰੀਆਂ ਨੂੰ, ਅਗਿਆਨ ਨੂੰ ਨਾਸ਼ ਕਰਨ ਵਾਸਤੇ। ਇਸ ਕਰਕੇ ਉਹ ਐਸੇ ਵੈਰੀ ਕਾਮ ਕ੍ਰੋਧ ਵਿੱਚ ਵਿਚਰਦਿਆਂ, ਸੰਸਾਰ ਵਿੱਚ ਰਹਿੰਦਿਆਂ, ਇਹਨਾਂ ਵਿਕਾਰਾਂ ਵਿੱਚ ਰਹਿੰਦਿਆਂ ਵੀ ਨਿਰਭੈ ਹੋ ਕੇ ਰਹਿੰਦੇ ਹਨ। ਉਹ ਡੋਲਦੇ ਘਬਰਾਉਂਦੇ ਨਹੀਂ ਹਨ ਇਹਨਾਂ ਤੋਂ। ਜਾਂਦੇ ਗੋਪਾਲ ਕੀਰਤਨ ਹੈ, ਆਉਂਦੇ ਜਾਂਦੇ ਕਿੱਧਰ ਨੂੰ, ਹਾਂ ਕਿਸ ਪਾਸੇ ਨੂੰ ਕਦਮ ਰੱਖਦੇ, ਜਿਹੜਾ ਵਾਹਿਗੁਰੂ ਗੋਪਾਲ ਪਰਮੇਸ਼ਰ ਦਾ ਕੀਰਤਨ ਹੈ ਨਾ, ਜਿੱਥੇ ਕੀਰਤਨ ਹੁੰਦਾ, ਕਥਾ ਹੁੰਦੀ ਆ, ਉੱਥੇ ਸੁਣਨ ਵਾਸਤੇ ਜ਼ਰੂਰ ਜਾਂਦੇ ਆ, ਧੌਂਦੇ ਆ, ਤੁਰਨਾ ਕਰਦੇ ਆ, ਵਾਹਿਗੁਰੂ ਦੀ ਕੀਰਤੀ ਵੱਲ ਨੂੰ ਦੌੜਦੇ ਹਨ ਵੈਰੀਆਂ ਤੇ ਹਮਲਾ ਕਰਨ ਵਾਸਤੇ। ਜਿੱਤ ਤੇ ਵਿਸ਼ਵ ਸੰਸਾਰ ਹੈ, ਜਿਸ ਕਰਕੇ ਜਿਹੜਾ ਵਿਸ਼ਵ ਸਾਰਾ ਸੰਸਾਰ ਜਿੰਨਾ ਵੀ ਹੈ, ਇਹ ਸਾਰੇ ਸੰਸਾਰ ਵਿੱਚ ਰਹਿੰਦਿਆਂ ਉਹਨਾਂ ਨੇ ਮਨ ਰੂਪ ਵੈਰੀ ਨੂੰ ਜਿੱਤ ਲਿਆ ਹੈ, ਔਰ ਸੰਸਾਰ ਦੇ ਵਿਸ਼ਿਆਂ ਨੂੰ ਵੀ ਉਹਨਾਂ ਨੇ ਜਿੱਤ ਲਿਆ ਹੈ। ਕਾਮ ਕਰੋ ਲੋ ਮੋਹੰਕਾਰ ਤੋਂ ਵੀ ਜਿੱਤ ਪ੍ਰਾਪਤ ਕਰ ਲਈ ਹੈ, ਐਸੇ ਕਾਮ ਕ੍ਰੋਧ ਗਿਆਨ ਆਦਿਕ ਵੈਰੀਆਂ ਦੇ ਉੱਤੋਂ ਫਤਿਹ ਪ੍ਰਾਪਤ ਕੀਤੀ ਆ ਉਹਨਾਂ ਨੇ। ਨਾਨਕ ਵਸਿਆਂ ਕਰੋਤ ਪੰਚ ਤਸਕਰ ਹੈ, ਪੰਜ ਜਿਹੜੇ ਤਸਕਰ ਵੈਰੀ ਹੈ, ਚੋਰ ਹੈ, ਕਾਮ ਕਰੋ ਲੋ ਮੋਹੰਕਾਰ, ਇਹਨਾਂ ਨੂੰ ਵਸ ਵਿੱਚ ਕਰ ਲਿਆ, ਅਧੀਨ ਕਰ ਲਿਆ, ਇਹ ਮਰਦੇ ਨਹੀਂ, ਇਹਨਾਂ ਨੂੰ ਅਧੀਨ ਕਰ ਲੈਂਦੇ ਆ ਗੁਰਮੁਖ ਬਾਣੀ ਦੇ ਆਸਰੇ, ਨਾਮ ਦੇ ਆਸਰੇ, ਗਿਆਨ ਰੂਪ ਗੋਲਾ ਚਲਾ ਕੇ ਇਹਨਾਂ ਨੂੰ ਆਪਣੇ ਅਧੀਨ ਕਰ ਲੈਂਦੇ ਹਨ। ਸੋ ਸਾਧ ਸੰਗਤ ਜੀ, ਐਸੀ ਕਿਰਪਾ ਦੇ ਉਹ ਗੁਰਮੁਖ ਮਹਾਂਪੁਰਖ ਪਾਤਰ ਬਣੇ ਆ।
ਚੌਪਈ ਮਨ ਜੀਤੇ ਸੋ ਸੂਰ ਕਹਾਵੈ। ਮਹਾਰਾਜ ਕਹਿੰਦੇ ਜਿਹੜਾ ਮਨ ਨੂੰ ਜਿੱਤ ਲੈਂਦਾ ਉਹੀ ਸਭ ਤੋਂ ਵੱਡਾ ਵੈਰੀ ਹੈ। ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਪ੍ਰਭ ਦਰਗਾਹੇ ਮਾਨ ਬਹੁ ਪਾਵੈ। ਉਹ ਭਾਈ ਕਲਿਆਣ ਪ੍ਰਭੂ ਦੀ ਦਰਗਾਹ ਵਿੱਚ ਬਹੁਤਾ ਸਨਮਾਨ ਪਾਵੇਗਾ। ਨਰ ਸੁਰ ਤਿਸ ਕੋ ਸੋ ਜਸ ਬਖਾਨੈ। ਮਨੁੱਖ ਵੀ ਤੇ ਦੇਵ ਤੇ ਵੀ ਐਸੇ ਮਹਾਂਪੁਰਖ ਦਾ ਜਸ ਕਥਨ ਕਰਦੇ ਆ, ਉਹਦੀ ਮਹਿਮਾ ਕਰਦੇ ਆ। ਸੁਖ ਅਵਿਨਾਸ਼ੀ ਮਿਲੈ ਮਹਾਨ। ਨਾਸ਼ ਤੋਂ ਰਹਿਤ ਸੁਖ ਵਾਹਿਗੁਰੂ ਦੀ ਪ੍ਰਾਪਤੀ ਦਾ ਉਹਨਾਂ ਨੂੰ ਇਹ ਮਹਾਨ ਪ੍ਰਾਪਤ ਹੋ ਜਾਂਦਾ ਹੈ। ਹੱਥ ਜੋੜ ਤਬ ਕਹਿ ਕਲਿਆਣਾ। ਭਾਈ ਕਲਿਆਣ ਨੇ ਹੱਥ ਜੋੜ ਕੇ ਬੇਨਤੀ ਕੀਤੀ ਉਸ ਸਮੇਂ। ਕਿਰਪਾ ਆਪ ਕੀ ਜਿਸ ਪਰ ਜਾਨਾ। ਮਹਾਰਾਜ ਐਸਾ ਸੂਰਮਾ ਉਹ ਬਣ ਸਕਦਾ ਜਿਹਦੇ ਉੱਤੇ ਤੁਹਾਡੀ ਕਿਰਪਾ ਹੋ ਜਾਏ, ਮਿਹਰ ਹੋ ਜਾਏ। ਜਿਸ ਉੱਤੇ ਆਪ ਜੀ ਦੀ ਕਿਰਪਾ ਹੈ ਉਹੀ ਐਸੀ ਸੂਰਮਤਾ ਨੂੰ ਜਾਣ ਕੇ ਪ੍ਰਾਪਤ ਕਰਦਾ ਹੈ। ਸੋ ਅਸ ਜੋਧਾ ਮਨ ਕੋ ਗਹਿ। ਉਹੀ ਐਸਾ ਜੋਧਾ ਬਹਾਦਰ ਮਨ ਨੂੰ ਪਕੜ ਲੈਂਦਾ, ਵਸ ਵਿੱਚ ਕਰ ਲੈਂਦਾ ਹੈ। ਚਰਨ ਕਮਲ ਸੋ ਲਪਟਿਓ ਰਹਿ। ਆਪ ਜੀ ਦੇ ਚਰਨਾਂ ਕਮਲਾਂ ਨਾਲ ਲਿਪਟਿਆ ਰਹਿੰਦਾ, ਜੁੜਿਆ ਰਹਿੰਦਾ। ਲਿਪਟਣਾ ਕੀ ਜੁੜਿਆ ਰਹਿਣਾ, ਅੱਠੇ ਪਹਿ ਨਾਮ ਵਿੱਚ ਸੁਰਤ ਜੁੜੀ ਰਹਿਣੀ ਹੈ, ਇਹੀ ਚਰਨਾ ਕਮਲਾਂ ਨਾਲ ਲੱਗਣਾ ਹੈ। ਕਹਿਓ ਗੁਰੂ ਸਿਮਰੋ ਸਤਨਾਮ। ਮਹਾਰਾਜ ਕਹਿੰਦੇ ਜੇ ਤੂੰ ਐਸਾ ਜੋਧਾ ਬਣਨਾ ਤਾਂ ਵਾਹਿਗੁਰੂ ਨਾਮ ਦਾ ਭਾਈ ਸਿਮਰਨ ਕਰਿਆ ਕਰ। ਧੰਨ ਹੈ ਤੂੰ ਸਰੀਰ ਕਰਕੇ ਵੀ ਬੜਾ ਬਲੀ ਹੈ, ਬਹਾਦਰ ਹੈ, ਸੂਰਮਾ, ਪਰ ਅੰਤਰੀਬ ਤੌਰ 'ਤੇ ਵੀ ਸੂਰਮਾ ਬਣ। ਆਪਣਾ ਅੰਦਰਲਾ ਵੀ ਮਜ਼ਬੂਤ ਕਰ, ਤਾਕਤਵਰ ਬਣਾ। ਅਗਿਆਨ ਨੂੰ ਮੇਟ ਲੈ, ਕਾਮ ਕ੍ਰੋਧ ਨੂੰ ਵਸ ਵਿੱਚ ਕਰ ਲੈ, ਐਸਾ ਸੂਰਮਾ ਬਣਨਾ ਕਰ। ਬਣੇਗਾ ਕਿਵੇਂ, ਨਾਮ ਸਿਮਰਿਆ ਕਰ ਪਰਮੇਸ਼ਰ ਦਾ। ਸੁਭਟ ਬਣੈ ਤੈ ਸੋ ਅਭਿਰਾਮ। ਐਸਾ ਸੁੰਦਰ ਸੂਰਮਾ ਤੂੰ ਵੀ ਬਣ ਜਾਵੇਂਗਾ, ਕਾਮ ਕ੍ਰੋਧ ਵੈਰੀਆਂ ਨੂੰ ਜਿੱਤਣ ਵਾਲਾ। ਸੁਣ ਕਰ ਗੁਰ ਸੇਵਾ ਕਹੋ ਲਾਗੇ। ਸੁਣ ਕੇ ਸਤਿਗੁਰੂ ਜੀ ਦਾ ਉਪਦੇਸ਼, ਭਾਈ ਕਲਿਆਣ ਸੇਵਾ ਵਿੱਚ ਲੱਗ ਪਏ। ਸਤ ਸੰਗਤ ਮਿਲ ਪਏ ਅਨੁਰਾਗੇ। ਬੜੇ ਪ੍ਰੇਮ ਨਾਲ ਸੰਗਤ ਵਿੱਚ ਜਾਂਦੇ ਹੈ ਔਰ ਸੰਗਤ ਵਿੱਚ ਬੈਠ ਕੇ ਕੀਰਤਨ ਕਥਾ ਸੁਣਦੇ ਹੈ, ਸਤਿਗੁਰੂ ਜੀ ਦੇ ਪਾਵਨ ਦਰਸ਼ਨ ਕਰਦੇ ਹਨ। ਭਾਨੂ ਭਗਤ ਗੁਰੂ ਸਿੱਖ ਭਾਰਾ। ਅਗਲਾ ਪ੍ਰਸੰਗ ਚੱਲਿਆ, ਭਾਨੂ ਭਗਤ ਹੈ, ਗੁਰੂ ਮਹਾਰਾਜ ਜੀ ਦਾ ਬੜਾ ਭਾਰੀ ਸਿੱਖ ਹੈ। ਕਰੇ ਸ਼ਬਦ ਕੋ ਸਦਾ ਵਿਚਾਰਾ। ਗੁਰ ਸ਼ਬਦ ਦੀ ਕਥਾ ਵਿਚਾਰ ਕਰਦਾ ਹੈ ਹਮੇਸ਼ਾ। ਜੋ ਵਿੱਚ ਅਰਥ ਸੋ ਆਪ ਕਮਾਵੇ। ਜੋ ਗੁਰਬਾਣੀ ਦੇ ਅਰਥ ਹੁੰਦੇ ਆ ਉਹਨਾਂ ਨੂੰ ਆਪ ਵੀ ਕਮਾਉਂਦਾ ਹੈ। ਹੁਣ ਅਪਰਨੇ ਉਪਦੇਸ਼ ਸੁਣਾਵੇ। ਪਹਿਲਾਂ ਕਮਾ ਕੇ ਫਿਰ ਦੂਜਿਆਂ ਨੂੰ ਉਪਦੇਸ਼ ਦਿੰਦਾ, ਕਥਾ ਸੁਣਾਉਂਦਾ ਹੈ। ਜਿਸ ਦੀ ਰਸਨਾ ਤੇ ਜੋ ਸੁਣੈ। ਜੋ ਉਹਦੀ ਰਸਨਾ ਤੋਂ ਗੁਰੂ ਕੀ ਕਥਾ, ਬਾਣੀ ਦੀ ਕਥਾ, ਗੁਰੂ ਕੇ ਬਚਨਾਂ ਦੀ ਕਥਾ ਕੋਈ ਵੀ ਪ੍ਰਾਣੀ ਸੁਣਦਾ ਹੈ। ਭਾਉ ਭਗਤ ਉਪਜੈ ਮਨ ਗੁਣੈ। ਆਖੋ ਭਾਈ ਵਾਹਿਗੁਰੂ, ਉਹਦੇ ਮਨ ਵਿੱਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਪੈਦਾ ਹੋ ਜਾਂਦੀ ਹੈ, ਐਸੀ ਕਿਰਪਾ ਹੁੰਦੀ ਹੈ, ਮਨ ਸ਼ੁਭ ਗੁਣਾਂ ਦੀ ਵਿਚਾਰ ਵਾਲਾ ਬਣ ਜਾਂਦਾ ਹੈ। ਸ਼੍ਰੀ ਅਰਜਨ ਟਿਕ ਕਿਨੋਂ ਬਖਾਨਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਸਿੱਖ ਨੇ ਆ ਕੇ ਬੇਨਤੀ ਕੀਤੀ। ਗੁਰਮੁਹਿ ਜੰਗ ਬਸੈ ਅਨਜਾਨਾ। ਮਹਾਰਾਜ ਮਜੰਗਾ ਨਗਰ ਸੀਸਾ ਸਿੰਘ ਜੀ ਪੁਰਾਣੇ ਸਮਿਆਂ ਵਿੱਚ ਲਾਹੌਰ ਦੇ ਨਾਲ, ਹੁਣ ਲਾਹੌਰ ਦੇ ਵਿੱਚ ਰਲ ਗਿਆ। ਛੇਵੇਂ ਪਾਤਸ਼ਾਹ ਜੀ ਨੇ ਇਸ ਨਗਰ ਵਿੱਚ ਚਰਨ ਪਾਏ ਹੈ। ਗਿਆਨੀ ਨਾਰਾਇਣ ਸਿੰਘ ਜੀ ਜਿਨ੍ਹਾਂ ਨੇ ਦਸਮ ਬਾਣੀ ਦਾ ਸਾਰਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ, ਉਹ ਮਜੰਗਾਂ ਦੇ ਰਹਿਣ ਵਾਲੇ ਸਨ।
ਸੋ ਸਾਧ ਸੰਗਤ ਜੀ, ਇਹ ਮਜੰਗਾਂ ਦੇ ਵਿੱਚ ਕਿਸੇ ਸਿੱਖ ਨੇ ਆ ਕੇ ਦੱਸਿਆ ਕਿ ਬੜਾ ਭਾਰੀ ਅਗਿਆਨੀ ਗੁਰੂ ਘਰ ਦਾ ਦੁਖੀ ਇੱਕ ਮਨੁੱਖ ਰਹਿੰਦਾ, ਜਿਹੜਾ ਮਹਾਰਾਜ ਗੁਰੂ ਘਰ ਦੀ ਬੜੀ ਨਿੰਦਿਆ ਕਰਦਾ ਹੈ। ਮਹਾ ਦੁਸ਼ਟ ਗੁਰ ਨਿੰਦਾ ਕਰੇ, ਬੜਾ ਵੱਡਾ ਦੁਸ਼ਟ ਹੈ, ਗੁਰੂ ਦੀ ਨਿੰਦਿਆ ਕਰਦਾ ਹਮੇਸ਼ਾ, ਗੁਰੂ ਘਰ ਦਾ ਦੁਖੀ ਆ, ਗੁਰੂ ਕਾ ਨਿੰਦਕ ਹੈ। ਸਿੱਖਨ ਗਨਕ ਤਰਕਨ ਧਰੈ, ਜੋ ਕੋਈ ਸਿੱਖ ਮਿਲਦਾ ਉਹਦੇ ਉੱਤੇ ਬੜੀਆਂ ਤਰਕਾਂ ਕਰਦਾ, ਤਾਨੇ ਮਿਹਣੇ ਮਾਰਦਾ, ਸਿੱਖਾਂ ਦਾ ਭਰੋਸਾ ਡਲਾਉਣ ਦਾ ਯਤਨ ਕਰਦਾ ਨਿੰਦਿਆ ਕਰ ਕਰਕੇ। ਸ੍ਰੀ ਮੁਖ ਤੇ ਭਾਨੂ ਸੰਗ ਭਾਖ, ਨਿੰਦਕ ਦਾ ਜਿਹੜਾ ਸੁਭਾਅ ਹੁੰਦਾ ਨਾ, ਉਹ ਤੁਹਾਡੇ ਸ਼ਰਧਾ ਔਰ ਵਿਸ਼ਵਾਸ ਨੂੰ ਸੱਟ ਮਾਰਦਾ, ਤੁਹਾਡੀ ਭਾਵਨਾ ਨੂੰ ਧੱਕਾ ਲਾਉਂਦਾ, ਤੁਹਾਡੀ ਭਾਵਨਾ ਨੂੰ ਡਲਾਉਣ ਦਾ ਯਤਨ ਕਰਦਾ। ਨਿੰਦਕ ਦਾ ਮਤਲਬ ਇਹ ਹੁੰਦਾ ਵੀ ਨਿੰਦਿਆ ਕਰਾਂ, ਇਹਨਾਂ ਦਾ ਵਿਸ਼ਵਾਸ, ਇਹਨਾਂ ਦੀ ਸ਼ਰਧਾ ਜਿਹੜੀ ਆ ਗੁਰੂ ਤੋਂ ਟੁੱਟ ਜਾਏ, ਉਹਦਾ ਇਹੀ ਮਨੋਰਥ ਹੋਇਆ ਕਰਦਾ, ਗੁਰੂ ਨਾਲੋਂ ਤੋੜਨਾ, ਸੰਗਤ ਨਾਲੋਂ ਤੋੜਨਾ। ਇਸ ਕਰਕੇ ਸਿੱਖਾਂ ਨੂੰ ਬੜੀਆਂ ਤਰਕਾਂ ਮਾਰਦਾ ਔਰ ਸਿੱਖਾਂ ਨੂੰ ਗੁਰੂ ਘਰ ਨਾਲੋਂ ਦੂਰ ਕਰਨ ਦੇ ਯਤਨਾਂ ਵਿੱਚ ਲੱਗਾ ਰਹਿੰਦਾ ਹੈ। ਤਾਂ ਉਸ ਵਕਤ ਇਹ ਗੱਲ ਜਦੋਂ ਸਿੱਖਾਂ ਨੇ ਆ ਕੇ ਦੱਸੀ, ਸ੍ਰੀ ਮੁਖ ਤੇ ਭਾਨੂ ਸੰਗ ਭਾਖ, ਧੰਨ ਗੁਰੂ ਅਰਜਨ ਦੇਵ ਜੀ ਨੇ ਭਾਈ ਭਾਨੂ ਭਗਤ ਨੂੰ ਉਸ ਸਮੇਂ ਬਚਨ ਕੀਤਾ, ਆਗਿਆ ਕੀਤੀ ਹੈ, ਮੋਹ ਜੰਗੀ ਗਮਨੋ ਧਰ ਕਾਂਖਾ, ਹੇ ਭਾਈ ਭਾਨੂ ਭਗਤ, ਤੂੰ ਮਜੰਗਾਂ ਵਿੱਚ ਜਾਣਾ ਕਰ, ਔਰ ਇੱਛਾ ਲੈ ਕੇ ਜਾਣੀ ਹੈ ਮਨ ਵਿੱਚ, ਨਰ ਗਨ ਕੋ ਗੁਰਮਤ ਸਿੱਖ ਰਾਵੋ, ਜਿਹੜੇ ਮਜੰਗਾਂ ਦੇ ਰਹਿਣ ਵਾਲੇ ਲੋਕ ਹਨ ਉਹਨਾਂ ਨੂੰ ਗੁਰਮਤ ਦੀ ਸਿੱਖਿਆ ਸਿਖਾਉਣੀ ਹੈ, ਗੁਰਮਤ ਦੇ ਨਾਲ ਜੋੜਨਾ, ਸਿੱਖੀ ਦ੍ਰਿੜ ਕਰਾਉਣੀ ਉਹਨਾਂ ਦੇ ਵਿੱਚ, ਨਰਕ ਪਰਨ ਤੇ ਜਾਏ ਬਚਾਵੋ, ਨਿੰਦਿਆ ਕਰਨ ਵਾਲਾ ਆਪ ਤਾਂ ਨਰਕਾਂ ਚ ਪੈਂਦਾ, ਜਿਹੜੇ ਉਹ ਤੋਂ ਸੁਣਦੇ ਉਹ ਵੀ ਨਰਕਾਂ ਦੇ ਭਾਗੀ ਬਣ ਜਾਂਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਨਰਕ ਪੈਣ ਤੋਂ ਬਚਾਉਣਾ ਕਰ, ਸੁਣ ਆਗਿਆ ਗੁਰ ਕੀ ਤਬ ਗਏ, ਸਤਿਗੁਰੂ ਜੀ ਦੀ ਆਗਿਆ ਸੁਣ ਕੇ ਭਾਈ ਭਾਨੂ ਭਗਤ ਜੀ ਗਏ ਮਜੰਗਾ ਨਗਰ ਵਿੱਚ, ਸ਼ਬਦ ਵਿਚਾਰ ਸੁਣਾਵਤ ਪਇਓ, ਕਥਾ ਹੋਣ ਲੱਗ ਪਈ ਹੈ, ਗੁਰ ਸ਼ਬਦ ਦੀ ਵਿਚਾਰ ਹੁੰਦੀ ਹੈ, ਜਿਹੜੀ ਸੰਗਤ ਆਉਂਦੀ ਹੈ ਨਗਰ ਵਿੱਚੋਂ ਉਹਨਾਂ ਨੂੰ ਸੁਣਾਉਂਦੇ ਹੈ। ਕ੍ਰਿਸ਼ਨਾ ਸੇਠੀ ਉਤੋਂ ਸੰਗੀਣਾ, ਇਉਂ ਸਾਧ ਸੰਗਤ ਜੀ, ਭਾਈ ਇਹ ਗੁਰ ਸ਼ਬਦ ਦੀ ਵਿਚਾਰ ਸੰਗਤ ਨੂੰ ਸੁਣਾਉਂਦੇ ਹੈ, ਔਰ ਉਸੇ ਸੰਗਤ ਦੇ ਵਿੱਚ ਭਾਈ ਕ੍ਰਿਸ਼ਨਾ ਸੇਠੀ ਔਰ ਸੰਗੀਨਾ, ਇਹ ਸਿੱਖ ਵੀ ਗੁਰਮਤ ਦੇ ਉਪਦੇਸ਼ ਸੁਣਨ ਵਾਸਤੇ ਸੰਗਤ ਵਿੱਚ ਆਉਂਦੇ ਹੈ। ਸੁਣ ਗੁਰਮਤ ਤੇ ਭਇਓ ਪਰਬੀਣਾ, ਇਹ ਭਾਈ ਸੰਗੀਨਾ ਔਰ ਕ੍ਰਿਸ਼ਨਾ ਸੇਠੀ ਆਦਿਕ ਸਿੱਖ ਭਾਈ ਭਾਨੂ ਤੋਂ ਗੁਰਮਤ ਦੀ ਗੁਰਬਾਣੀ ਦੀ ਕਥਾ ਵਿਚਾਰ ਬਚਨ ਸੁਣ ਕੇ ਇਹਨਾਂ ਨੂੰ ਗੁਰਮਤ ਦਾ ਗਿਆਨ ਪ੍ਰਾਪਤ ਹੋਇਆ, ਔਰ ਬਹੁਤ ਇਹਨਾਂ ਨੂੰ ਸੋਝੀ ਪ੍ਰਾਪਤ ਹੋਈ ਔਰ ਇਹਨਾਂ ਨੂੰ ਗੁਰਮਤ ਦਾ ਗਿਆਨ ਹਾਸਲ ਹੋਇਆ। ਸੁਤ ਬਨਤਾ ਜੁਤ ਭਾਉ ਧਰਨ ਤੇ, ਇਹਨਾਂ ਦੇ ਪੁੱਤਰ ਇਸਤਰੀਆਂ ਸਾਰੇ ਅੱਗੇ ਤੋਂ ਅੱਗੇ, ਇੱਕ ਜੁੜਦਾ ਦੂਜਾ ਤੀਜਾ, ਜੁੜਦੇ ਜੁੜਦੇ ਬਹੁਤ ਸਾਰਿਆਂ ਦੇ ਮਨਾਂ ਵਿੱਚ ਪ੍ਰੇਮ ਪੈਦਾ ਹੋ ਗਿਆ ਗੁਰੂ ਘਰ ਦਾ। ਭਾਨੂ ਕੀ ਸਭ ਸੇਵ ਕਰਨ ਤੇ, ਗੁਰਸਿੱਖ ਜਾਣ ਕੇ ਭਾਈ ਭਾਨੂ ਦੀ ਸਾਰੇ ਪਰਿਵਾਰ, ਨਾਮੀ ਨਾਮੀ ਸਿੱਖ, ਨਗਰ ਦੀਆਂ ਸੰਗਤਾਂ ਬੜੀ ਸੇਵਾ ਕਰਦੀਆਂ ਹਨ। ਬਹੁਤ ਪ੍ਰਭਾਤ ਸ਼ਬਦ ਕੀ ਕਥਾ, ਜਦੋਂ ਅੰਮ੍ਰਿਤ ਵੇਲਾ ਹੁੰਦਾ ਤਾਂ ਸਾਰੀ ਸੰਗਤ ਨੂੰ ਗੁਰਬਾਣੀ ਦੀ ਕਥਾ ਸੁਣਾਉਂਦਾ ਹੈ।
ਧੁਨ ਸੰਧਿਆ ਕੋ ਕਰਹੀ ਤਥਾ। ਦਿਨ ਛਿਪੇ ਵੀ ਸ਼ਾਮ ਨੂੰ ਗੁਰਬਾਣੀ ਦੀ ਕਥਾ ਉਵੇਂ ਕਰਦੇ ਐ। ਬਹੁਰ ਕੀਰਤਨ ਮਿਲ ਸਭ ਕਰੈ, ਫਿਰ ਸਾਰੇ ਮਿਲ ਕੇ ਕੀਰਤਨ ਵੀ ਕਰਦੇ ਹਨ। ਸਤਿਗੁਰ ਮੈਂ ਪੁੰਨ ਸ਼ਰਧਾ ਧਰੈ, ਸਾਰੇ ਸਤਿਗੁਰੂ ਵਿੱਚ ਸ਼ਰਧਾ ਰੱਖਣ ਲੱਗ ਪਏ। ਨਿੰਦਕ ਦਾ ਜ਼ੋਰ ਨਹੀਂ ਚੱਲਿਆ, ਵਸ ਨਹੀਂ ਚੱਲਿਆ, ਉਹ ਤਾਂ ਨਿੰਦਿਆ ਕਰਕੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਨਾ ਚਾਹੁੰਦਾ ਸੀ, ਪਰ ਉਲਟਾ ਸਾਰੇ ਲੋਕ ਹੀ ਸਿੱਖ ਸੱਜ ਗਏ। ਮਜੰਗਾਂ ਦੇ ਰਹਿਣ ਵਾਲਿਆਂ ਨੇ ਸਿੱਖੀ ਧਾਰਨ ਕਰਨ ਲੱਗ ਪਏ, ਸ਼ਰਧਾ ਪੈਦਾ ਹੋ ਗਈ। ਇੱਕ ਭਾਨੂ ਕੇ ਗਮ ਨੇ ਤਹਾਂ, ਇੱਕ ਭਾਈ ਭਗਤ ਭਾਨੂ ਦੇ ਜਾਣ ਕਰਕੇ ਸਤ ਸੰਗਤ ਹੋਈ ਸ਼ੁਭ ਮਹਾਂ, ਬੜੀ ਸਤਸੰਗਤ ਹੋਈ, ਸਾਰਿਆਂ ਦੇ ਜੀਵਨ ਚੰਗੇ ਤੋਂ ਚੰਗੇ, ਸ੍ਰੇਸ਼ਟ ਪਵਿੱਤਰ ਧੰਨਤਾ ਦੇ ਯੋਗ ਸਭ ਦੇ ਜੀਵਨ ਬਣ ਗਏ। ਸਾਰਿਆਂ ਨੂੰ ਭਾਨੂ ਭਗਤ ਜੀ ਨੇ ਕਥਾ ਸੁਣਾ ਸੁਣਾ ਕੇ, ਗੁਰਮਤ ਦੇ ਬਚਨ ਸੁਣਾ ਸੁਣਾ ਕੇ ਤਾਰ ਦਿੱਤਾ। ਇੱਕ ਮਿਲ ਜਾਏ ਕੋਈ ਗੁਰਮੁਖ ਹਜ਼ਾਰਾਂ ਨੂੰ ਤਾਰ ਦਿੰਦਾ, ਅਤੇ ਇੱਕ ਮਨਮੁਖ ਨਿੰਦਕ ਮਿਲ ਜਾਏ ਭਾਈ ਚੰਗਿਆਂ ਭਲਿਆਂ ਨੂੰ ਵੀ ਡੋਬ ਦਿੰਦਾ ਜੇ ਉਹਦਾ ਅਸਰ ਹੋ ਜਾਏ। ਇਸ ਕਰਕੇ ਸਤਸੰਗਤ ਹੋਈ, ਸਾਰਿਆਂ ਦੇ ਜੀਵਨ ਸ੍ਰੇਸ਼ਟ ਤੋਂ ਸ੍ਰੇਸ਼ਟ ਧੰਨਤਾ ਦੇ ਯੋਗ ਬਣ ਗਏ, ਸਾਰੇ ਸਤਸੰਗੀ ਬਣ ਗਏ। ਬਾਂਟਾ ਤਿਤਨ ਕਰੇ ਆਹਾਰਾ, ਸਾਰਿਆਂ ਦਾ ਜੀਵਨ ਕੀ ਹੈ, ਸਾਰਿਆਂ ਨੂੰ ਵੰਡ ਕੇ ਛਕਦੇ ਆ, ਭਾਵ ਪਹਿਲਾਂ ਆਪ ਕਮਾਉਂਦੇ ਆ, ਫਿਰ ਵੰਡ ਕੇ ਸਭ ਨੂੰ ਛਕਾ ਕੇ ਫਿਰ ਛਕਦੇ ਆ। ਬਾਂਟ ਤਿਤਨ ਕਰੇ ਹਾਰ, ਪਹਿਲਾਂ ਦੂਜਿਆਂ ਨੂੰ ਭੁੱਖਿਆਂ ਨੂੰ ਲੰਗਰ ਛਕਾ ਕੇ ਫਿਰ ਆਪ ਛਕਦੇ ਹੈ। ਐਸੇ ਸ਼ੁਭ ਗੁਣਾਂ ਦੇ ਧਾਰਨੀ ਹੋਏ ਇੱਥੋਂ ਦੇ ਨਗਰ ਦੇ ਸਿੱਖ। ਸਤਨਾਮ ਕੋ ਸਿਮਰਨ ਧਾਰਾ, ਸਾਰਿਆਂ ਨੇ ਨਾਮ ਸਿਮਰਨ ਨੂੰ ਧਾਰਨ ਕਰ ਲਿਆ, ਨਾਮ ਜਪਣ ਲੱਗ ਪਏ, ਸਾਰਿਆਂ ਦੇ ਜੀਵਨ ਬਦਲ ਗਏ। ਇੱਕ ਭਾਈ ਭਾਨੂ ਦੀ ਸੰਗਤ ਦਾ ਪ੍ਰਤਾਪ ਐਸਾ ਹੋਇਆ, ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਮਜੰਗਾ ਨਗਰ ਦੇ ਸਾਰੇ ਸਿੱਖ ਬਣ ਗਏ। ਲਵਪੁਰ ਮੈਂ ਲੱਦਾ ਉਪਕਾਰੀ, ਅਗਲਾ ਪ੍ਰਸੰਗ ਚੱਲ ਪਿਆ ਲਾਹੌਰ ਵਿੱਚ। ਭਾਈ ਲੱਦਾ ਜੀ ਪਰਉਪਕਾਰੀ ਗੁਰਸਿੱਖ ਹੋਏ, ਜਿਨ੍ਹਾਂ ਦਾ ਨਾਮ ਭਾਈ ਲੱਦਾ ਪਰਉਪਕਾਰੀ ਆਉਂਦਾ ਹੈ। ਭਾਉ ਭਗਤ ਜਨ ਬਹੁ ਉਰ ਧਾਰੀ, ਜਿਨ੍ਹਾਂ ਨੇ ਬਹੁਤ ਪ੍ਰੇਮਾ ਭਗਤੀ ਗੁਰੂ ਘਰ ਦੀ ਧਾਰਨ ਕੀਤੀ ਹੋਈ ਹੈ ਮਨ ਵਿੱਚ। ਬੁੱਧੂ ਕੇਰ ਪਜਾਵਾ ਕਰਚੋ, ਜਦੋਂ ਸਾਧ ਸੰਗਤ ਜੀ ਬੁੱਧੂ ਦਾ ਜਿਹੜਾ ਆਵਾ ਸੀ ਇੱਟਾਂ ਦਾ ਕੱਚਾ ਰਹਿ ਗਿਆ, ਦਰ ਪਰ ਲੱਖੂ ਸਰਾਪ ਉਬਾਚੋ। ਸਾਧ ਸੰਗਤ ਜੀ ਬੁੱਧੂ ਸਿੱਖ ਲਾਹੌਰ ਦਾ ਰਹਿਣ ਵਾਲਾ ਸੀ, ਕਰਜ਼ਾ ਲੈ ਕੇ ਬਾਣੀਏ ਕੋਲੋਂ ਆਵੇ ਲਾਏ ਇੱਟਾਂ ਪੱਕੀਆਂ ਤਿਆਰ ਕਰਨ ਵਾਸਤੇ ਕਿ ਵੇਚ ਕੇ ਵਿੱਚੋਂ ਨਫ਼ਾ ਕਮਾ ਕੇ ਧਨ ਕਮਾਵਾਂਗਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਇਆ, ਮਹਾਰਾਜ ਆਵੇ ਲਾਉਣੇ ਹੈ, ਇੱਟਾਂ ਤਿਆਰ ਕਰ ਦਿੱਤੀਆਂ, ਆਵਿਆਂ ਨੂੰ ਅੱਗ ਦੇਣੀ ਹੈ, ਕਿਰਪਾ ਕਰਕੇ ਮਹਾਰਾਜ ਕਾਰੋਬਾਰ ਵਿੱਚ ਮੈਨੂੰ ਸਫਲਤਾ ਬਖਸ਼ੋ। ਮਹਾਰਾਜ ਕਹਿਣ ਲੱਗੇ ਭਾਈ ਜਦੋਂ ਆਵੇ ਤਿਆਰ ਹੋਣ, ਜਿਸ ਦਿਨ ਆਵਿਆਂ ਵਿੱਚ ਅੱਗ ਸੁਲਗਾਉਣੀ ਹੈ, ਪੁਰਾਣੇ ਸਮੇਂ 'ਚ ਅੱਗ ਸੁਲਗਾਇਆ ਕਰਦੇ ਸਨ, ਉਹ ਹੌਲੀ ਹੌਲੀ ਧੁਖਦੀ ਧੁਖਦੀ ਬੜੀ ਮਿੱਠੀ ਆਂਚ ਅਤੇ ਤੇਜ਼ ਆਂਚ ਨਾਲ ਇੱਟਾਂ ਨੂੰ ਪਕਾਉਂਦੀ ਸੀ। ਮਹਾਰਾਜ ਕਹਿੰਦੇ ਉਸ ਦਿਨ ਸੰਗਤ ਬੁਲਾਈ, ਕੜਾ ਪ੍ਰਸ਼ਾਦੀ ਦੇ ਕਰੀ, ਲੰਗਰ ਤਿਆਰ ਕਰੀ, ਕੀਰਤਨ ਕਥਾ ਕਰਾਈ, ਅਰਦਾਸ ਕਰਾਈ ਸੰਗਤ ਤੋਂ, ਕਿਸੇ ਨੂੰ ਭੁੱਖਾ ਨਾ ਘਰੋਂ ਜਾਣ ਦਈ, ਤੇਰਾ ਕਾਰੋਬਾਰ ਪੂਰੀਆਂ ਬਰਕਤਾਂ ਸਹਿਤ ਫਲੇਗਾ। ਸਤ ਬਚਨ ਕਹਿ ਕੇ ਚਲਿਆ ਗਿਆ, ਤਿਆਰੀ ਹੋ ਗਈ। ਨਿਸ਼ਚਿਤ ਦਿਨ 'ਤੇ ਲੰਗਰ ਤਿਆਰ ਕੀਤਾ, ਬੜੇ ਪਦਾਰਥ ਬਣਾਏ, ਦੀਵਾਨ ਲੱਗ ਗਿਆ, ਕੀਰਤਨ ਕਥਾ ਹੋ ਰਹੀ ਹੈ।
ਅਰਦਾਸ ਤੋਂ ਉਪਰੰਤ ਲੰਗਰ ਵਰਤਿਆ। ਇੰਨੇ ਨੂੰ ਭਾਈ ਲੱਖੂ ਆ ਗਿਆ ਕਿਥੋਂ ਵਿਚਰਦਾ ਵਿਚਰਦਾ। ਭਾਈ ਪੁਰਾਣਾ ਜੀ ਦੀ ਸੰਗਤ ਨਾਲ ਗੁਰੂ ਕੇ ਸਿੱਖ ਬਣੇ ਸਨ, ਬ੍ਰਹਮ ਗਿਆਨੀ ਸਿੱਖ ਸਨ, 21 ਜਪਜੀ ਸਾਹਿਬ ਦੇ ਰੋਜ਼ ਪਾਠ ਕਰਦੇ। ਜਿਹੜੀ ਮਾਤਾ ਦੇ ਜਪਜੀ ਸਾਹਿਬ ਜਵਾਨੀ ਯਾਦ ਨਹੀਂ ਹੁੰਦਾ ਸੀ, ਉਹਦੇ ਹੱਥ ਦਾ ਪ੍ਰਸ਼ਾਦਾ ਨਹੀਂ ਕਦੇ ਛਕਦੇ ਸਨ। ਭਾਈ ਲੱਖੂ ਦੇ ਪ੍ਰਤਾਪ ਕਰਕੇ ਲਾਹੌਰ ਦੀਆਂ ਸਾਰੀਆਂ ਮਾਈਆਂ ਦੇ ਜਵਾਨੀ ਜਪਜੀ ਸਾਹਿਬ ਕੰਠ ਹੋ ਗਏ ਸਨ, ਯਾਦ ਕਰ ਲਏ ਸਨ ਸਭ। ਸਾਧ ਸੰਗਤ ਜੀ, ਜਦੋਂ ਭਾਈ ਲੱਖੂ ਆਇਆ, ਦਰਵਾਜ਼ਾ ਬੰਦ ਹੈ, ਉੱਚੀ ਵਾੜ ਦੰਦਾ, ਦਰਵਾਜ਼ਾ ਖੋਲ੍ਹੋ, ਪ੍ਰਸ਼ਾਦਾ ਛਕਣਾ। ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਦੂਜੀ ਵਾਰੀ, ਤੀਜੀ ਵਾਰੀ ਅਰਦਾਸੀ ਅਰਦਾਸ ਕਰਨ ਲੱਗਿਆ, ਮਹਾਰਾਜ ਬੁੱਧੂ ਦਾ ਆਵਾ ਪੱਕਾ ਨਿਕਲੇ, ਐਨ ਚੰਗੀ ਤਰ੍ਹਾਂ ਕਾਰੋਬਾਰ ਸਫਲ ਹੋਵੇ। ਭਾਈ ਲੱਖੂ ਕਹਿੰਦਾ, ਬੁੱਧੂ ਤੇਰਾ ਆਵਾ ਕੱਚਾ ਹੀ ਰਹੇਗਾ, ਕੱਚਾ ਹੀ ਰਹੇਗਾ, ਕੱਚਾ ਹੀ ਰਹੇਗਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਪਿਆਰਿਆਂ ਦੀ ਰਸਨਾ ਤੇ ਰੱਬ ਵਸਦਾ। ਦਰਵਾਜ਼ਾ ਖੋਲ੍ਹ ਕੇ ਆਖਣ ਲੱਗਾ, ਮੈਨੂੰ ਗੁਰੂ ਅਰਜਨ ਦੇਵ ਜੀ ਦਾ ਵਰ ਹੈ, ਤੇਰੇ ਵਰਗੇ ਵੀ ਇੱਥੇ ਤੁਰੇ ਫਿਰਦੇ, ਤੇਰੇ ਕਹਿਣ ਨਾਲ ਆਵਾ ਨਹੀਂ ਕੱਚਾ ਹੋ ਚੱਲਿਆ। ਉਲਟਾ ਅਪਮਾਨ ਕਰ ਦਿੱਤਾ ਸਿੱਖ ਦਾ। ਕਹਿਣ ਲੱਗਾ, ਕੋਈ ਨਹੀਂ, ਪਤਾ ਉਦਣ ਲੱਗੇਗਾ ਜਿੱਦਣ ਜਾ ਕੇ ਆਵੇ ਖੋਲ੍ਹੇਗਾ। ਮੇਰੀ ਰਸਨਾ 'ਤੇ ਵੀ ਉਹੀ ਗੁਰੂ ਵਸਦਾ, ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਕਿਰਪਾ ਵਸਦੀ ਹੈ। ਆਵੇ ਖੋਲ੍ਹੇ ਤਾਂ ਸਾਧ ਸਿੰਘ ਜੀ ਇੱਟਾਂ ਕੱਚੀਆਂ। ਭਾਈ ਬੁੱਧੂ ਨੂੰ ਚਿੰਤਾ ਪੈ ਗਈ ਕਿ ਵਿਆਜ ਤਾਂ ਕੀ ਦੇਣਾ ਸੀ, ਮੂਲ ਵੀ ਹੱਥੋਂ ਚੱਲਿਆ ਗਿਆ, ਨਫ਼ਾ ਤਾਂ ਕੀ ਕਮਾਉਣਾ ਸੀ, ਉਲਟਾ ਕਰਜ਼ਾ ਦੁੱਗਣਾ ਹੋ ਕੇ ਚੜ੍ਹ ਗਿਆ, ਕੀ ਕਰਾਂਗੇ। ਫਿਰ ਭਾਈ ਲੱਦੇ ਨੂੰ ਬੇਨਤੀ ਕੀਤੀ। ਭਾਈ ਲੱਦਾ ਫਿਰ ਇੱਥੇ ਅੰਮ੍ਰਿਤਸਰ ਸਾਹਿਬ ਲੈ ਕੇ ਭਾਈ ਬੁੱਧੂ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਔਰ ਭਾਈ ਲੱਖੂ ਦੇ ਸਰਾਪ ਤੋਂ ਬਚਨ ਤੋਂ ਬਚਾਉਣ ਵਾ ਬਚਨ ਹੁੰਦਾ, ਗੁਰਮੁਖ ਦਾ ਸਰਾਪ ਨਹੀਂ ਹੁੰਦਾ। ਸੋ ਉਸ ਬਚਨ ਦਾ ਜਿਹੜਾ ਭਾਈ ਬੁੱਧੂ ਦੇ ਉੱਤੇ ਬੜਾ ਭਾਰੀ ਉਹਨੂੰ ਖਮਿਆਜਾ ਭੁਗਤਣਾ ਪਿਆ, ਉਸ ਤੋਂ ਬਚਾਉਣ ਲਈ ਜੋ ਭਾਈ ਲੱਖੂ ਨੇ ਬਚਨ ਕੀਤਾ ਸੀ। ਸ੍ਰੀ ਗੁਰ ਤੇ ਪ੍ਰੇਰਿਓ ਲੱਦਾ ਗਇਓ। ਭਾਈ ਲੱਦਾ ਪਰਉਪਕਾਰੀ ਮਹਾਰਾਜ ਕੋਲੇ ਆਇਆ, ਸਤਿਗੁਰਾਂ ਨੂੰ ਕਹਿੰਦਾ, ਮਹਾਰਾਜ ਆਹ ਗੱਲ ਬਣ ਗਈ, ਬੁੱਧੂ ਤੇ ਕਿਰਪਾ ਕਰੋ, ਉਹਨੇ ਵੀ ਤੁਹਾਡਾ ਬਚਨ ਮੰਨਿਆ। ਸਤਿਗੁਰੂ ਜੀ ਨੇ ਫਿਰ ਭਾਈ ਲੱਦੇ ਨੂੰ ਪ੍ਰੇਰ ਕੇ ਬਚਨ ਕਰਕੇ ਲਾਹੌਰ ਵਿਖੇ ਭੇਜਿਆ। ਲੱਖੂ ਕੋ ਪ੍ਰਸੰਨ ਕਰ ਲਇਓ। ਮਹਾਰਾਜ ਕਹਿੰਦੇ, ਉਹ ਸਿੱਖ ਹੀ ਕਿਰਪਾ ਕਰੇਗਾ, ਕਿਰਪਾ ਤਾਂ ਆਪ ਵੀ ਕਰ ਸਕਦੇ ਸਨ, ਪਰ ਸਿੱਖ ਦਾ ਕਿੰਨਾ ਸਨਮਾਨ ਰੱਖਿਆ। ਮਹਾਰਾਜ ਕਹਿੰਦੇ, ਪਹਿਲਾਂ ਲੱਖੂ ਨੂੰ ਪ੍ਰਸੰਨ ਕਰੋ, ਲੱਖੂ ਦੀ ਖੁਸ਼ੀ ਤੋਂ ਬਿਨਾਂ ਇਹ ਬਚਨ ਨਹੀਂ ਮੁੜਨਾ, ਜੋ ਨਿਕਲ ਗਿਆ ਉਹਦੀ ਰਸਨਾ ਤੋਂ। ਇਸ ਕਰਕੇ ਭਾਈ ਲੱਦਾ ਤੂੰ ਜਾ, ਤੂੰ ਪਰਉਪਕਾਰੀ ਹੈ, ਭਲਾ ਕਰਨ ਵਾਲਾ, ਸੱਤਾ ਬਲਵੰਡ ਵੀ ਇਹਨਾਂ ਨੇ ਬਖਸ਼ਾਇਆ ਸੀ, ਜਾ ਤੂੰ ਲੱਖੂ ਨੂੰ ਪ੍ਰਸੰਨ ਕਰ, ਨਾਲ ਬੁੱਧੂ ਨੂੰ ਲੈ ਕੇ ਜਾ, ਉਹ ਮਾਫ਼ੀ ਮੰਗੇ, ਉਹਨਾਂ ਨੂੰ ਪ੍ਰਸੰਨ ਕਰੇ। ਕਹੇ ਉਤੇ ਸੈਨ ਜਬਾਕ ਹਟਾਵੋ। ਉਹਨਾਂ ਨੂੰ ਕਹੋ ਕਿ ਆਪਣਾ ਬਚਨ ਉਹ ਆਪ ਹੀ ਵਾਪਸ ਲੈਣ, ਅਸੀਂ ਨਹੀਂ ਉਹਨਾਂ ਦੀ ਇਸ
ਜੋ ਉਹਨਾਂ ਨੇ ਕੌਤਕ ਵਰਤਾਇਆ ਉਹਦੇ ਵਿੱਚ ਦਖਲ ਦੇਣਾ। ਬੁੱਧੂ ਰਿਣੀ ਆਪ ਲੱਖ ਪਾਵੋ, ਕਿ ਬੁੱਧੂ ਵਿਚਾਰਾ ਕਰਜਈ ਹੈ, ਤੁਹਾਨੂੰ ਪਤਾ ਹੈ ਕਿੰਨਾ ਕਰਜ਼ਾ ਲੈ ਕੇ ਆਵੇ ਲਾਏ ਹੈ। ਪੱਕਾ ਪਚਾਵਾ ਬਰ ਕੋ ਦੀਜਾ, ਬਰ ਦੇ ਦਿਓ ਕਿ ਆਵਾ ਪੱਕ ਜਾਏ, ਇੱਟਾਂ ਕੱਚੀਆਂ ਨਾ ਰਹਿਣ। ਕਿਰਪਾ ਕਰੋ ਗੁਰ ਸਿੱਖ ਜਾਨੀ ਚਾ, ਜਾਣ ਲਓ ਕਿ ਭਾਈ ਲੱਖੂ ਉਹ ਵੀ ਗੁਰੂ ਕਾ ਸਿੱਖ ਹੈ, ਉਹਨੂੰ ਬਖਸ਼ ਦਿਓ ਉਸ ਦੀ ਅਵੱਗਿਆ ਦੀ ਗਲਤੀ ਦੀ, ਖਿਮਾ ਕਰ ਦਿਓ ਉਸ ਨੂੰ। ਸੁਣ ਲੱਦੇ ਕੇ ਬਚ ਉਪਕਾਰੀ, ਕਿਉਂ ਸਮਝਾ ਕੇ ਭਾਈ ਲੱਦੇ ਨੂੰ ਭੇਜਿਆ, ਭਾਈ ਲੱਦਾ ਪਰ ਉਪਕਾਰੀ ਭਾਈ ਲੱਖੂ ਦੇ ਪਾਸ ਗਿਆ। ਸਿੱਖ ਲੱਖੂ ਲੱਖ ਰਿਣ ਦੁੱਖ ਭਾਰੀ, ਕਹਿਣ ਲੱਗਾ ਕਿ ਹੇ ਭਾਈ ਲੱਖੂ, ਬੁੱਧੂ ਬੜਾ ਭਾਰੀ ਕਰਜਾਈ ਬਣ ਚੁੱਕਾ ਹੈ, ਬਹੁਤ ਕਰਜ਼ਾ ਲੈ ਕੇ ਆਵੇ ਲਾਏ ਸਨ। ਕਹਿਓ ਵਾਕ ਸੋ ਪਲਟੈ ਨਾਹੀ, ਤੁਹਾਡਾ ਬਚਨ ਬਦਲਿਆ ਨਹੀਂ ਜਾ ਸਕਦਾ, ਭਾਵ ਤੁਹਾਡਾ ਬਚਨ ਜੋ ਕਿਹਾ ਸੀ ਉਹ ਪੂਰਾ ਹੋ ਗਿਆ, ਸਤਿਗੁਰਾਂ ਨੇ ਵੀ ਨਹੀਂ ਉਹ ਬਚਨ ਬਦਲਿਆ, ਤੁਹਾਡਾ ਇੰਨਾ ਮਾਣ ਰੱਖਿਆ ਧੰਨ ਗੁਰੂ ਅਰਜਨ ਦੇਵ ਜੀ ਨੇ। ਬਿੱਲੀ ਈਂਟ ਤਾਹੇ ਵਿਕ ਜਾਹੀ, ਇਸ ਕਰਕੇ ਉਸ ਸਮੇਂ ਭਾਈ ਲੱਖੂ ਨੂੰ ਜਦੋਂ ਬੇਨਤੀ ਕੀਤੀ, ਭਾਈ ਲੱਖੂ ਆਖਣ ਲੱਗੇ ਵੀ ਬਚਨ ਤਾਂ ਨਹੀਂ ਮੈਂ ਉਹ ਵਾਪਸ ਲੈ ਸਕਦਾ, ਪਰ ਇੱਕ ਕਿਰਪਾ ਜ਼ਰੂਰ ਹੋ ਜਾਏਗੀ, ਸਤਿਗੁਰੂ ਨੇ ਤੁਹਾਨੂੰ ਭੇਜਿਆ। ਕਹਿਣ ਲੱਗੇ ਹੇ ਬੁੱਧੂ, ਤੇਰੀਆਂ ਪਿੱਲੀਆਂ ਕੱਚੀਆਂ ਇੱਟਾਂ ਵੀ ਪੂਰੇ ਭਾਅ 'ਤੇ ਵਿਕ ਜਾਣਗੀਆਂ। ਜਿਮ ਪਾਕੀ ਤੇ ਧਨ ਕੋ ਪਾਵੈ, ਜਿਵੇਂ ਪੱਕੀਆਂ ਇੱਟਾਂ ਤੋਂ ਬੰਦੇ ਨੂੰ ਧਨ ਮਿਲਦਾ, ਉਵੇਂ ਤੈਨੂੰ ਕੱਚੀਆਂ ਦਾ ਮੁੱਲ ਮਿਲ ਜਾਏਗਾ। ਤਥਾ ਬਿਕਹਿ ਰਿਣ ਸਭ ਉਤਰਾਵੈ, ਭਾਈ ਲੱਖੂ ਕਹਿਣ ਲੱਗੇ ਸਾਰੀਆਂ ਇੱਟਾਂ ਪੱਕੀਆਂ ਦੇ ਬਰਾਬਰ ਵਿਕਣਗੀਆਂ ਔਰ ਤੇਰਾ ਕਰਜ਼ਾ ਲੈ ਜਾਏਗਾ, ਸਤਿਗੁਰਾਂ ਦੇ ਬਚਨ ਹਨ, ਉਹਨਾਂ ਨੇ ਆਗਿਆ ਕੀਤੀ ਹੈ। ਲਵਪੁਰ ਮੈਂ ਲੱਦਾ ਇਸ ਭਾਂਤ, ਇਸ ਤਰ੍ਹਾਂ ਭਾਈ ਲੱਦਾ ਜੀ ਪਰ ਉਪਕਾਰੀ ਗੁਰਸਿੱਖ ਲਾਹੌਰ ਵਿੱਚ ਰਹਿੰਦੇ ਹੈ, ਪਰ ਉਪਕਾਰ ਕਰੈ ਬਖਿਆਤ, ਸਾਰੇ ਪ੍ਰਤੱਖ ਦੁਨੀਆਂ ਦੇ ਉੱਤੇ ਪਰ ਉਪਕਾਰ ਕਰਦੇ ਹੈ, ਸੱਤਾ ਬਲਵੰਡ ਵੀ ਇਹਨਾਂ ਨੇ ਬਖਸ਼ਾਏ ਸਨ। ਲੱਖੂ ਰਹਿ ਪਟੋਲੀ ਤਾਹੇ, ਲੱਖੂ ਭਾਈ ਪਟੋਲੀਆ ਬਾਜ਼ਾਰ ਵਿੱਚ ਰਿਹਾ ਕਰਦੇ, ਲਾਹੌਰ ਦਾ ਪਟੋਲੀਆ ਬਾਜ਼ਾਰ ਹੈ ਸੰਗਤ ਜੀ, ਉੱਥੇ ਪੱਟ ਰੇਸ਼ਮ ਦੇ ਵਸਤਰਾਂ ਦੀਆਂ ਜ਼ਿਆਦਾ ਦੁਕਾਨਾਂ ਸਨ, ਉਸ ਇਲਾਕੇ ਵਿੱਚ ਰੇਸ਼ਮ ਦੇ ਵਸਤਰਾਂ ਦਾ ਜ਼ਿਆਦਾ ਵਪਾਰ ਹੁੰਦਾ ਸੀ, ਇਸ ਕਰਕੇ ਉਹਨੂੰ ਪਟੋਲੀਆ ਬਾਜ਼ਾਰ ਕਿਹਾ ਜਾਂਦਾ ਸੀ। ਭਾਈ ਲੱਖੂ ਉਸ ਵਿੱਚ ਰਿਹਾ ਕਰਦੇ, ਗੁਰੂ ਧਿਆਨ ਇਸ ਦਿਨ ਮਨ ਮਾਹੇ, ਰਾਤ ਦਿਨ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਮਨ ਵਿੱਚ ਧਾਰਨ ਕਰਕੇ ਰੱਖਦੇ, ਐਸੇ ਪ੍ਰਪੱਕ ਮਹਾਂਪੁਰਖ ਬ੍ਰਹਮ ਗਿਆਨੀ ਸਿੱਖ ਸਨ। ਇੱਕ ਤੀਰਥ ਹਰ ਮੂਲਾ ਬੇਰੀ, ਹੁਣ ਅਗਲਾ ਪ੍ਰਸੰਗ ਚੱਲਿਆ, ਇੱਕ ਭਾਈ ਤੀਰਥ ਹੈ, ਦੂਸਰਾ ਭਾਈ ਮੂਲਾ ਬੇਰੀ ਜਾਤੀ ਦਾ ਹੈ, ਸਿੱਖ ਮੁਕੰਦਾ ਮਿਲ ਤਿਸ ਬੇਰੀ, ਤੀਜਾ ਭਾਈ ਮੁਕੰਦਾ ਸਿੱਖ ਮਿਲ ਕਰਕੇ, ਚੌਥ ਨਿਹਾਲੂ ਜੋ ਸੁਨਿਆਰਾ, ਚੌਥਾ ਸੋਨੇ ਦੇ ਗਹਿਣੇ ਕਰਨ ਵਾਲਾ ਭਾਈ ਨਿਹਾਲੂ ਹੈ, ਮਿਲ ਆਏ ਗੁਰ ਕੇ ਦਰਬਾਰ, ਮਿਲ ਕੇ ਸਤਿਗੁਰਾਂ ਦੇ ਦਰਬਾਰ ਅੰਮ੍ਰਿਤਸਰ ਸਾਹਿਬ ਆਏ ਹੈ, ਘਰ ਬੰਧਨ ਕੋ ਬੈਠੇ ਪਾਸ, ਮੱਥਾ ਟੇਕ ਕੇ ਹਜ਼ੂਰੀ ਵਿੱਚ ਬੈਠ ਗਏ, ਹੱਥ ਜੋੜ ਕੀਨੀ ਅਰਦਾਸ, ਹੱਥ ਜੋੜ ਕੇ ਅਰਦਾਸ ਕੀਤੀ ਹੈ, ਸਿੱਖ ਆਪ ਕੇ ਅਨੇਕ ਪ੍ਰਕਾਰੇ, ਅਨੇਕਾਂ ਤਰ੍ਹਾਂ ਦੇ ਸਿੱਖ ਹਨ ਆਪ ਜੀ ਦੇ, ਸ਼ਬਦ
ਕੀਰਤਨ ਕਥਾ ਉਚਾਰੇ। ਕੋਈ ਕੀਰਤਨ ਕਰਦਾ ਕੋਈ ਕਥਾ ਕਰਦਾ ਹੈ, ਇੱਕ ਤੇ ਸੁਣਤ ਸੋ ਮਨ ਦਰਬ ਜਾਵੇ। ਇੱਕ ਜਦੋਂ ਕੀਰਤਨ ਕਥਾ ਕਰਦਾ ਨਾ ਤਾਂ ਸੁਣ ਕੇ ਮਨ ਉੱਤੇ ਉਹਦਾ ਬਹੁਤ ਭਾਰੀ ਅਸਰ ਹੁੰਦਾ ਹੈ ਸੱਚੇ ਪਾਤਸ਼ਾਹ। ਇੱਕ ਕੋ ਕਹਿਓ ਸਮੀਪ ਨਾ ਜਾਵੇ। ਇੱਕ ਕਥਾ ਵੀ ਬੜੀ ਸੋਹਣੀ ਕਰਦਾ, ਜਵਾਨ ਵੀ ਬੜੀ ਮਿੱਠੀ ਹੈ, ਬੋਲਦਾ ਵੀ ਬੜਾ ਉੱਚੀ ਉੱਚੀ ਹੈ, ਕੀਰਤਨ ਵੀ ਬੜਾ ਮਿੱਠਾ ਕਰਦਾ, ਪਰ ਨੇੜ ਦੀ ਨੀ ਲੰਘਦਾ ਉਹਦਾ ਕੀਤਾ ਹੋਇਆ ਵਖਿਆਨ ਜਾਂ ਵਿਚਾਰ। ਸ੍ਰੀ ਮੁਖ ਤੇ ਸ਼ੁਭ ਜੁਗਤ ਬਖਾਨੀ। ਉਸ ਵਕਤ ਪਵਿੱਤਰ ਮੁਖਾਰ ਬਿੰਦ ਤੋਂ ਸਤਿਗੁਰਾਂ ਨੇ ਜੁਗਤੀ ਦੱਸੀ ਕਿ ਅਸਰ ਕਿਵੇਂ ਹੋਵੇ ਸਰੋਤਿਆਂ ਤੇ, ਉਹ ਢੰਗ ਦੱਸਦੇ ਹਾਂ। ਹੀਰਾ ਫਟਕ ਦੋ ਇੱਕ ਸਮਾਨੀ। ਮਹਾਰਾਜ ਕਹਿੰਦੇ ਹੀਰਾ ਵੀ ਤੇ ਕੱਚ ਦਾ ਬਲੌਰ ਵੀ ਦੇਖਣ ਨੂੰ ਤਾਂ ਇੱਕੋ ਜਿਹੇ ਹੀ ਲੱਗਦੇ ਐ। ਹੀਰਾ ਨਿਜ ਪ੍ਰਕਾਸ਼ ਦਿਖਰਾਵੇ। ਹੀਰਾ ਤਾਂ ਪ੍ਰਕਾਸ਼ ਕਰ ਕਰਕੇ ਚਾਰੇ ਪਾਸੇ ਚਾਨਣ ਦੀਆਂ ਕਿਰਨਾਂ ਛੱਡ ਦਿੰਦਾ, ਚਾਨਣ ਕਰ ਦਿੰਦਾ ਹਨੇਰੇ ਵਿੱਚ ਵੀ। ਸਰਬ ਰੰਗ ਕੇ ਉੱਪਰ ਛਾਵੇ। ਸਾਰੇ ਰੰਗਾਂ ਦੇ ਉੱਤੇ ਉਹਦੀ ਲਿਸ਼ਕੋਰ ਪੈਂਦੀ ਹੈ, ਸਾਰੇ ਰੰਗਾਂ ਨੂੰ ਉਸੇ ਵਕਤ ਚਮਕਾ ਦਿੰਦਾ ਹੈ ਜਿਹੜੇ ਜਿਹੜੇ ਰੰਗ ਦੇ ਵਸਤਰ ਜਾਂ ਵਸਤੂਆਂ ਪਈਆਂ ਹੋਣ। ਫਟਕ ਪ੍ਰਕਾਸ਼ ਪਰੈ ਨਹਿ ਕਾਹੂ। ਪਰ ਫਟਕ ਦਾ ਬਲੌਰ ਦਾ ਪ੍ਰਕਾਸ਼ ਚਾਨਣ ਨਹੀਂ ਪੈਂਦਾ, ਕਿਸੇ ਉੱਤੇ ਬਲਬ ਨੂੰ ਰੱਖ ਦੇ ਉਹਦਾ ਚਾਨਣ ਕੀ ਪੈਣਾ, ਇਸ ਤਰ੍ਹਾਂ ਦੇ ਫਟਕ ਹੁੰਦਾ ਬਲੌਰ ਹੁੰਦਾ। ਇਸ ਕਰਕੇ ਹੀਰਾ ਆਪਣੇ ਆਪ ਜਗਮਗ ਜਗਮਗ ਕਰਦਾ ਹੈ। ਅੰਤਰ ਇਤੋਂ ਦੋਹਨ ਕੇ ਮਾਹੂ। ਮਹਾਰਾਜ ਕਹਿੰਦੇ ਬਲੌਰ ਦਾ ਤੇ ਹੀਰੇ ਦਾ ਇੰਨਾ ਫਰਕ ਹੈ, ਆਪਸ ਵਿੱਚ ਹੀਰਾ ਚਾਨਣੀ ਕਰਦਾ, ਰੋਸ਼ਨੀ ਕਰਦਾ, ਚਾਨਣ ਬਖੇਰਦਾ, ਪਰ ਬਲੌਰ ਨਹੀਂ ਚਾਨਣ ਕਰ ਸਕਦਾ। ਤਿਮ ਗੁਰਮੁਖ ਕੀ ਕਰੋ ਪਛਾਣ। ਇਵੇਂ ਗੁਰਮੁਖ ਦੀ ਪਛਾਣ ਹੁੰਦੀ ਹੈ, ਜਿਸ ਸੰਗਤ ਮੈਂ ਕਰੇ ਬਖਿਆਨ। ਜਿਹੜਾ ਗੁਰਮੁਖ ਜਦੋਂ ਸੰਗਤ ਵਿੱਚ ਬਖਿਆਨ ਕਰਦਾ ਹੈ, ਕਥਾ ਕਰਦਾ ਹੈ, ਤਿਨ ਕੋ ਤੇਜ ਸਭਨ ਪਰ ਛਾਵੇ। ਉਹਨਾਂ ਦਾ ਪ੍ਰਭਾਵ ਸਾਰਿਆਂ ਦੇ ਉੱਤੇ ਪੈ ਜਾਂਦਾ, ਸਾਰੇ ਅਸਰ ਕਬੂਲਦੇ ਹੈ। ਕਿਉਂਕਿ ਸਦਾ ਸੋ ਸੱਚ ਕਮਾਵੇ। ਕਿਉਂਕਿ ਉਹ ਨਾਮ ਦੀ ਕਮਾਈ ਕਰਦਾ, ਸੱਚੇ ਨਾਮ ਨੂੰ ਹਮੇਸ਼ਾ ਜਪਦਾ, ਨਾਮ ਦਾ ਸਿਮਰਨ ਕਰਦਾ, ਸ਼ੁਭ ਗੁਣਾਂ ਦੀ ਕਮਾਈ ਕਰਦਾ ਜਿਹੜਾ ਗੁਰਮੁਖ ਹੈ। ਜੇ ਨਰ ਹੌਰੇ ਅਰ ਕੁਰਿਆਰੇ। ਜਿਹੜੇ ਹੌਲੇ ਤੇ ਕੂੜਿਆਰ ਝੂਠੇ ਲੋਕ ਹੈ, ਝੂਠੀਆਂ ਗੱਲਾਂ ਝੂਠੇ ਬਾਤ ਪਤੰਗੜ ਬਣਾਉਣ ਵਾਲੇ ਹੈ। ਸੋ ਕੁਸੰਗ ਮੈਂ ਬਣੈ ਉਦਾਰੇ। ਉਹ ਕੁਸੰਗਤ ਵਿੱਚ ਬੜੇ ਉੱਚੇ ਬਣ ਬਣ ਕੇ ਬਹਿੰਦੇ ਜਿੱਥੇ ਕੁਸੰਗਤ ਹੁੰਦੀ ਹੈ। ਸ਼ੁਭ ਨਰ ਪਰ ਤੇ ਅਸ਼ਾਏ ਨਾ ਤੇਜ। ਜਿਹੜੇ ਚੰਗੇ ਮਨੁੱਖ ਸਤਸੰਗੀ ਹੁੰਦੇ ਹੈ ਨਾ ਝੂਠਿਆਂ ਦਾ, ਔਰ ਸਾਧ ਸੰਗਤ ਜੀ ਹੌਲੇ ਮਨੁੱਖਾਂ ਦਾ ਅੰਦਰੋਂ ਹੌਲੇ ਹੈ, ਜਿਨ੍ਹਾਂ ਨੇ ਕਮਾਈ ਨਹੀਂ ਕੀਤੀ, ਸ਼ੁਭ ਗੁਣਾਂ ਤੋਂ ਖਾਲੀ ਹੈ, ਉਹਨਾਂ ਦਾ ਅਸਰ ਗੁਰਮੁਖਾਂ ਦੇ ਉੱਤੇ ਨਹੀਂ ਕਦੇ ਪੈਂਦਾ, ਨਾ ਉਹਨਾਂ ਦਾ ਪ੍ਰਭਾਵ, ਨਾ ਹੀ ਉਹਨਾਂ ਦਾ ਤਪ ਤੇਜ। ਸਤ ਸੰਗਤ ਕੋ ਜਿਨੋ ਮਜੇਜ। ਜਿਨ੍ਹਾਂ ਨੂੰ ਭਾਈ ਹੰਕਾਰ ਹੈ ਨਾ, ਹੰਕਾਰ, ਉਹ ਹੰਕਾਰੀਆਂ ਦਾ ਅਸਰ ਸਤਸੰਗੀਆਂ ਦੇ ਉੱਤੇ ਨਹੀਂ ਕਦੇ ਵੀ ਪਿਆ ਕਰਦਾ। ਜਿਸ ਕੇ ਹਿਰਦੇ ਸ਼ਬਦ ਗੁਰ ਕੇਰਾ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਸ਼ਬਦ ਵਸਿਆ, ਨਾਮ ਜਪ ਜਪ ਕੇ ਕਮਾਈ ਕਰਕੇ ਅੰਦਰੋਂ ਨਾਮ ਦੀ ਧੁਨ ਪ੍ਰਗਟ ਹੋਈ ਹੈ, ਅਭਿਆਸ ਹੋਇਆ, ਭਇਓ ਪਰਵੇਸ਼ ਮਹਾਂ ਸੁਖ ਹੇਰਾ। ਉਹ ਭਾਈ ਗੁਰ ਸ਼ਬਦ ਉਹਨਾਂ ਦੇ ਹਿਰਦੇ ਵਿੱਚ ਵਸ ਗਿਆ ਤੇ ਨਾਮ ਦੇ ਰਸ ਦਾ ਆਨੰਦ ਦਾ ਉਹਨਾਂ ਨੇ ਬਹੁਤ ਵੱਡਾ ਸੁਖ ਜੀਵਨ ਵਿੱਚ ਪ੍ਰਾਪਤ ਕੀਤਾ ਹੈ। ਸੋ ਰਸਨਾ ਤੇ ਜਬੈ ਬਖਾਨੈ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਸਾਧ ਦੀ ਰਸਨਾ ਤੇ ਨਾਮ ਵਸਦਾ,
ਉਹਦੇ ਮੁਖ ਤੋਂ ਜੋ ਬਚਨ ਨਿਕਲਦਾ ਨਾ ਰਸਨਾ ਤੋਂ ਜਦੋਂ ਵਖਿਆਨ ਕਰਦਾ ਜਾਂ ਬਚਨ ਕਰਦਾ ਹੈ ਸਰੋਤਾ ਸੁਣਤ ਸ਼ਾਂਤ ਕੋ ਠਾਨੈ ਸੁਣ ਕਰਕੇ ਸਰੋਤਿਆਂ ਦੇ ਹਿਰਦੇ ਵਿੱਚ ਠੰਡ ਪੈ ਜਾਂਦੀ ਹੈ ਸ਼ਾਂਤੀ ਵਰਤ ਜਾਂਦੀ ਹੈ ਕ੍ਰਿਸ਼ਨਾ ਤਪਤ ਤਜੈ ਸੁਖ ਪਾਵੈ ਕ੍ਰਿਸ਼ਨਾ ਦੀ ਤਪਸ਼ ਉਹਨਾਂ ਦੀ ਮਿਟ ਜਾਂਦੀ ਹੈ ਔਰ ਸ਼ੀਤਲਤਾ ਨੂੰ ਪ੍ਰਾਪਤ ਕਰ ਲੈਂਦੇ ਹਨ ਸਤ ਸੰਗਤ ਸਿਮਰਨ ਮਨ ਭਾਵੈ ਉਹਨਾਂ ਦੀ ਸਤਸੰਗਤ ਕਰਨ ਕਲਕੇ ਮਨ ਨੂੰ ਸਿਮਰਨ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਮਨ ਵਿੱਚ ਵਾਹਿਗੁਰੂ ਦਾ ਸਿਮਰਨ ਉਹਨਾਂ ਨੂੰ ਭਾਉਂਦਾ ਹੈ ਚੰਗਾ ਲੱਗਦਾ ਹੈ ਲਖਿਆ ਜੋ ਮਮ ਤੇ ਬੁੱਧ ਉਤੰਗ ਇਉਂ ਭਾਈ ਜਿਹੜਾ ਇਹ ਸਮਝੇ ਲਖਿਆ ਜੋ ਮਮ ਤੇ ਬੁੱਧ ਉਤੰਗ ਇਹ ਜੀਵਨ ਵਿੱਚ ਗੱਲ ਖਿਆਲ ਕਰਕੇ ਸਮਝਣੀ ਚਾਹੀਦੀ ਹੈ ਲਖਾ ਦਾ ਅਰਥ ਹੁੰਦਾ ਜਾਣਨਾ ਸਮਝਣਾ ਕਿ ਜਿਹੜਾ ਮੇਰੇ ਨਾਲੋਂ ਬੁੱਧੀ ਕਰਕੇ ਗਿਆਨ ਕਰਕੇ ਉੱਚਾ ਹੈ ਸ਼ੁਭ ਗੁਣਾ ਕਰਕੇ ਕਮਾਈ ਕਰਕੇ ਮੇਰੇ ਤੋਂ ਵੱਡਾ ਹੈ ਚਾਹੀਏ ਕਰਿਓ ਤਾਂ ਹੈ ਸ਼ੁਭ ਸੰਗ ਉਸ ਗੁਰਮੁਖ ਦੀ ਸੰਗਤ ਕਰਨੀ ਚਾਹੀਦੀ ਹੈ ਭਾਵ ਔਗਣਾ ਵਾਲੇ ਦੀ ਕੁਸੰਗੀ ਦੀ ਕੁਸੰਗਤ ਨਹੀਂ ਕਦੇ ਕਰਨੀ ਬੁੱਧੀ ਕਰਕੇ ਵੀ ਗਿਆਨਵਾਨ ਹੋਵੇ ਸ਼ੁਭ ਗੁਣਾ ਵਾਲਾ ਵੀ ਹੋਵੇ ਆਪਣੇ ਨਾਲੋਂ ਹਰ ਤਰ੍ਹਾਂ ਕਰਕੇ ਵੱਡਾ ਸਨਮਾਨ ਯੋਗ ਹੋਵੇ ਉਸ ਮਹਾਂਪੁਰਖ ਦੀ ਸੰਗਤ ਕਰਨੀ ਹੈ ਸਤਿਗੁਰੂ ਕਹਿੰਦੇ ਸ੍ਰੇਸ਼ਟ ਗੁਰ ਬਾਕਨ ਕੋ ਹਿਰਦੈ ਬਸਾਵੈ ਉਹਨਾਂ ਦੀ ਸੰਗਤ ਵਿੱਚੋਂ ਗੁਰੂ ਕੇ ਬਚਨ ਹਿਰਦੇ ਵਿੱਚ ਵਸ ਜਾਂਦੇ ਐ ਜੇ ਅਸ ਨਰ ਕੁਸੰਗ ਕਬ ਪਾਵੈ ਐਸੇ ਸਤਸੰਗੀਆਂ ਨੂੰ ਜੇ ਖੋਟੇ ਮਨੁੱਖਾਂ ਦੀ ਕਿਤੇ ਕੁਸੰਗਤ ਮਿਲ ਜਾਏ ਖੋਟੇ ਮਨੁੱਖ ਉਹਨਾਂ ਦੇ ਪਾਸ ਵੀ ਆ ਜਾਣ ਕਦੇ ਨਾ ਬਿਗੜੈ ਨਿਸ਼ਚਾ ਦ੍ਰਿੜ ਰਹੇ ਉਹਨਾਂ ਦਾ ਭਰੋਸਾ ਨਹੀਂ ਕਦੇ ਵਿਗੜਦਾ ਉਹਨਾਂ ਦੇ ਭਰੋਸੇ ਵਿੱਚ ਫਰਕ ਨਹੀਂ ਪੈਂਦਾ ਆਪਣੀ ਹਾਲਤ ਕੀ ਹੈ ਅੱਜ ਇਹ ਤੋਂ ਸੁਣਿਆ ਉਹਦੇ ਮਗਰ ਜੱਥੇ ਬਣਾ ਕੇ ਤੁਰ ਪਏ ਦੂਜੇ ਦਿਨ ਦੂਜੇ ਤੀਜੇ ਦੇ ਇੱਕ ਥਾਂ 'ਤੇ ਨਿਸ਼ਚਾ ਹੀ ਨਹੀਂ ਰੱਖਿਆ ਮਨ ਅਡੋਲ ਨਹੀਂ ਰੱਖਿਆ ਮਹਾਰਾਜ ਕਹਿੰਦੇ ਗੁਰਮੁਖ ਦੀ ਸੰਗਤ ਕਰਕੇ ਕਰਨੀ ਵਾਲੇ ਦੀ ਸੰਗਤ ਕਰਕੇ ਨਿਸ਼ਚਾ ਨਹੀਂ ਕਦੇ ਡੋਲੇਗਾ ਭਰੋਸਾ ਨਹੀਂ ਕਦੇ ਕਮੀ ਦੇ ਵਿੱਚ ਆਏਗਾ ਭਰੋਸਾ ਦ੍ਰਿੜ ਰਹੇਗਾ ਐਨ ਪਰਮੇਸ਼ੁਰ ਵਾਹਿਗੁਰੂ ਅਤੇ ਸਤਿਗੁਰਾਂ 'ਤੇ ਅਤੇ ਉਹਦੀ ਅਵਸਥਾ ਵਿੱਚ ਵੀ ਕਦੇ ਕਮੀ ਘਾਟ ਨਹੀਂ ਆਉਂਦੀ ਵਿਗਾੜ ਨਹੀਂ ਆਉਂਦਾ ਹੈ ਜਥਾ ਅਚਲ ਇੱਕ ਥਲ ਥਿਰ ਅਹੇ ਜਿਵੇਂ ਪੱਥਰ ਸਿਲਾ ਜਾਂ ਇਉਂ ਕਹਿ ਲਓ ਪਹਾੜ ਇੱਕ ਥਾਂ 'ਤੇ ਥਿਰ ਰਹਿੰਦਾ ਹੈ ਟਿਕਿਆ ਰਹਿੰਦਾ ਹੈ ਜਿਮ ਚੰਦਨ ਬਾਵਨ ਤਰ ਸੀਤਲ ਜਿਵੇਂ ਚੰਦਨ ਬਾਵਨ ਚੰਦਨ ਹਮੇਸ਼ਾ ਸੀਤਲਤਾ ਰੱਖਦਾ ਹੈ ਠੰਡਕ ਰੱਖਦਾ ਆਪਣੇ ਵਿੱਚ ਚਹੁੰ ਦਿਸ਼ ਮੈਂ ਇਹ ਲਪਟੈ ਹੀ ਤਲ ਜਹਿਰੀਲੇ ਨਾਗ ਉਹਦੇ ਆਲੇ ਦੁਆਲੇ ਲਿਪਟੇ ਰਹਿੰਦੇ ਐ ਤੋਂ ਹੀ ਸੀਤ ਤਜ ਬਿਖ ਕੋ ਲੇਤ ਫਿਰ ਵੀ ਬਾਵਨ ਚੰਦਨ ਆਪਣੀ ਸੀਤਲਤਾ ਨਹੀਂ ਤਿਆਗਦਾ ਔਰ ਜਿਹੜੀ ਉਹਨਾਂ ਦੀ ਜ਼ਹਿਰ ਹੈ ਉਸ ਨੂੰ ਆਪਣੇ ਉੱਤੇ ਨਹੀਂ ਲੈਂਦਾ ਭਾਵ ਉਹਨਾਂ ਦੀ ਸੀਤ ਉਹਨਾਂ ਨੂੰ ਤਪਿਆਂ ਹੋਇਆਂ ਨੂੰ ਜ਼ਹਿਰ ਵਿੱਚ ਸੜਦਿਆਂ ਨੂੰ ਸ਼ੀਤਲਤਾ ਦੇ ਦਿੰਦਾ ਪਰ ਉਹਨਾਂ ਦਾ ਅਸਰ ਨਹੀਂ ਕਬੂਲਦਾ ਉਲਟਾ ਉਹਨਾਂ 'ਤੇ ਆਪਣਾ ਅਸਰ ਪਾਉਂਦਾ ਇਸੇ ਤਰ੍ਹਾਂ ਪਰਬਤ ਜਿਵੇਂ ਅਚਲ ਰਹਿੰਦਾ ਗੁਰਮੁਖਾਂ ਦੀ ਸੰਗਤ ਵਿੱਚ ਵੀ ਦ੍ਰਿੜ ਨਿਸ਼ਚਾ ਭਰੋਸਾ ਅਟਲ ਹੁੰਦਾ ਡੋਲਦਾ ਨਹੀਂ ਕਦੇ ਸਰਪਨ ਕੋ ਸੀਤਲ ਕਰ ਦੇ ਉਲਟਾ ਸੱਪਾਂ ਨੂੰ ਠੰਡਕ ਦੇ ਦਿੰਦਾ ਜਿਹੜਾ ਬਾਵਨ ਚੰਦਨ ਆਪ ਗਰਮ ਨਹੀਂ ਹੁੰਦਾ ਜ਼ਹਿਰ ਦੀ ਅੱਗ ਕਰਕੇ ਤਿਮ ਗੁਰਮੁਖ ਜੇ ਧਸੈ ਕੁਸੰਗ ਇਹ ਗੁਰਮੁਖ ਕਿਤੇ ਕੁਸੰਗਤ ਵਿੱਚ ਚੱਲਿਆ ਵੀ ਜਾਵੇ ਕੋਈ ਐਸਾ ਸਮਾਂ ਬਣ ਜੇ ਕੁਸੰਗੀਆਂ ਵਿੱਚ ਜਾਣਾ ਪੈ ਜੇ
ਤੈਂ ਵੀ ਦੇਤ ਆਪਣੋ ਰੰਗ। ਸੰਗੀਆਂ ਨੂੰ ਵੀ ਆਪਣਾ ਰੰਗ ਲਾ ਦਿੰਦਾ, ਜਿਵੇਂ ਭਾਨੂ ਭਗਤ ਨੇ ਵਜੰਗਾਂ ਵਾਲਿਆਂ ਨੂੰ ਰੰਗ ਲਾਇਆ ਸਿੱਖੀ ਦਾ। ਤਿਨਕੇ ਅਵਗੁਣ ਆਪ ਨਾ ਕਰੇ, ਪਰ ਉਹਨਾਂ ਵਾਲੇ ਔਗੁਣ ਆਪ ਨਹੀਂ ਕਰਦਾ ਜਿਹੜਾ ਗੁਰਮੁਖ ਹੁੰਦਾ ਹੈ। ਸ਼ੁਭ ਗੁਣ ਕਹਿ ਕਹਿ ਔਰ ਮੋਹ ਧਰੈ, ਸ਼ੁਭ ਗੁਣ ਹੀ ਕਹਿ ਕੇ ਦੱਸਦਾ ਤੇ ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਧਾਰਦਾ ਹੈ। ਸੁਣ ਸਿੱਖਣ ਸਭ ਸੀਸ ਨਿਵਾਇਓ, ਸਾਰੇ ਸਿੱਖਾਂ ਨੇ ਸਿਰ ਨਵਾਇਆ। ਜਥਾ ਯੋਗ ਸ਼੍ਰੀ ਗੁਰੂ ਬਤਾਇਓ, ਜੋ ਸਤਿਗੁਰੂ ਜੀ ਨੇ ਉਪਦੇਸ਼ ਦੱਸਿਆ। ਇਸ ਪ੍ਰਕਾਰ ਨੇ ਤਹੋਤ ਉਚਾਰ, ਉਹ ਉਪਦੇਸ਼ ਧਾਰਨ ਕੀਤਾ। ਇਸ ਪ੍ਰਕਾਰ ਨੇਤਾ ਪ੍ਰਤੀ ਸਤਿਗੁਰੂ ਜੀ ਗੁਰਸਿੱਖਾਂ ਨੂੰ ਗੁਰਮਤ ਦਾ ਗਿਆਨ ਬਖਸ਼ਿਸ਼ ਕਰਦੇ ਹੈ। ਸ਼੍ਰੀ ਅਰਜਨ ਸਿੱਖ ਕਰਤ ਉਧਾਰ, ਧੰਨ ਗੁਰੂ ਅਰਜਨ ਦੇਵ ਜੀ ਸੰਗਤਾਂ ਦਾ ਸਿੱਖਾਂ ਦਾ ਉਧਾਰ ਕਰਦੇ ਹਨ। ਫੈਲਿਓ ਸੋ ਜਸ ਵਿਦੇਸ਼ ਅਸ਼ੇਸ਼, ਵਿਦੇਸ਼ਾਂ ਵਿੱਚ ਵੀ ਸਾਰੇ ਸਤਿਗੁਰੂ ਕਾ ਜਸ ਫੈਲਿਆ ਹੋਇਆ ਹੈ। ਚੌਂ ਦਿਸ਼ਕੇ ਨਰ ਆਏ ਹਮੇਸ਼ਾ, ਸਾਰੇ ਦਿਸ਼ਾਵਾਂ ਦੇ ਮਾਈ ਭਾਈ ਹਮੇਸ਼ਾ ਆਉਂਦੇ ਹੈ ਦਰਸ਼ਨ ਕਰਨ ਵਾਸਤੇ। ਇੱਕ ਦਿਨ ਬੈਠੇ ਸਭਾ ਵਿਸਾਲ, ਇੱਕ ਦਿਨ ਦੀਵਾਨ ਬਹੁਤ ਭਰਿਆ ਹੋਇਆ ਸੰਗਤ ਵਿੱਚ ਸਜੇ ਹੋਏ ਹਨ ਧੰਨ ਗੁਰੂ ਅਰਜਨ ਦੇਵ ਜੀ। ਵੱਡੇ ਵੱਡੇ ਸਿੱਖ ਭਗਤ ਰਸਾਲ, ਵੱਡੇ ਵੱਡੇ ਨਾਮ ਦੇ ਰਸੀਏ ਭਗਤ ਗੁਰਮੁਖ ਵੀ ਬੈਠੇ ਆ ਸਿੱਖ। ਚੱਲਿਓ ਜੇਕਰ ਸਿੱਖ ਬਹੁ ਕਿਸ ਦੇਸ਼, ਜੇਕਰ ਚੱਲਿਆ ਕਿ ਬਹੁਤੇ ਸਿੱਖ ਕਿਹੜੇ ਇਲਾਕੇ ਵਿੱਚ ਸਤਿਗੁਰਾਂ ਦੇ ਰਹਿੰਦੇ ਆ। ਕਹਿ ਸਤ ਸੰਗਤ ਭਾਉ ਵਿਸ਼ੇਸ਼, ਸਤ ਸੰਗਤ ਦੇ ਵਿੱਚ ਬਹੁਤਾ ਪ੍ਰੇਮ ਕਿਹੜੇ ਸਿੱਖ ਕਿਸ ਇਲਾਕੇ ਦੇ ਜ਼ਿਆਦਾ ਕਰਦੇ ਆ। ਜਿਸ ਜਿਸ ਜੋ ਜੋ ਦੇਖਣ ਕੀਨਾ, ਜਿਹਨੇ ਜਿਹਨੇ ਜੋ ਜੋ ਵੇਖਿਆ ਸੀ, ਕਰਿਓ ਸੁਨਾਵਨ ਜਸ ਜਸ ਚੀਨਾ, ਸਮਝ ਕੇ ਸਾਰਿਆਂ ਦਾ ਜਸ ਆਪੋ ਆਪਣੇ ਇਲਾਕਿਆਂ ਦਾ ਕੀਤਾ ਦੱਸਿਆ। ਕਿਤਕ ਸਿੱਖ ਸ੍ਰੀ ਗੁਰ ਸੋ ਕਹਿ, ਕਿੰਨੇ ਕੁ ਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਦੇਸ਼ ਗਿਰਨ ਕਸ਼ਮੀਰ ਜੋ ਹੈ, ਜੋ ਕਸ਼ਮੀਰ ਦੇਸ਼ ਹੈ ਪਹਾੜਾਂ ਦੇ ਵਿੱਚ ਵਸਦਾ ਹੈ। ਤਰਕਤ ਪੰਡਿਤ ਤਹਾਂ ਮਹਾਨੀ, ਮਹਾਰਾ ਉੱਥੋਂ ਦੇ ਜਿਹੜੇ ਪੰਡਿਤ ਵਿਦਵਾਨ ਹੈ ਨਾ ਬ੍ਰਾਹਮਣ, ਉਹ ਸਿੱਖਾਂ ਤੇ ਬੜੀਆਂ ਤਰਕਾਂ ਕਰਦੇ ਆ। ਉਹਨਾਂ ਨੂੰ ਵਿਦਿਆ ਦਾ ਬੜਾ ਮਾਣ ਹੈ। ਕਾਂਸ਼ੀ ਵਿੱਚ ਤਾਂ ਬਾਅਦ ਵਿੱਚ ਹੈ ਸਾਧ ਸੰਗਤ ਜੀ, ਪਹਿਲਾਂ ਕਸ਼ਮੀਰ ਵਿਦਿਆ ਦਾ ਸਭ ਤੋਂ ਵੱਡਾ ਗੜ੍ਹ ਸੀ। ਇੱਥੋਂ ਦੇ ਪੰਡਿਤ ਦੁਨੀਆਂ ਵਿੱਚ ਪ੍ਰਸਿੱਧ ਸਨ। ਪੜਤ ਦੇਤ ਨੈ ਸਤਿਗੁਰ ਬਾਣੀ, ਪਰ ਪੰਡਿਤ ਇੰਨੇ ਹੰਕਾਰੀ ਅਤੇ ਮਨਮੁਖ ਸੁਭਾਅ ਦੇ, ਸਿੱਖਾਂ ਨੂੰ ਉੱਥੇ ਰਹਿਣ ਵਾਲਿਆਂ ਨੂੰ ਬਾਣੀ ਨਹੀਂ ਪੜ੍ਹਨ ਦਿੰਦੇ। ਸੰਸਕ੍ਰਿਤ ਸੁਰ ਬਾਣੀ ਜਾਣੋ, ਸੰਸਕ੍ਰਿਤ ਨੂੰ ਕਹਿੰਦੇ ਆ ਵੀ ਇਹ ਦੇਵ ਬਾਣੀ ਹੈ, ਇਸੇ ਨੂੰ ਅਸੀਂ ਜਾਣਦੇ ਹਾਂ। ਮਾਨੁਖ ਗਿਰਾ ਭਾਖਾ ਇਹ ਮਾਨੋ, ਕਹਿੰਦੇ ਇਹ ਜਿਹੜੀ ਤੁਸੀਂ ਬਾਣੀ ਪੜ੍ਹਦੇ ਹੋ ਤਾਂ ਮਨੁੱਖੀ ਭਾਸ਼ਾ ਲੋਕਾਂ ਦੀ ਬੋਲੀ ਹੈ, ਇਹ ਦੇਵ ਬਾਣੀ ਨਹੀਂ, ਇਹ ਮਨੁੱਖਾਂ ਦੀ ਬਾਣੀ ਹੈ, ਲੋਕ ਬਾਣੀ ਹੈ। ਕਿਉਂ ਤੁਮ ਪਠੋ ਕਹਾਂ ਫਲ ਲਾਗੇ, ਕਿਉਂ ਤੁਸੀਂ ਪੜ੍ਹਦੇ ਹੋ? ਸਿੱਖਾਂ ਨੂੰ ਕਹਿੰਦੇ ਇਹਦੇ ਪੜ੍ਹਨ ਨਾਲ ਕੀ ਫਲ ਮਿਲ ਜਾਣਾ ਤੁਹਾਨੂੰ? ਨਿਤ ਨਿਮਿਤ ਕੇ ਕਰਮਨ ਤਿਆਗੇ, ਰੋਜ਼ਾਨਾ ਕਰਨ ਵਾਲੇ ਤੇ ਨਿਮਿਤ ਔਰ ਨਿਤ ਔਰ ਨਿਮਿਤ, ਨਿਤ ਰੋਜ਼ ਕਰਨ ਵਾਲੇ ਕਰਮ ਸੰਧਿਆ ਤਰਪਣ ਗਾਇਤਰੀ, ਔਰ ਇਸੇ ਤਰ੍ਹਾਂ ਕਿਸੇ ਖਾਸ ਸਮੇਂ ਤੇ ਜਿਹੜੇ ਕਰਮ ਕਰਨ ਵਾਲੇ ਆ ਨਿਤ ਨਿਮਿਤ, ਹੇ ਸਿੱਖੋ ਤੁਸੀਂ ਉਹ ਸਾਰੇ ਛੱਡ ਦਿੱਤੇ ਆ ਹਿੰਦੂ ਧਰਮ ਵਾਲੇ। ਇਤ ਆਦਿਕ ਸਭ ਹੁਣ ਸੁਣਾਵੇ, ਸਾਰੇ ਸਿੱਖਾਂ ਨੂੰ ਇਹ ਗੱਲਾਂ ਸੁਣਾ ਕੇ ਕਹਿੰਦੇ ਤੁਸੀਂ ਨਾਸਤਕ ਹੋ। ਗੁਰਮਤ ਸਿੱਖੀ ਤੇ ਸੋ ਹਟਾਵੇ, ਜਿਹੜਾ ਕੋਈ ਸਿੱਖੀ ਸਿੱਖੀ ਧਾਰਨ ਕਰਦਾ ਉਹਨੂੰ ਸਿੱਖੀ ਵਿੱਚੋਂ
ਦੂਰ ਕਰ ਦਿੰਦੇ ਆ, ਸਿੱਖੀ ਮੰਨਣ ਤੋਂ ਹਟਾ ਦਿੰਦੇ ਆ। ਸ੍ਰੀ ਅਰਜਨ ਸੁਣ ਸਭਾ ਮਝਾਰਾ, ਦੀਵਾਨ ਵਿੱਚ ਸਿੱਖਾਂ ਦੀ ਅਰਜ ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਮਾਧੋ ਸੋਢੀ ਨਿਕਟ ਹਕਾਰਾ, ਭਾਈ ਮਾਧੋ ਸੋਢੀਆਂ ਦੀ ਕੁਲ ਵਿੱਚੋਂ ਸਨ, ਮਹਾਰਾਜ ਜੀ ਨੇ ਉਹਨਾਂ ਨੂੰ ਪਾਸ ਬੁਲਾਇਆ। ਸ੍ਰੀ ਮੁਖ ਤੇ ਫੁਰਮਾਵਨ ਕੀਨ, ਮੁਖਾਰ ਬਿੰਦ ਬਚਨ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਹੁਕਮ ਕੀਤਾ, ਗੁਰਮਤ ਮੈਂ ਤੂੰ ਹੈ ਪਰਬੀਨ, ਗੁਰਮਤ ਵਿੱਚ ਤੁਸੀਂ ਪੂਰੇ ਗਿਆਤਾ ਗਏ ਗਿਆਨਵਾਨ ਸਿੱਖ ਹੋ ਗੁਰਮਤ ਦੇ, ਅਬ ਹਮ ਤੋਹੇ ਬਚਨ ਕੇ ਮਾਹੀ, ਅਸੀਂ ਤੁਹਾਡੇ ਬਚਨਾਂ ਵਿੱਚ ਰਸਨਾ ਵਿੱਚ, ਭਾਈ ਸ਼ਕਤ ਮਿਟੈ ਕਬ ਨਾਹੀ, ਆਖੋ ਭਾਈ ਵਾਹਿਗੁਰੂ ਸ਼ਕਤੀ ਪਾਤੀ ਤੁਹਾਡੇ ਬਚਨਾਂ ਵਿੱਚ, ਜੋ ਬਚਨ ਕਰੋਗੇ ਪੂਰਾ ਹੋਏਗਾ, ਸ਼ਕਤੀ ਮਿਟੇਗੀ ਨੀ, ਸਦਾ ਹੀ ਤੁਹਾਡੀ ਰਸਨਾ ਵਿੱਚ ਸਾਡੀ ਸ਼ਕਤੀ ਵਾਸ ਕਰੇਗੀ। ਪਰਬਤ ਵਿਖਿਆ ਦੇਸ਼ ਕਸ਼ਮੀਰ, ਪਹਾੜਾਂ ਵਿੱਚ ਜੋ ਕਸ਼ਮੀਰ ਦੇਸ਼ ਹੈ, ਸਿੱਖੀ ਜਾਏ ਦਿਰੜਾਵੋ ਧੀਰ, ਧੀਰ ਧਾਰ ਕੇ ਕਾਲੇ ਨਹੀਂ ਪੈਣਾ, ਉੱਥੋਂ ਦੇ ਲੋਕਾਂ ਨੂੰ ਸਿੱਖੀ ਦੇ ਵਿੱਚ ਪਰਪੱਕ ਕਰਨਾ, ਸਿੱਖੀ ਦ੍ਰਿੜ ਕਰਾਉਣੀ ਹੈ, ਗੁਰਮਤ ਕੋ ਕੀਜੈ ਵਿਸਤਾਰ, ਗੁਰਮਤ ਦਾ ਵਿਸਥਾਰ ਕਰਨਾ ਫੈਲਾਉਣੀ ਆ ਗੁਰਮਤ ਉਹਨਾਂ ਲੋਕਾਂ ਵਿੱਚ, ਸਿਮਰੈ ਸਤਨਾਮ ਸੁਖ ਸਾਰ, ਸਾਰੇ ਸੁਖਾਂ ਤੋਂ ਸ਼੍ਰੋਮਣੀ ਸੁਖ ਪਰਮੇਸ਼ਰ ਦਾ ਸਿਮਰਨ ਕਰਨਾ, ਨਾਮ ਜਪਣ ਲਾਉਣਾ ਸਾਰਿਆਂ ਨੂੰ ਵਾਹਿਗੁਰੂ ਦਾ। ਸੁਣ ਮਾਧੋ ਪੁੰਨ ਬਾਕ ਬਖਾਨੇ, ਸੰਗਤ ਜੀ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਸਾਡਾ ਜਾਪ ਜਪਾਇਓ, ਪਰਮੇਸ਼ਰ ਦੇ ਨਾਮ ਦੀ ਗੱਲ ਕੀਤੀ ਹਰ ਥਾਂ ਤੇ ਵੀ ਸ਼੍ਰੋਮਣੀ ਵਾਹਿਗੁਰੂ ਦਾ ਨਾਮ ਜਪਾਉਣਾ। ਭਾਈ ਮਾਧੋ ਨੇ ਸੁਣ ਕੇ ਬੇਨਤੀ ਕੀਤੀ ਅੱਗੋਂ, ਤਾਂ ਭਗਤ ਕੋ ਬਿਪਰ ਨ ਜਾਣੇ, ਮਹਾਰਾਜ ਪੰਡਿਤ ਇੰਨੇ ਹੰਕਾਰੀ ਹੈ ਵਿਦਵਾਨ ਆ, ਤਾਂ ਭਗਤੀ ਦਾ ਨਾਮ ਤੱਕ ਨਹੀਂ ਸੁਣਨਾ ਚਾਹੁੰਦੇ, ਭਗਤੀ ਤਾਂ ਜਾਣਦੇ ਨਹੀਂ ਉਹ ਰੱਬ ਦੀ, ਕਰਮ ਕਾਂਡ ਮੈਂ ਸੋ ਲਿਪਟਾਏ, ਉਹ ਤਾਂ ਕਰਮ ਕਾਂਡ ਵਿੱਚ ਹੀ ਲੱਗੇ ਹੋਏ ਐਨ ਫਸੇ ਹੋਏ ਹਨ, ਨਹਿ ਉਪਾਸਨਾ ਮਨ ਮੈਂ ਲਿਆਏ, ਭਗਤੀ ਕਰਨ ਵਾਲਾ ਉਪਾਸਨਾ ਦਾ ਸਾਧਨ ਮਨ ਵਿੱਚ ਨਹੀਂ ਲਿਆਉਂਦੇ ਕਦੇ, ਕਹਿਓ ਗੁਰੂ ਸੋ ਭਗਤੀ ਜਾਣੈ, ਮਹਾਰਾਜ ਕਹਿੰਦੇ ਤੂੰ ਜਾ ਤਾਂ ਸਹੀ, ਭਾਈ ਮਾਧੋ ਸੋਢੀ ਭਗਤੀ ਦਾ ਵੀ ਉਹਨਾਂ ਨੂੰ ਗਿਆਨ ਹੋ ਜਾਏਗਾ, ਭਗਤੀ ਨੂੰ ਵੀ ਜਾਣਨ ਲੱਗ ਪੈਣਗੇ, ਉਲਟਾ ਭਗਤੀ ਕਰਨ ਲੱਗ ਪੈਣਗੇ, ਨਹੀਂ ਕਮਾਵਤ ਜੇ ਮਨ ਜਾਣੈ, ਅਣਜਾਣ ਅਜੇ ਭਗਤੀ ਨਹੀਂ ਕਮਾਉਂਦੇ, ਪਹੁੰਚੇ ਜਬ ਤੁਬ ਦਰਸ਼ਨ ਪੈ ਹੈ, ਜਦੋਂ ਤੂੰ ਜਾਵੇਂਗਾ ਤੇਰੇ ਦਰਸ਼ਨ ਹੋਣਗੇ ਨਾ, ਉਹਨਾਂ ਨੂੰ ਤੇਰੇ ਦਰਸ਼ਨ ਕਰਨਗੇ, ਹਿਰਦੇ ਉਪਾਸਨ ਕੋ ਉਪਜੈ ਹੈ, ਉਦੋਂ ਇਹਨਾਂ ਦੇ ਹਿਰਦੇ ਵਿੱਚ ਉਪਾਸਨਾ ਭਗਤੀ ਪੈਦਾ ਹੋ ਜਾਏਗੀ, ਪ੍ਰੇਮ ਪੈਦਾ ਹੋ ਜਾਏਗਾ, ਭਗਤੀ ਕਰਨ ਲੱਗ ਪੈਣਗੇ, ਆਖੋ ਭਾਈ ਵਾਹਿਗੁਰੂ। ਸਿੱਖ ਦੀ ਕਰਨੀ ਵੇਖ ਕੇ ਮਨਮੁਖ ਵੀ ਭਗਤੀ ਕਰਨ ਲੱਗ ਪੈਂਦੇ ਸਨ, ਅੱਜ ਪ੍ਰਚਾਰ ਦੀ ਕਮੀ ਨਹੀਂ, ਸੰਗਤ ਦੀ ਕਰਨੀ ਦੀ ਕਮੀ ਹੈ, ਤਾਂ ਹੀ ਨਾਸਤਕ ਲੋਕ ਆਏ ਦਿਨ ਤਰਕ ਵਿਤਰਕ ਵਾਲੀਆਂ ਗੱਲਾਂ ਕਰਦੇ ਐ, ਸੰਸਕ੍ਰਿਤ ਜਿਵੇਂ ਵਿਪਰਨ ਪਿਆਰੀ, ਜਿਵੇਂ ਬ੍ਰਾਹਮਣਾਂ ਨੂੰ ਸੰਸਕ੍ਰਿਤ ਪਿਆਰੀ ਹੈ ਭਾਸ਼ਾ, ਪਠੈ ਸੁਣੈ ਮਾਨੈ ਔਰ ਧਾਰੀ, ਉਹ ਵੀ ਬਾਣੀ ਪੜ੍ਹਨ ਲੱਗ ਜਾਣਗੇ, ਸੁਣ ਲੱਗ ਜਾਣਗੇ, ਮੰਨ ਕੇ ਗੁਰੂ ਕਾ ਉਪਦੇਸ਼ ਮਨ ਵਿੱਚ ਧਾਰਨ ਕਰਨਗੇ, ਤਿਮ ਸਿੱਖਨ ਕੋ ਸਤਿਗੁਰ ਬਾਣੀ, ਸਿੱਖਾਂ ਨੂੰ ਉਵੇਂ ਗੁਰੂ ਕੀ ਬਾਣੀ ਪਿਆਰੀ ਹੈ ਜਿਵੇਂ ਬ੍ਰਾਹਮਣਾਂ ਨੂੰ ਸੰਸਕ੍ਰਿਤ ਹੈ, ਸੁਣਤ ਸਰੋਨ ਚ ਮਤ ਖਾਨੀ, ਬਾਣੀ ਸੁਣ ਕੇ ਮਤ ਜਿਹੜੀ ਬੁੱਧੀ ਐਨ ਪ੍ਰਸੰਨਤਾ ਨਾਲ ਭਰ ਜਾਂਦੀ ਹੈ, ਸ਼ਾਂਤ ਹੋ ਜਾਂਦੀ ਹੈ, ਲੈ ਗੁਰ ਆਇਸ ਹੂੰ ਕਰ ਤਿਆਰੀ, ਤਿਆਰੀ ਕਰਕੇ ਸਤਿਗੁਰਾਂ ਦੀ ਆਗਿਆ ਲੈ ਕੇ ਭਾਈ ਮਾਧੋ ਜੀ ਗਮਨਿਓ ਗੁਰਮਤ ਦੇ ਨਾ ਪਹਾੜੀ, ਪਹਾੜੀ ਇਲਾਕੇ ਵਿੱਚ ਕਸ਼ਮੀਰ ਵਿੱਚ ਲੋਕਾਂ ਨੂੰ ਗੁਰਮਤ ਦ੍ਰਿੜ ਕਰਾਉਣ ਵਾਸਤੇ ਚੱਲ ਪਏ,
ਗੁਰ ਸ਼ਬਦਨ ਕੀ ਪੋਥੀ ਲੀਨ, ਬਾਣੀ ਦੇ ਸ਼ਬਦਾਂ ਦੀ ਪੋਥੀ ਨਾਲ ਲੈ ਲਈ ਭਾਈ ਮਾਧੋ ਜੀ ਨੇ। ਅਰਥ ਕਰਨ ਮੈਂ ਸੁਮਤ ਪ੍ਰਵੀਨ, ਬੜੇ ਸਿਆਣੇ ਅਰਥ ਕਰਨ ਦਾ ਬੜਾ, ਜਿਨ੍ਹਾਂ ਨੂੰ ਗਿਆਨ ਗੁਰਬਾਣੀ ਦੇ ਅਰਥਾਂ ਦੇ ਗਿਆਤੇ ਹੈ। ਪੁਰ ਮੈਂ ਕਰਿਓ ਜਾਏ ਕਿ ਤਡੇਰਾ, ਕਸ਼ਮੀਰ ਵਿੱਚ ਪਹੁੰਚ ਕੇ ਚੱਲਦੇ ਚੱਲਦੇ ਅੰਮ੍ਰਿਤਸਰ ਸਾਹਿਬ ਤੋਂ ਸ਼ਹਿਰ ਵਿੱਚ ਸ੍ਰੀਨਗਰ ਇੱਕ ਥਾਂ ਤੇ ਡੇਰਾ ਲਾਇਆ। ਉਪਦੇਸ਼ਨ ਲਾਗਿਓ ਜਿਸ ਬੇਰਾ, ਥੋੜੇ ਬਹੁਤੇ ਸਿੱਖ ਆਏ, ਕਥਾ ਕਰਨੀ ਸ਼ੁਰੂ ਕਰ ਦਿੱਤੀ, ਗੁਰਮੁਖ ਦਾ ਬਾਣੀ ਦਾ ਉਪਦੇਸ਼ ਦੇਣ ਲੱਗ ਪਏ। ਮਿਲ ਪੰਡਿਤ ਮਾਧੋ ਟਿਕ ਆਏ, ਹੁਣ ਕਥਾ ਹੁੰਦੀ ਹੈ ਹੋਰ ਵੀ ਸੰਗਤਾਂ ਆਉਣ ਲੱਗ ਪਈਆਂ। ਪੰਡਿਤ ਇੱਕ ਦਿਨ ਬੜਾ ਗੁੱਸਾ ਖਾ ਕੇ ਇਹਨਾਂ ਦੇ ਪਾਸ ਆਏ। ਭਾਖਾ ਕੀ ਨਾ ਕਥਾ ਹਮ ਪਾਏ, ਕਹਿੰਦੇ ਆ ਕਹਿੰਦੇ ਜਿਹੜੀ ਤੁਸੀਂ ਬਾਣੀ ਦੀ ਕਥਾ ਕਰਦੇ ਹੋ ਸਾਨੂੰ ਨੀ ਚੰਗੀ ਲੱਗਦੀ। ਸੁਰ ਬਾਣੀ ਤਜ ਕਿਵੇਂ ਇਹ ਧਾਰ, ਦੇ ਬਾਣੀ ਨੂੰ ਛੱਡ ਕੇ ਸੰਸਕ੍ਰਿਤ ਨੂੰ ਤਿਆਗ ਕੇ, ਆਵਤ ਇਮਰਦੈ ਹਮਾਰ, ਸਾਨੂੰ ਨੀ ਇਹ ਹਿਰਦੇ ਵਿੱਚ ਚੰਗੀ ਲੱਗਦੀ ਜਿਹੜੀ ਤੁਸੀਂ ਬਾਣੀ ਦੀ ਕਥਾ ਕਰਦੇ ਹੋ। ਸੁਨ ਮਾਧੋ ਤਬ ਜੁਗਤ ਬਖਾਨੀ, ਭਾਈ ਮਾਧੋ ਨੇ ਜੁਗਤ ਦੱਸੀ ਸਮੇਂ, ਜਿਸ ਨਾਲ ਲਾਗੀ ਖੁਦਾ ਮਹਾਨੀ, ਕਹਿੰਦੇ ਜਿਸ ਮਨੁੱਖ ਨੂੰ ਬਹੁਤੀ ਭੁੱਖ ਲੱਗੀ ਹੋਵੇ, ਸੋ ਜੇ ਪ੍ਰਤੀਖੈ ਕੰਚਨ ਬਾਸਨ, ਜੇ ਉਡੀਕਣ ਲੱਗ ਪਵੇ ਸੋਨੇ ਦੇ ਬਰਤਨ ਆਉਣਗੇ ਮੈਂ ਉਹਦੇ ਵਿੱਚ ਲੰਗਰ ਪਾ ਕੇ ਛਕਾਂਗਾ। ਕਰਹਿ ਯਤਨ ਤੇ ਪੂਜੈ ਆਸਨਾ, ਲੱਖ ਯਤਨ ਕਰ ਲਵੇ ਆਸ ਨੀ ਪੂਰੀ ਹੋਣੀ, ਸੋਨੇ ਦੇ ਬਰਤਨ ਮਿਲਣੇ ਨੀ, ਲੰਗਰ ਛਕਿਆ ਨੀ ਜਾਣਾ, ਭੁੱਖ ਮਿਟਣੀ ਨੀ। ਪ੍ਰਾਨ ਹਾਨ ਤਬ ਲਓ ਹੋਏ ਜਾਤ, ਸਾਰੀ ਉਮਰ ਉਡੀਕਦਾ ਰਵੇ ਸੋਨੇ ਦੇ ਬਰਤਨ ਕਿੱਥੋਂ ਮਿਲਣੇ ਆ, ਉਦੋਂ ਤਾਂ ਕਹਿੰਦੇ ਪ੍ਰਾਣ ਹੱਥੋਂ ਚਲੇ ਜਾਣਗੇ। ਬਿਨ ਤਿਸ ਮਿਲੇ ਨਾ ਭੋਜਨ ਖਾਤ, ਜਿੰਨਾ ਚਿਰ ਭੋਜਨ ਨੀ ਖਾਂਦਾ ਮਿਲੇ ਤੋਂ, ਦੂਸਰ ਸ਼ੁੱਧਤ ਆਹਾਰ ਨਿਹਾਰਾ, ਸਰੀਰ ਦਾ ਉਦੋਂ ਹੀ ਹਾਨੀ ਹੋ ਜਾਏਗੀ। ਕਹਿੰਦੇ ਦੂਸਰਾ ਬੰਦਾ ਭੁੱਖਾ ਹੈ, ਉਸਨੇ ਆਹਾਰ ਵੇਖਿਆ ਭੋਜਨ ਬਣਿਆ ਹੋਇਆ, ਜਿਸ ਕਿਸ ਬਾਸਨ ਸੁੱਚ ਮਹਿਤਾਰਾ, ਭੁੱਖ ਦੂਰ ਕਰਨ ਵਾਸਤੇ ਸੁੱਚੇ ਬਰਤਨ ਲਏ, ਜੂਠੇ ਨੀ ਸੁੱਚੇ ਬਰਤਨ ਲਏ, ਜਿਹੋ ਜਿਹੇ ਵੀ ਮਿਲ ਗਏ, ਮਿੱਟੀ ਦੇ, ਲੋਹੇ ਦੇ, ਚਾਂਦੀ ਦੇ, ਜਾਂ ਕਹਿ ਲਓ ਪਿੱਤਲ ਆਦਿਕ ਦੇ, ਜਿਹੋ ਜਿਹੇ ਵੀ ਬਰਤਨ ਮਿਲੇ ਉਹਨਾਂ ਵਿੱਚ ਸੁੱਚੇ ਕਰਕੇ ਭੋਜਨ ਪਾਇਆ। ਅਚਹ ਆਨੰਦ ਹੋਏ ਕਰ ਜੀਵਤ, ਉਹ ਭੋਜਨ ਛੱਕ ਕੇ ਆਪਣੀ ਤ੍ਰਿਪਤੀ ਕਰ ਲੈਂਦਾ, ਭੁੱਖ ਨੂੰ ਮੇਟ ਲੈਂਦਾ, ਤਾਂ ਜੀਵਤ ਪਾਪ ਪ੍ਰਾਣ ਉਹਦੇ ਹਰੇ ਭਰੇ ਹੋ ਜਾਂਦੇ ਹੈ। ਭੁੱਖੇ ਅਨਾਦ ਕਬਲ ਟਹਿ ਕੇਵ, ਇਸ ਕਰਕੇ ਉਹ ਜਿਉਂ ਜੀਵਤ ਜਿਉਂ ਜੀਵਤ ਭਾਵ ਨੂੰ ਭਾਵ ਜਿਉਂਦਾ ਰਹਿੰਦਾ ਹੈ ਭੁੱਖ ਮੇਟ ਕੇ। ਸਰਬ ਭਾਂਤ ਕੋ ਸਮਰੱਥ ਥੀਵਤ, ਜਿਹੜਾ ਬੰਦਾ ਹੈ ਨਿਰਿਸ਼ਟ ਪੁਸ਼ਟ ਹੈ, ਭੁੱਖਾ ਨਹੀਂ ਰਹਿੰਦਾ, ਸਮੇਂ ਸਿਰ ਅੰਨ ਛਕਦਾ ਲੰਗਰ, ਉਹ ਹਰ ਤਰ੍ਹਾਂ ਕਰਕੇ ਸਰੀਰ ਕਰਕੇ ਵੀ ਤਾਕਤਵਰ ਹੁੰਦਾ ਹੈ ਸਮਰੱਥ। ਮਹਾ ਯਤਨ ਤੇ ਲੈ ਸੁਰਬਾਨੀ, ਇਸੇ ਤਰ੍ਹਾਂ ਭਾਈ ਮਾਧੋ ਕਹਿਣ ਲੱਗੇ ਬੜੇ ਯਤਨਾਂ ਨਾਲ ਸੰਸਕ੍ਰਿਤ ਬਾਣੀ, ਜਿਹੜੀ ਸੰਸਕ੍ਰਿਤ ਭਾਸ਼ਾ ਉਸ ਦਾ ਤੁਸੀਂ ਗਿਆਨ ਹਾਸਲ ਕੀਤਾ। ਪੁਨ ਹੰਕਾਰ ਹੋਤ ਔਰ ਆਨੀ, ਉਲਟਾ ਹੰਕਾਰ ਆ ਗਿਆ ਮਨ ਵਿੱਚ, ਅਸੀਂ ਬੜੇ ਵੱਡੇ ਵਿਦਵਾਨ ਹਾਂ ਸੰਸਕ੍ਰਿਤ ਦੇ ਗਿਆਤੇ, ਕੋਈ ਭਗਤ ਗਿਆਨ ਵਿੱਚ ਭਾਖਾ। ਭਾਈ ਮਾਧੋ ਉਹਨਾਂ ਨੂੰ ਸਵਾਲ ਕਰਨ ਲੱਗ ਪਏ, ਕਹਿੰਦੇ ਜਿਹੜੀ ਸੰਸਕ੍ਰਿਤ ਹੈ, ਸੰਸਕ੍ਰਿਤ ਤਾਂ ਭਾਸ਼ਾ ਬੜੀ ਕਠਿਨ ਹੈ ਬੋਲਣੀ, ਹਰ ਬੰਦਾ ਉਹਨੂੰ ਬੋਲ ਨਹੀਂ ਸਕਦਾ, ਹਰ ਬੰਦਾ ਉਹਨੂੰ ਸਮਝ ਨਹੀਂ ਸਕਦਾ, ਪਰ ਤੁਸੀਂ ਸੰਸਕ੍ਰਿਤ ਦੇ ਤਾਂ ਅਰਥ ਜਿਹੜੇ ਆਮ ਭਾਸ਼ਾ ਵਿੱਚ ਹੀ ਕਰਦੇ ਹੋ ਨਾ ਲੋਕਾਂ ਦੀ ਸਮਝ ਆਉਣ ਵਾਲੇ, ਇਸ ਕਰਕੇ ਤੁਹਾਨੂੰ ਕਾਹਦਾ ਹੰਕਾਰ ਹੈ।
ਕਹਿੰਦੇ ਤੁਹਾਡੀ ਸੰਸਕ੍ਰਿਤ ਲੋਕ ਤਾਂ ਨਹੀਂ ਨਾ ਸਮਝਦੇ, ਲੋਕਾਂ ਨੂੰ ਤਾਂ ਆਮ ਬੋਲੀ ਵਿੱਚ ਹੀ ਸਮਝਾਉਣਾ ਪੈਂਦਾ, ਜਿਹੜੀ ਭਾਸ਼ਾ ਅਸੀਂ ਬੋਲਦੇ ਹਾਂ ਉਸੇ ਵਿੱਚ ਹੀ ਤੁਹਾਨੂੰ ਉਹਦੇ ਅਰਥ ਕਰਨੇ ਪੈਂਦੇ ਆ। ਉਹੀ ਜਿਹੜਾ ਗਿਆਨ ਹੈ ਗੁਰੂ ਸਾਹਿਬ ਨੇ ਡੂੰਘਾ ਗਿਆਨ ਸੰਸਕ੍ਰਿਤ ਵਾਲਾ, ਉਹ ਸਾਰਾ ਗਿਆਨ ਗੁਰਬਾਣੀ ਵਿੱਚ ਹੀ ਰੱਖਿਆ ਹੋਇਆ ਹੈ। ਭਗਤੀ ਸਹਿਤ ਜਿਸ ਕੋ ਮੁਕਤ ਹੋਣ ਅਭਿਲਾਖ, ਜਿਹਨੂੰ ਮੁਕਤ ਹੋਣ ਦੀ ਇੱਛਾ ਹੈ, ਗੁਰਮਤ ਪਾਏ ਸੋ ਹੋਏ ਨਿਹਾਲ, ਉਹ ਗੁਰਮਤ ਨੂੰ ਪ੍ਰਾਪਤ ਕਰਕੇ ਨਿਹਾਲ ਨਿਹਾਲ ਹੋ ਜਾਂਦਾ ਹੈ। ਬ੍ਰਹਮ ਗਿਆਨ ਔਰ ਕ੍ਰਿਤ ਸਮ ਚਾਲ, ਬ੍ਰਹਮ ਗਿਆਨ ਔਰ ਘਿਓ ਦੀ ਇੱਕੋ ਜੀ ਚਾਲ ਹੈ, ਤਰੀਕਾ ਹੈ। ਜਿਸ ਕਿਸ ਬਾਸਨ ਰਹੇ ਪੁਨੀਤ, ਭਾਵੇਂ ਘਿਓ ਮਿੱਟੀ ਦੇ ਬਰਤਨ ਚ ਪਾ ਦੋ, ਸੋਨੇ ਚਾਂਦੀ ਹੀਰਿਆਂ ਦੇ ਚ ਰੱਖ ਦੋ, ਘਿਓ ਪਵਿੱਤਰ ਹੀ ਰਹਿੰਦਾ, ਕਦੇ ਜੂਠਾ ਨਹੀਂ ਹੁੰਦਾ। ਘੇ ਪੱਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਤੇ ਵਾਹਿਗੁਰੂ ਦਾ ਬ੍ਰਹਮ ਗਿਆਨ ਵੀ ਮਹਾਰਾਜ ਕਹਿੰਦੇ, ਭਾਈ ਮਾਧਵ ਕਹਿੰਦੇ, ਉਹ ਸਰੀਰ ਰੂਪ ਬਰਤਨ ਭਾਵੇਂ ਉੱਚੀ ਜਾਤੀ ਦੇ ਕੋਲੇ, ਭਾਵੇਂ ਨੀਚੀ ਨੀਵੀਂ ਜਾਤੀ ਵਾਲੇ ਕੋਲੇ ਹੈ, ਬ੍ਰਹਮ ਗਿਆਨ ਵੀ ਸਦਾ ਹੀ ਪਵਿੱਤਰ ਹੈ, ਜਿਵੇਂ ਕਿ ਉਹ ਪਵਿੱਤਰ ਹੈ। ਅੰਗੀਕਾਰ ਹੈ ਸਭ ਧਰ ਪ੍ਰੀਤ, ਸਾਰੇ ਜਿਸ ਕਿਸ ਬਾਸਨ ਰਹਿ ਪੁਨੀਤ, ਉਹ ਪਵਿੱਤਰ ਹੀ ਰਹਿੰਦਾ। ਤੇ ਬ੍ਰਾਹਮਣ ਵੀ ਉਸ ਘਿਓ ਨੂੰ ਲੈਂਦਾ, ਤੇ ਵੈਸ ਵੀ ਸ਼ੂਦਰ ਵੀ, ਹਰ ਕੋਈ ਅੰਗੀਕਾਰ ਕਰਦਾ, ਬੜਾ ਪ੍ਰੇਮ ਧਾਰ ਕੇ ਘਿਓ ਤੋਂ ਕੋਈ ਇਨਕਾਰ ਨਹੀਂ ਕਰਦਾ। ਤਿਮ ਕਿਸ ਜਾਤ ਵਰਨ ਕਿਸ ਹੋਏ, ਕਿਸੇ ਵੀ ਜਾਤੀ ਵਿੱਚ ਕਿਸੇ ਵਰਨ ਵਿੱਚ ਹੋਵੇ, ਬ੍ਰਹਮ ਗਿਆਨ ਲੈ ਬੁੱਧ ਸਭ ਕੋਏ, ਹਰ ਕੋਈ ਬ੍ਰਹਮ ਗਿਆਨ ਨੂੰ ਲੈ ਸਕਦਾ ਹੈ ਕਮਾਈ ਕਰਕੇ। ਬ੍ਰਹਮ ਗਿਆਨ ਵੀ ਪਵਿੱਤਰੀ ਪਵਿੱਤਰ, ਹਰ ਕੋਈ ਅਧਿਕਾਰੀ ਹੈ। ਸੁਰ ਬਾਣੀ ਤੁਮ ਪ੍ਰਥਮ ਵਿਚਾਰੋ, ਪਹਿਲਾਂ ਤੁਸੀਂ ਦੇਵ ਬਾਣੀ ਪੜ੍ਹਦੇ ਹੋ, ਫਿਰ ਉਹਦੀ ਵਿਚਾਰ ਕਰਦੇ ਹੋ, ਉਹਨ ਭਾਖਾ ਮੈਂ ਅਰਥ ਉਚਾਰੋ, ਫਿਰ ਭਾਸ਼ਾ ਵਿੱਚ ਉਹਦੇ ਅਰਥ ਕਰਕੇ ਦੱਸਦੇ ਹੋ, ਲੋਕਾਂ ਨੂੰ ਸਮਝਾਉਣ ਵਾਲੀ ਬੋਲੀ ਵਿੱਚ ਹੀ ਦੱਸਦੇ ਹੋ ਨਾ ਬੋਲ ਕੇ। ਭਾਖਾ ਬਿਨ ਜੋ ਕੰਮ ਤੁਹਾਰਾ, ਸਾਡੇ ਵਾਲੀ ਬੋਲੀ ਬਿਨਾਂ ਤੁਹਾਡਾ ਕੰਮ ਵੀ ਨਹੀਂ ਚੱਲਦਾ। ਪੂਰਨ ਭਇਓ ਨਾ ਲਿਹੋ ਵਿਚਾਰਾ, ਵਿਚਾਰ ਕਰ ਲਓ ਬ੍ਰਾਹਮਣੋ, ਤੁਹਾਡਾ ਕੰਮ ਸਾਡੇ ਤੋਂ ਬਿਨਾਂ ਨਹੀਂ ਪੂਰਾ ਹੁੰਦਾ। ਸਤਨਾਮ ਫਲਦਾਇਕ ਚਾਰ, ਪਰਮੇਸ਼ਰ ਦਾ ਨਾਮ ਜੋ ਸਤਿਗੁਰਾਂ ਨੇ ਬਾਣੀ ਵਿੱਚ ਰੱਖਿਆ, ਇਹ ਚਾਰੇ ਫਲ ਧਰਮ ਅਰਥ ਕਾਮ ਮੋਖ ਦੇਣ ਵਾਲਾ ਹੈ। ਗੁਰਮੁਖ ਸਿਮਰੈ ਹੋਏ ਉਧਾਰ, ਗੁਰਮੁਖ ਉਹ ਸਿਮਰਨ ਦਾ ਨਾਮ, ਗੁਰਮੁਖ ਉਸ ਨਾਮ ਦਾ ਸਿਮਰਨ ਕਰਦਾ ਤੇ ਉਧਾਰ ਪ੍ਰਾਪਤ ਕਰ ਲੈਂਦਾ ਮੁਕਤੀ। ਜਾਤ ਮਾਨ ਧਰ ਜਨਮ ਨਾ ਖੋਭੋ, ਹੰਕਾਰ ਆਪਣੀ ਜਾਤੀ ਦਾ ਧਾਰ ਕੇ ਆਪਣਾ ਮਨੁੱਖਾ ਜਨਮ ਐਵੇਂ ਨਾ ਗਵਾਓ। ਬ੍ਰਾਹਮਣੋ ਕਰੋ ਭਗਤ ਪ੍ਰਭ ਸਭ ਮੈਂ ਜੋਭੋ, ਭਗਤੀ ਕਰੋ ਪਰਮੇਸ਼ਰ ਨੂੰ ਸਾਰਿਆਂ ਵਿੱਚ ਵੇਖੋ। ਕਹਿ ਪੰਡਿਤ ਹਮ ਭਾਖਾ ਕਹਿ, ਪੰਡਿਤ ਕਹਿਣ ਲੱਗੇ ਅਸੀਂ ਜਦੋਂ ਭਾਸ਼ਾ ਵਿੱਚ ਗੱਲ ਕਰਾਂਗੇ ਆਮ ਬੋਲੀ ਵਿੱਚ, ਮੂਰਖਨ ਸਮਝਾਵਨ ਕੋ ਚਾਹੈ, ਇਹ ਭਾਸ਼ਾ ਤਾਂ ਮੂਰਖਾਂ ਨੂੰ ਸਮਝਾਉਣ ਵਾਸਤੇ ਹੈ। ਕਹਿੰਦੇ ਜਿਹੜੀ ਸੰਸਕ੍ਰਿਤ ਭਾਸ਼ਾ ਨਾ, ਉਹ ਕਹਿੰਦੇ ਤੁਹਾਡੀ ਬੋਲੀ ਵਿੱਚ ਜਾਂ ਲੋਕਾਂ ਦੀ ਬੋਲੀ ਵਿੱਚ ਤਾਂ ਅਸੀਂ ਉਹ ਸਮਝਾਉਂਦੇ ਹਾਂ ਕਿ ਮੂਰਖ ਲੋਕਾਂ ਨੂੰ ਉਸ ਬੋਲੀ ਵਿੱਚ ਸਮਝਾਏ ਤੋਂ ਬਿਨਾਂ ਸਮਝ ਨਹੀਂ ਪੈਂਦੀ। ਸੁਣ ਮਾਧੋ ਨੇ ਫੇਰ ਬਖਾਨਾ, ਭਾਈ ਮਾਧੋ ਨੇ ਇਹਨਾਂ ਦਾ ਸਵਾਲ ਸੁਣ ਕੇ ਫੇਰ ਉੱਤਰ ਦਿੱਤਾ। ਪਾਰ ਬ੍ਰਹਮ ਕਰਤਾਰ ਮਹਾਨਾ, ਕਹਿੰਦੇ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਕਰਤਾਰ ਹੈ ਵਾਹਿਗੁਰੂ, ਜਿਸ ਕੇ ਸਵਾਸ ਵੇਦ ਸਭ ਜੋਬਾ, ਤੁਸੀਂ ਕਹਿੰਦੇ ਹੋ ਵੇਦ ਉਸ ਪਰਮਾਤਮਾ ਦੇ ਸਵਾਸ ਹੈ ਜਿੰਨੇ, ਸੋ ਸਰੂਪ ਸ੍ਰੀ ਨਾਨਕ ਹੋਵਾ, ਕਹਿੰਦੇ ਪਰਮੇਸ਼ਰ ਦਾ ਸਰੂਪ ਕੌਣ ਸਨ, ਜੇ ਤੁਸੀਂ ਕਹਿੰਦੇ ਹੋ ਵੇਦ ਪਰਮਾਤਮਾ ਦੇ ਸਵਾਸ ਹੈ ਈਸ਼ਰ ਦੇ,
ਤਾਂ ਗੁਰੂ ਨਾਨਕ ਸਾਹਿਬ ਵੀ ਪਰਮੇਸ਼ਰ ਦਾ ਰੂਪ ਸਨ, ਆਖੋ ਭਾਈ ਵਾਹਿਗੁਰੂ। ਗੁਰੂ ਨਾਨਕ ਸਾਹਿਬ ਵੀ ਉਸੇ ਵਾਹਿਗੁਰੂ ਪਾਰ ਬ੍ਰਹਮ ਦਾ ਰੂਪ ਸਨ। ਕਲ ਮੈਂ ਮਤ ਬਹੀਨ ਨਰ ਜਾਣੇ, ਕਲ ਯੁਗ ਦੇ ਵਿੱਚ ਉਹਨਾਂ ਨੇ ਵੇਖਿਆ ਲੋਕਾਂ ਦੀਆਂ ਬੁੱਧੀਆਂ ਬੜੀਆਂ ਥੋੜੀਆਂ ਹਨ। ਭਾਖਾ ਵਿਖਿਆ ਕਹਿਓ ਕਲਿਆਣੇ, ਮਹਾਰਾਜ ਜੀ ਨੇ ਆਮ ਲੋਕਾਂ ਦੀ ਸਮਝ ਗੋਚਰੇ ਗੁਰਬਾਣੀ ਆਮ ਬੋਲੀ ਦੇ ਅਨੁਸਾਰ ਆਮ ਸੌਖੀ ਭਾਸ਼ਾ ਗੁਰਮੁਖੀ ਦੇ ਵਿੱਚ ਇਹ ਸਾਰੀ ਬਾਣੀ ਉਚਾਰੀ ਕਲਯੁਗ ਦੇ ਜੀਵਾਂ ਦਾ ਸਾਰਿਆਂ ਦਾ ਉਧਾਰ ਕਰਨ ਵਾਸਤੇ। ਗੁਰੂ ਸ਼ਬਦ ਤੇ ਹੋਏ ਮਨ ਨੀਵਾ, ਗੁਰ ਸ਼ਬਦ ਪੜਨ ਨਾਲ ਗੁਰ ਸ਼ਬਦ ਦੀ ਕਮਾਈ ਕਰਨ ਨਾਲ ਮਨ ਨੀਵਾ ਹੁੰਦਾ ਹੈ। ਸੰਸਕ੍ਰਿਤ ਤੇ ਮਾਨ ਵਧੀਵਾ, ਸੰਸਕ੍ਰਿਤ ਪਹਿਲਾਂ ਸਮਝੀ ਨਹੀਂ ਜਾਂਦੀ, ਪਹਿਲਾਂ ਪੜ੍ਹਨੀ ਬੜੀ ਔਖੀ, ਫਿਰ ਜਿਹੜਾ ਪੜ੍ਹ ਲੈਂਦਾ ਉਹ ਹੰਕਾਰ ਵਿੱਚ ਉਹਦਾ ਮਨ ਇੰਨਾ ਭਰ ਜਾਂਦਾ, ਉਹ ਹੰਕਾਰੀ ਬਣ ਜਾਂਦਾ ਕਿ ਮੈਂ ਸੰਸਕ੍ਰਿਤ ਦਾ ਗਿਆਤਾ ਹਾਂ। ਜਿਨ ਮਾਨੀ ਸ਼੍ਰੀ ਸਤਿਗੁਰ ਬਾਨੀ, ਇਸ ਕਰਕੇ ਸੰਸਕ੍ਰਿਤ ਨਾਲ ਹੰਕਾਰ ਹੀ ਵੱਧਦਾ, ਨਿਮਰਤਾ ਨਹੀਂ ਆਉਂਦੀ, ਬਾਣੀ ਨਾਲ ਮਨ ਨੀਵਾ ਹੁੰਦਾ। ਜਿਨ੍ਹਾਂ ਨੇ ਸਤਿਗੁਰਾਂ ਦੀ ਬਾਣੀ ਪ੍ਰਵਾਨ ਕਰ ਲਈ ਹੈ, ਸਰਬ ਸ਼ਕਤ ਜੁਤ ਭੇ ਬ੍ਰਹਮ ਗਿਆਨੀ, ਜਿਨ੍ਹਾਂ ਨੇ ਬਾਣੀ ਦੀ ਕਮਾਈ ਕੀਤੀ, ਸਾਰੀਆਂ ਸ਼ਕਤੀਆਂ ਦੇ ਵੀ ਮਾਲਕ ਬਣ ਗਏ ਤੇ ਬ੍ਰਹਮ ਗਿਆਨੀ ਵੀ ਉਹਨਾਂ ਨੂੰ ਅਵਸਥਾ ਮਹਾਂਪੁਰਖਾਂ ਵਾਲੀ ਪ੍ਰਾਪਤ ਹੋਈ ਹੈ। ਦੇਸ਼ ਵਿਦੇਸ਼ਨ ਮੈਂ ਵਿਦਤਾਏ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਐਸੇ ਸਿੱਖ ਬੜੇ ਪ੍ਰਸਿੱਧ ਹੋਏ ਆ, ਕਰਨੀ ਵਾਲੇ ਮਹਾਂਪੁਰਖ। ਛਪੇ ਨਹੀਂ ਉਭਰੇ ਸਮੁਦਾਏ, ਉਹਨਾਂ ਨੂੰ ਕੋਈ ਲੁਕਾ ਨਹੀਂ ਸਕਿਆ, ਉਲਟਾ ਦੁਨੀਆਂ ਵਿੱਚ ਪ੍ਰਸਿੱਧ ਹੋ ਗਏ ਸਾਰੇ ਸੰਸਾਰ ਵਿੱਚ, ਕਿੱਡੇ ਕਿੱਡੇ ਭਗਤ ਹੋਏ। ਆਦਿਕ ਕਹਿ ਬਹੁ ਸਮਝਾਏ, ਇਹ ਆਦਿਕ ਦਲੀਲ ਯੁਗ ਹੰਕਾਰੀ ਬ੍ਰਾਹਮਣਾਂ ਨੂੰ ਭਾਈ ਮਾਧੋ ਜੀ ਨੇ ਸਮਝਾਇਆ। ਬਚਨ ਪ੍ਰਤਾਪ ਭਏ ਸਿੱਖ ਆਏ, ਇਹ ਸਿੱਖ ਦੇ ਬਚਨਾਂ ਦਾ ਪ੍ਰਤਾਪ ਸੀ। ਕਸ਼ਮੀਰ ਦੇ ਵੱਡੇ ਵੱਡੇ ਵਿਦਵਾਨ ਬ੍ਰਾਹਮਣ ਵੀ ਸਿੱਖ ਸੱਜ ਗਏ, ਆਖੋ ਭਾਈ ਵਾਹਿਗੁਰੂ। ਉਹਨਾਂ ਨੇ ਵੀ ਸਿੱਖੀ ਧਾਰਨ ਕੀਤੀ, ਮਹਾਰਾਜ ਜੀ ਦੇ ਬਚਨ ਸਨ, ਤੇਰੀ ਰਸਨਾ ਦੇ ਵਿੱਚ ਇਹ ਸ਼ਕਤੀ ਪਾਈ ਹੈ, ਜੋ ਕਰੇਗਾ ਬਚਨ ਪੂਰੇ ਹੋਣਗੇ। ਕਥਾ ਕੀਰਤਨ ਦੋਨੋਂ ਕਾਲ, ਦੋਨੋਂ ਸਮੇਂ ਕਸ਼ਮੀਰ ਵਿੱਚ ਕੀਰਤਨ ਕਥਾ ਹੁੰਦਾ ਹੈ। ਸੁਣੇ ਕਰੇ ਧਰ ਪ੍ਰੇਮ ਵਿਸਾਲ, ਸੁਣਦੇ ਆ ਔਰ ਕਰਦੇ ਆ, ਮਾਈ ਭਾਈ ਬੜਾ ਪ੍ਰੇਮ ਧਾਰਨ ਕਰਦੇ ਆ। ਧਰਮਸਾਲਪੁਰ ਵਿਖੇ ਬਣਾਈ, ਇਉਂ ਸ਼੍ਰੀਨਗਰ ਕਸ਼ਮੀਰ ਵਿੱਚ ਗੁਰ ਅਸਥਾਨ ਬਣਾਏ ਭਾਈ ਮਾਧੋ ਸੋਢੀ ਨੇ। ਸੇਵਾ ਸਤ ਸੰਗਤ ਸਮੁਦਾਈ, ਸਾਰੀਆਂ ਸੰਗਤਾਂ ਸੇਵਾ ਵਿੱਚ ਲਾ ਦਿੱਤੀਆਂ। ਸਿੱਖਣ ਸੇਵ ਹੋਣ ਤਬ ਲਾਗੀ, ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ ਹੋਣ ਲੱਗ ਪਈ ਹੈ ਥਾਂ ਥਾਂ। ਭਏ ਗੁਰੂ ਪੱਗ ਕੇ ਅਨੁਰਾਗੀ, ਸਾਰੇ ਗੁਰੂ ਕੇ ਚਰਨਾਂ ਦੇ ਪ੍ਰੇਮੀ ਸਿੱਖ ਬਣ ਗਏ ਹੈ। ਲੈ ਗੁਰ ਘਰ ਦਰਸ ਕੋ ਆਵੇ, ਹੁਣ ਕਸ਼ਮੀਰ ਵਿੱਚ ਇੰਨੀ ਸਿੱਖੀ ਫੈਲ ਗਈ, ਆਪੋ ਆਪਣਾ ਦਸਵੰਧ ਲੈ ਕੇ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਹੈ। ਹੋਤ ਨਿਹਾਲ ਪਰਮ ਸੁਖ ਪਾਵੇ, ਦੁੱਖਾਂ ਤੋਂ ਰਹਿਤ ਹੋ ਕੇ ਪਰਮ ਸੁਖ ਦੀ, ਵਾਹਿਗੁਰੂ ਦੀ ਪ੍ਰਾਪਤੀ ਦੇ ਸੁਖ ਦੀ ਦਾਤ ਇਹਨਾਂ ਨੇ ਪ੍ਰਾਪਤ ਕਰ ਲਈ, ਬ੍ਰਹਮ ਗਿਆਨ ਦੀਆਂ ਦਾਤਾਂ ਦੇ ਅਧਿਕਾਰੀ ਬਣ ਗਏ। ਇਮ ਸਿੱਖੀ ਬਿਥਰੀ ਕਸ਼ਮੀਰ, ਕਸ਼ਮੀਰ ਵਿੱਚ ਉਹ ਸਿੱਖੀ ਫੈਲਾਈ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਭਾਈ ਮਾਧੋ ਸੋਢੀ ਦੁਆਰਾ। ਸਿਮਰੈ ਸਤਨਾਮ ਧਰ ਧੀਰ, ਸਾਰੇ ਧੀਰਜ ਧਾਰ ਕੇ ਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਆ, ਭਜਨ ਕਰਦੇ ਆ, ਬੰਦਗੀ ਕਰਦੇ ਆ, ਬਾਣੀ ਪੜ੍ਹਦੇ ਆ, ਸਤਸੰਗਤ ਕਰਦੇ ਆ ਔਰ ਸੇਵਾ ਕਰਦੇ ਆ ਅਤੇ ਆਪਣਾ ਜਨਮ ਸਫਲ ਕਰ ਰਹੇ ਹਨ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸੰਗਤ ਜੀ ਕੱਲ੍ਹ ਨੂੰ
ਇਹ ਖਿਆਲ ਰੱਖੋ ਕਿ ਬੱਸਾਂ ਵੀ ਸਮੇਂ ਸਿਰ ਪਿੰਡਾਂ ਵਿੱਚ ਪਹੁੰਚ ਜਾਇਆ ਕਰਨ, ਔਰ ਤੁਸੀਂ ਵੀ 4 ਵਜੇ ਤੋਂ ਪਹਿਲਾਂ ਪਹੁੰਚਿਆ ਕਰੋ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਕੀਰਤਨ ਕਰਦੇ ਹੈ। ਕੀਰਤਨ ਦਾ ਰਸ ਵੀ ਆਪਾਂ ਪੂਰੀ ਸ਼ਰਧਾ ਨਾਲ ਲੈਣਾ, ਔਰ ਫਿਰ ਕਥਾ ਵਿੱਚ ਵੀ ਹਾਜ਼ਰੀ ਭਰਨੀ ਹੈ। ਸੋ ਆਓ ਹੁਣ ਅਰਦਾਸ ਹੋਏਗੀ, ਉਪਰੰਤ ਸ੍ਰੀ ਮੁਖਬਾਗ, ਫਿਰ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਸਮਾਗਮਾਂ ਪ੍ਰਤੀ ਕੁਝ ਬੇਨਤੀਆਂ ਕਰਨਗੇ, ਉਹ ਵੀ ਧਿਆਨ ਪੂਰਵਕ ਸੁਣਨੀਆਂ ਹਨ। ਦੇਗ ਲੈ ਕੇ ਲੰਗਰ ਛੱਕ ਕੇ ਫਿਰ ਸਾਰੀਆਂ ਸੰਗਤਾਂ ਨੇ ਘਰਾਂ ਨੂੰ ਚਾਲੇ ਪਾਉਣੇ ਹਨ। ਜਿੱਥੇ ਜਿੱਥੇ ਡਿਊਟੀਆਂ ਲੱਗੀਆਂ ਸਾਰੇ ਸਿੰਘਾਂ ਨੇ ਲੱਕ ਬੰਨ੍ਹ ਕੇ ਭਾਈ ਆਪਾਂ ਆਪਣਾ ਫਰਜ਼ ਸਮਝ ਕੇ ਸੇਵਾਵਾਂ ਕਰਨੀਆਂ ਹਨ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਅੱਜ ਦੇ ਦੀਵਾਨ ਵਿੱਚ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸੰਤ ਬਾਬਾ ਗੁਰਭੇਟ ਸਿੰਘ ਜੀ ਬੁਲਾਰੇ, ਸੰਤ ਸਮਾਰ, ਸੰਤ ਬਾਬਾ ਸੁਰਿੰਦਰ ਸਿੰਘ ਜੀ, ਸੰਤ ਬਾਬਾ ਸੁਖਵੰਤ ਸਿੰਘ ਜੀ ਚੰਨਣਕਿਆਂ ਵਾਲੇ, ਸੰਤ ਬਾਬਾ ਨਵਤੇਜ ਸਿੰਘ ਜੀ ਗੁਰਦੁਆਰਾ ਚੇਲਿਆਣਾ ਸਾਹਿਬ, ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ, ਜਥੇਦਾਰ ਭਾਈ ਸੁਖਦੇਵ ਸਿੰਘ ਜੀ, ਮਹਾਂਪੁਰਖਾਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਜੀ, ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸਿੱਖੀ ਬਿਤਰੀ ਕਸ਼ਮੀਰ, ਸਿਮਰੈ ਸਤਨਾਮ ਧਰਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।